ਕਿ ਸਾਡੇ ਨਾ ਫਾਦਰ ਸਾਹਿਬ ਨੂੰ ਕੈਂਸਰ ਸੀ, ਹੈ ਨਾ, ਅਤੇ ਉਸ ਤੋਂ ਬਾਅਦ ਫਿਰ ਮਤਲਬ ਮੈਂ ਕਰ ਰਿਹਾ ਤਾਂ ਬੀ ਕੌਮ, ਤਾਂ ਮੇਰੀ ਪੜ੍ਹਾਈ ਛੁੱਟ ਜਾਣੀ ਸੀ ਜੇ ਮੈਂ ਹਟ ਕੇ ਉਹ ਕਰਦਾ, ਬੀ ਕੌਮ ਕਰ ਰਿਹਾ ਸੀ ਨਾ, ਪਰ ਮੈਨੂੰ ਵੀ ਮੇਰੀ ਪੜ੍ਹਾਈ ਨਾ ਮਤਲਬ ਹਟੇ ਤਾਂ ਫਿਰ ਇਹ ਕੰਮ 'ਤੇ ਲੱਗ ਗਿਆ, ਔਰ ਨਾਲੇ ਡੈਡੀ ਦੀ ਵੀ ਚਲੋ ਦੇਖਭਾਲ ਕਿਤੇ ਲੈ ਕੇ ਜਾਣਾ ਹੁੰਦਾ ਤਾ, ਹੈ ਨਾ, ਵੀ ਬਸ ਅਸੀਂ ਹਾਰ ਨਹੀਂ ਮੰਨੀ, ਮਤਲਬ ਸਾਡੇ ਨਾਲ ਖਤਮ ਹੀ ਹੋ ਗਿਆ ਸੀ ਮਤਲਬ ਸਿਸਟਮ ਜਿਹਾ ਸਾਰਾ। ਗੋਬਿੰਦਾ ਵੀ ਅਸੀਂ ਜਾਈਏ ਕੰਮ 'ਤੇ ਨਾਲ ਦੀ ਨਾਲ, ਅਤੇ ਨਾਲ ਦੀ ਨਾਲ ਸਵੇਰੇ ਸਵੇਰੇ ਅਸੀਂ ਵੀਡੀਓ ਵੀ ਉਸ ਟਾਈਮ ਵੀ ਬਣਾ ਲੈਂਦੇ ਹੁੰਦੇ ਤੇ, ਬਟ ਵਿੱਚ ਨੂੰ ਫਿਰ ਅਸੀਂ ਵੀਡੀਓ ਬਣਾਉਣੀ ਬੰਦ ਵੀ ਕਰਤੀ ਸੀ ਡੈਡੀ ਜ਼ਿਆਦਾ ਸੀਰੀਅਸ ਹੋ ਗਏ ਤੇ, ਅਤੇ ਮਤਲਬ ਉਹਨਾਂ ਨੇ 15 ਦਿਨ 'ਚ ਘਰੇ ਮਤਲਬ ਦਮ ਤੋੜਤਾ। ਹਸਕਾਲ ਜੀ, ਇੱਕ ਵਾਰੀ ਫਿਰ ਸਵਾਗਤ ਹੈ ਤੁਹਾਡਾ ਏ ਕੇ ਟੋਕ ਸ਼ੋਅ 'ਤੇ, ਅਤੇ ਅੱਜ ਮੇਰੇ ਨਾਲ ਨੇ ਛੋਟੇ ਭਰਾ ਮੇਰੇ, ਸਮਾਜ ਦੇ ਵਿੱਚ ਬਹੁਤ ਲੋਕਾਂ ਲਈ ਇੰਸਪੀਰੇਸ਼ਨ, ਇੱਕ ਖੁਸ਼ੀ ਦਾ ਕਾਰਨ ਬਣੇ ਹੋਏ ਨੇ, ਗੋਬਿੰਦਾ ਸਰਦਾਰ। ਔਰ ਅੱਜ ਮੇਰੇ ਨਾਲ ਉਹਨਾਂ ਦੀ ਪੂਰੀ ਟੀਮ, ਦੋ ਸਕੇ ਭਰਾ ਨੇ, ਸ਼ੇਰਾ ਬਾਈ ਹੈ ਅਤੇ ਇੱਕ ਸਾਡੀ ਛੋਟੀ ਭੈਣ, ਅਤੇ ਅੱਜ ਮੇਰੇ ਨਾਲ ਪੋਡਕਾਸਟ ਰੂਮ 'ਚ ਬਾਈ ਤੁਸੀਂ ਆਏ ਹੋ, ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ, ਧੰਨਵਾਦ ਤੁਹਾਡਾ ਵੀ, ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬੁਲਾਇਆ, ਮਤਲਬ ਇੰਨੇ ਯੋਗ ਸਮਝਿਆ ਵੀ। ਥੈਂਕ ਯੂ ਬਾਈ, ਬੜੀ ਖੁਸ਼ੀ ਹੋਈ ਤੁਸੀਂ ਇਸ ਤੋਂ ਆਉਣ ਤੋਂ ਪਹਿਲਾਂ ਜਦੋਂ ਸੇਵਾ ਕੀਤੀ ਉੱਥੇ ਆਏ, ਉਹ ਕਿਉਂਕਿ ਮੇਰੇ ਲਈ ਸਭ ਤੋਂ ਮੇਰੀ ਜ਼ਿੰਦਗੀ 'ਚ ਸਭ ਤੋਂ ਵੱਡੀ ਚੀਜ਼ ਉਹ ਸੇਵਾ ਹੀ ਹੈ, ਤਾਂ ਜਿਹੜੀ ਉਹ ਸੇਵਾ ਉਸ ਤੋਂ ਬਾਅਦ ਹੀ ਸਾਰਾ ਕੁਛ ਹੈ, ਪੋਡਕਾਸਟਿੰਗ, ਇੰਟਰਵਿਊਜ਼, ਸਾਰਾ ਕੁਛ ਹੈ। ਤੁਸੀਂ ਆਏ, ਬੜੀ ਖੁਸ਼ੀ ਹੋਈ, ਦੱਸੋ ਤੁਸੀਂ ਕਿਵੇਂ ਹੋ? ਵਧੀਆ ਜੀ, ਥੈਂਕ ਯੂ। ਜ਼ਿੰਦਗੀ 'ਚ ਖੁਸ਼ ਹੋ? ਹਾਂਜੀ, ਸਾਨੂੰ ਬਹੁਤ ਵਧੀਆ ਲੱਗਿਆ ਵੀ ਪਹਿਲਾਂ ਅਸੀਂ ਉੱਥੇ ਗਏ, ਵੀ ਅਸੀਂ ਮਤਲਬ ਪਹਿਲਾਂ ਜੇ ਇੱਥੇ ਆ ਜਾਂਦੇ ਤਾਂ ਉਹ ਚੀਜ਼ ਨਹੀਂ ਜਿਹੜਾ ਉੱਥੇ ਅਸੀਂ ਪਤਾ ਸਾਨੂੰ ਦੇਖਿਆ ਨਾ ਵੀ ਕਿਵੇਂ ਮਤਲਬ ਕੰਮ ਹੋ ਰਿਹਾ, ਕਿਵੇਂ ਸੇਵਾ ਕਰ ਰਹੇ ਹੋ ਤੁਸੀਂ, ਕੀ ਚੱਲ ਰਿਹਾ ਹੁਣ ਇਸ ਟਾਈਮ ਤੁਹਾਡੇ ਦਿਮਾਗ 'ਚ, ਕੀ ਚੱਲ ਰਿਹਾ ਉਹ ਸੇਵਾ ਦੀ ਜਗ੍ਹਾ 'ਤੇ ਤੁਸੀਂ ਆਏ ਹੋ, 2 ਘੰਟੇ ਉਸ ਜ਼ੋਨ ਦੇ ਵਿੱਚ ਰਹਿਣਾ, ਕੀ ਚੱਲ ਰਿਹਾ ਦਿਮਾਗ ਦੇ ਵਿੱਚ? ਨਹੀਂ, ਬਹੁਤ ਵਧੀਆ ਲੱਗਿਆ ਜੀ, ਮਤਲਬ ਸਾਰਾ ਕੁਝ ਦੇਖ ਕੇ ਵੀ ਕਿਵੇਂ, ਇੱਕ ਤਾਂ ਹੁੰਦਾ ਨਾ ਵੀ ਅਸੀਂ ਚਲੋ ਹਸਾਉਂਦੇ ਹਾਂ ਲੋਕਾਂ ਨੂੰ, ਉਹ 1 ਮਿੰਟ ਦੀ ਸਮਾਈਲ ਦੇ ਦਿੰਦੇ, ਤੁਸੀਂ ਤਾਂ ਮੈਂ ਕਹਿੰਦਾ ਹਮੇਸ਼ਾ ਲਈ ਸਮਾਈਲ ਚੱਕ ਦਿੰਦੇ ਮਤਲਬ ਚਿਹਰੇ ਤੋਂ, ਮਤਲਬ ਸੋਰੀ ਉਹ ਗਲਤ ਕਹਿ ਹੋ ਗਿਆ, ਮਤਲਬ ਦੁੱਖ ਚੱਕ ਦਿੰਦੇ ਹੋ ਬੰਦੇ ਦਾ, ਹੈ ਨਾ, ਵੀ ਜਿਹੜਾ ਵੀ ਬੰਦਾ ਮਤਲਬ ਇੰਨੇ ਦੁੱਖ ਲੈ ਕੇ ਆਉਂਦਾ ਫਿਰ ਉਹ ਹਮੇਸ਼ਾ ਖੁਸ਼ ਰਹਿੰਦਾ ਜੀ, ਉਹਦੀ ਮਤਲਬ ਜਿਹੜੀ ਤੁਸੀਂ ਇੱਦਾਂ ਇਸ ਤਰੀਕੇ ਨਾਲ ਹੈਲਪ ਕਰਦੇ ਹਾਂ। ਸਭ ਤੋਂ ਖੁਸ਼ੀ ਵਾਲੀ ਗੱਲ ਪਤਾ ਕਿ ਜਦੋਂ ਤੁਸੀਂ ਆਏ ਨਾ, ਅਤੇ ਸਾਡੇ ਕੋਲ ਛੋਟਾ ਬੱਚਾ ਗੁਰਜੋਤ, ਉਹਦੀਆਂ ਕਿਡਨੀਆਂ ਡੈਮੇਜ ਹੈ, ਪਰਮਾਤਮਾ ਜਾਣਦਾ ਉਹਦੇ ਕਿੰਨੇ ਕਿਸਾਨ ਨੇ ਕਿੰਨੇ ਨਹੀਂ, ਬੜੀ ਔਖੀ ਸਿਚੁਏਸ਼ਨ ਜੀ ਆ ਉਹ, ਅਤੇ ਉਹ ਜਦੋਂ ਆਇਆ ਅਤੇ ਉਹ ਜਦੋਂ ਵੀ ਕੋਈ ਸੈਲੀਬ੍ਰਿਟੀ ਆਉਂਦੇ ਨੇ ਨਾ ਉੱਥੇ, ਪਰਮੀਸ਼ ਵੀਰਾ ਆਇਆ, ਗਿੱਪੀ ਬਾਈ, ਉਹ ਕਿਸੇ ਨੂੰ ਨਹੀਂ ਪਛਾਣਦਾ, ਮੈਂ ਪੁੱਛਦਾ ਕੌਣ ਹੈ, ਨਹੀਂ ਨਹੀਂ, ਜਦੋਂ ਤੁਸੀਂ ਆਏ ਉਹਦੀ ਐਡੀ ਵੱਡੀ ਸਮਾਈਲ ਹੋ ਗਈ, ਕਹਿੰਦਾ ਇਹ ਭਾਅ ਜੀ ਵੀਡੀਓ ਬਣਾਉਂਦੇ ਨੇ। ਤਾਂ ਤੁਹਾਡਾ ਇਹ ਪਹਿਲਾ ਪੋਡਕਾਸਟ ਹੈ ਨਾ, ਦੂਜੀ ਇੰਟਰਵਿਊ ਕਹਿ ਲਓ, ਇਹ ਕਿਉਂ ਤੁਸੀਂ ਅੱਜ ਤੱਕ ਇੰਟਰਵਿਊਜ਼ ਪੋਡਕਾਸਟ ਕਿਉਂ ਅਵੋਇਡ ਕੀਤੇ? ਸ਼ੇਰਾ ਭਾਅ ਜੀ ਤੁਸੀਂ ਦੱਸੋ। ਮੇਰਾ ਨਾਮ ਸੁਖੀ ਹੈ। ਸੁਖੀ ਭਾਅ ਜੀ, ਸੋਰੀ, ਉਹ ਸ਼ੇਰਾ ਗੋਬਿੰਦਾ, ਸ਼ੇਰਾ ਫੜ ਲਿਆ ਸੀ, ਸ਼ੇਰਾ ਤਾਂ ਸੁਖ ਸਿੰਘ ਜਿਹੜਾ ਮੇਰੇ ਬਣਾਇਆ, ਸ਼ੇਰਾ ਰਿਵੀਲ ਕੀਤਾ, ਪਰ ਸ਼ੇਰਾ ਜਿਹੜਾ ਹੈਗਾ ਬੰਦਾ ਉਹ ਬਹੁਤ ਪੁਰਾਣਾ ਮੇਰੇ ਖਿਆਲ ਨਾਲ, ਤੁਸੀਂ ਕੀ ਉਹ ਸ਼ੇਰਾ ਵੈਸੇ ਹੀ ਨਾਮ, ਪਹਿਲਾਂ ਸਾਨੂੰ ਪਤਾ ਨਹੀਂ ਸੀ ਵੀ ਅਸੀਂ ਮਤਲਬ ਸ਼ੇਰਾ ਕਿਹਨਾਂ ਨੂੰ ਬਣਾਉਣਾ ਹੈ, ਤੇ ਉਹ ਤਾਂ ਸਿਰਫ ਇੱਕ ਸਸਪੈਂਸ, ਸਾਨੂੰ ਵੀ ਨਹੀਂ ਪਤਾ ਸੀ, ਅਸੀਂ ਸਿਰਫ ਨਾਮ ਲੈਂਦੇ ਸੀ, ਸਟੋਰੀ ਐਦਾਂ ਬਣਾਈ ਦੀ, ਸਸਪੈਂਸ ਰੱਖਿਆ ਦਾ ਵੀ, ਹੁਣ ਸ਼ੇਰਾ ਆਂਦਾ ਰਹੇਗਾ ਦੁਬਾਰਾ ਕਿ ਨਹੀਂ? ਮੈਂ ਪੁੱਛ ਰਿਹਾ ਸੀ ਬਾਈ ਤੁਹਾਨੂੰ ਸਵਾਲ, ਕਿ ਇਸ ਤੋਂ ਪਹਿਲਾਂ ਜਿਹੜਾ ਮੈਂ ਸਵਾਲ ਪੁੱਛਿਆ, ਕੀ ਕੁਛ ਭੁੱਲ ਗਏ ਤੁਸੀਂ? ਤੁਸੀਂ ਸ਼ੇਰਾ ਆ ਗਿਆ ਵਿੱਚ, ਕਿਉਂਕਿ ਮੈਂ ਆਪ ਭੁੱਲ ਗਿਆ ਨਾ, ਇਹ ਪੁੱਛ ਰਿਹਾ ਸੀ ਕੋਈ ਤੁਹਾਡਾ ਦੂਜੇ ਇੰਟਰਵਿਊ ਕਿਉਂ ਹੈ, ਤੁਸੀਂ ਇੰਟਰਵਿਊ ਅਵੋਇਡ ਕਿਉਂ ਕਰ? ਅਸੀਂ ਇਸ ਕਰਕੇ ਨਹੀਂ ਦਿੱਤੀ ਇੰਟਰਵਿਊ ਜੀ, ਅਸੀਂ ਹਲੇ ਆਪਣੇ ਆਪ ਨੂੰ ਕੁਝ ਸਮਝਦੇ ਨਹੀਂ ਹੈ ਜੀ, ਹੈ ਨਾ, ਅਸੀਂ ਬਹੁਤ ਥੱਲੇ ਵਾਲੇ ਲੈਵਲ 'ਤੇ ਹੀ ਹੈ ਜੀ ਹਲੇ, ਤਾਂ ਅਸੀਂ ਚਾਹੁੰਦੇ ਅਸੀਂ ਆਪਣੀ ਜ਼ਿੰਦਗੀ 'ਚ ਕੁਛ ਬਣ ਕੇ ਹੀ, ਹੈ ਨਾ, ਜਦੋਂ ਸਾਡੇ ਅਚੀਵਮੈਂਟਸ ਉਹ ਹਾਸਲ ਹੋ ਜਾਣ, ਹੈ ਨਾ, ਕੁਛ ਤਾਂ ਹੀ ਅਸੀਂ ਬਣ ਕੇ ਕੁਛ ਇੰਟਰਵਿਊ ਦਈਏ ਜੀ, ਤਾਂ ਅਸੀਂ ਦੱਸ ਵੀ ਸਕੀਏ ਅਸੀਂ ਇੱਥੋਂ ਇੱਥੇ ਤੱਕ ਪਹੁੰਚੇ, ਤਾਂ ਉਹਦਾ ਪਿਛਲਾ ਅਸੀਂ ਸਫ਼ਰ ਕਿਵੇਂ ਤੈਅ ਕੀਤਾ, ਦੱਸਣ 'ਚ ਸਵਾਦ ਵੀ ਆਵੇ, ਹਲੇ ਲੱਗਦਾ ਸਾਨੂੰ ਵੀ ਲੋਕਾਂ ਨੂੰ ਦੱਸਣ ਲਈ ਕੁਛ ਹੈ ਨਹੀਂ, ਮਤਲਬ ਹਲੇ ਮਤਲਬ ਲੋਕ ਸਾਨੂੰ ਮਤਲਬ ਬਹੁਤ ਕੁਝ ਸਮਝਦੇ ਨੇ, ਮਤਲਬ ਫੋਟੋਆਂ ਵੀ ਖਿਚਾਉਂਦੇ ਨੇ ਵੀ ਸਟਾਰ ਹੈ ਕੁਛ ਵੀ, ਪਰ ਅਸੀਂ ਆਪਣੇ ਆਪ ਨੂੰ ਕੁਛ ਨਹੀਂ ਸਮਝਦੇ, ਕਿਉਂਕਿ ਅਸੀਂ ਅੱਜ ਵੀ ਜਿਵੇਂ ਪਹਿਲਾਂ ਤਾਂ ਉਵੇਂ ਹੀ ਹਾਂ, ਸਾਰੀ ਜ਼ਿੰਦਗੀ ਐਂ ਹੀ ਸਮਝੋ ਆਪਣੇ ਆਪ, ਸਾਡਾ ਸਟਰਗਲ ਹੈ ਜਿਹੜਾ ਦੁਨੀਆ ਦੇਖ ਰਹੀ ਹੈ ਵੀ ਮਤਲਬ ਅਸੀਂ ਕਿੰਨੀ ਮਤਲਬ ਕਿਵੇਂ ਵੀਡੀਓ ਬਣਾ ਰਹੇ ਹਾਂ, ਬਾਕੀ ਐਂ ਵੀ ਨਹੀਂ ਕਹਿੰਦੇ ਅਸੀਂ ਲੋਕਾਂ ਲਈ ਮਿਹਨਤ ਕਰ ਰਹੇ ਹਾਂ, ਅਸੀਂ ਆਪਣੇ ਲਈ ਮਿਹਨਤ ਕਰ ਰਹੇ ਹਾਂ, ਆਪਣੇ ਆਪ ਨੂੰ ਅਸੀਂ ਕਾਮਯਾਬ ਮਤਲਬ ਕਰਨ ਵਾਲੇ, ਬਾਕੀ ਜੋ ਤੁਸੀਂ ਕਰ ਰਹੇ ਹਾਂ ਉਹ ਤਾਂ ਬਸ ਉਹਦੇ ਬਾਰੇ ਕੁਛ ਕਹਿ ਨਹੀਂ ਸਕਦੇ ਜੀ, ਹੈ ਨਾ, ਕਿਉਂਕਿ ਸਭ ਅੱਜ ਕੱਲ੍ਹ ਸਭ ਆਪਣੇ ਬਾਰੇ ਸੋਚਦੇ ਹਾਂ ਜੀ, ਆਪਣੇ ਲਈ ਕਰਨਾ ਸੌਖਾ ਅਤੇ ਦੂਜੇ ਲਈ ਕਹਿੰਦੇ ਜੀਣਾ ਬਹੁਤ ਔਖਾ ਜੀ, ਜਿਵੇਂ ਤੁਸੀਂ ਕਰ ਰਹੇ ਹੋ ਬਹੁਤ ਬੜੀ ਗੱਲ ਹੈ। ਨਹੀਂ ਨਹੀਂ ਬਾਈ, ਤੁਹਾਡੇ ਚਲੋ ਸ਼ੁਕਰਗੁਜ਼ਾਰ ਹਾਂ, ਮੈਨੂੰ ਤੁਹਾਨੂੰ ਦੇਖ ਕੇ ਇੰਨਾ ਕਚਾਅ ਚੜ੍ਹਦਾ ਕਿ ਇੱਕ ਪੰਜਾਬ 'ਚ ਸਭ ਤੋਂ ਹੌਟ ਟੋਪਿਕ ਅੱਜ ਕਿ ਪੰਜਾਬ ਦੀ ਯੂਥ ਕੋਲ ਕੰਮ ਨਹੀਂ ਹੈ, ਸਭ ਤੋਂ ਹੌਟ ਟੋਪਿਕ ਹੈ, ਔਰ ਇਹਨਾਂ ਚੀਜ਼ਾਂ ਬਾਰੇ ਜੇ ਡੂੰਘਾਈ 'ਤੇ ਗੱਲ ਕਰੀਏ ਤਾਂ ਇਹ 'ਤੇ ਸਿਰਫ ਚਰਚਾ ਹੀ ਹੈ, ਹੱਲ ਕੋਈ ਨਹੀਂ ਹੈ। ਇੱਕ ਹੁੰਦਾ ਮੁੱਦੇ 'ਤੇ ਬੋਲਣਾ, ਇੱਕ ਹੁੰਦਾ ਉਸ ਮੁੱਦੇ 'ਤੇ ਕੰਮ ਕਰਨਾ। ਸਾਡੇ ਪੰਜਾਬ 'ਚ ਮੁੱਦੇ 'ਤੇ ਬੋਲਣ ਵਾਲੀ ਬਹੁਤ ਜਨਤਾ ਹੈ ਕਿ ਬੇਰੁਜ਼ਗਾਰੀ ਹੈ ਜੀ, ਇੱਥੇ ਕਰਪਟ ਸਿਸਟਮ ਹੈ ਜੀ, ਇੱਥੇ ਲੀਡਰ ਰਹਿ ਨੇ, ਲੀਡਰ ਰਹਿ ਨੇ, ਚਲੋ ਜੀ ਪੰਜਾਬ ਛੱਡ ਕੇ ਚੱਲ ਜਾਓ, ਪਰ ਤੁਹਾਡੀ ਬੜੀ ਖੂਬਸੂਰਤ ਗੱਲ ਹੈ ਕਿ ਤੁਸੀਂ ਪੰਜਾਬ 'ਚ ਰਹਿ ਕੇ ਆਪਣਾ ਆਪਣਾ ਢਿੱਡ ਪਾਲ ਰਹੇ ਹੋ, ਆਪਣਾ ਆਪਣਾ ਕੰਮ ਕਰ ਰਹੇ ਹੋ। ਔਰ ਮੈਂ ਤੁਹਾਡੇ ਤੋਂ ਜਿਹੜਾ ਇੱਕ
तरस दे योग तो नहीं कि तुसी इन्हां ते तरस करो, एक हर मेरे रोंगटे खड़े हो गए। देखो हर बंदे दी ना दो चेहरे होंदे ने, एक जिहड़ा कैमरे अगे हुंदा हसण वाला हसाण वाला, एक हुंदा पिछे। तो तुहाडी बैक स्टोरी लाइफ की की है जे तुसी दसण च ठीक समझदे हो, क्योंकि लोग अज तुहानू ट्रोल भी करदे ने, प्यार भी करदे ने, इदां हो गया, पर तुसी किते ना किते अज अपना घर चलाण लग गए हो 23-24 साल दी उम्र च। इस चीज़ां वल कोई नहीं देखदा, जिदा मैं तुहानू गल दस रहा सी कि एक मुंडे ने सुसाइड कर लिया, तुसी इस चीज़ नू किवें देखदे हो? तो सुसाइड करना तो गलत ही गल है जी, मतलब करनी नहीं चाहिए। ये तो फिर वो गल होगी ना भी आप जिंदगी तो हार मान ली, मतलब जिंदगी ना लड़ना चाहिए जी बंदे। तुसी शुरू तो की बनना चाहते थे बई, शुरू तो की करना चाहते थे जिंदगी दे विच? जिवें साडा एक छोटे होंदे तो एम होंदा कि मैं बड़े होकर यह बनना। देखो मैं ना जब छोटा सी ना, मतलब 9वीं क्लास च पढ़ता था, उस टाइम मैंने नहीं पता था भी असं वीडियोज़ वगैरह बनाऊंगे या एक्टिंग करूंगे। तो जो मेरा भरा हीरा, मतलब एक गाने लिखता होंदा सीगा स्कूल च, इन्हें मैंने एक बार गाने सुनाए भी है ना, बहुत वधिया गाने लिखता था। फिर उदों भी मेरे माइंड में आया भी मतलब भी मैं अपने भाई को सिंगर बनाऊंगा। तो फिर असी मतलब जो साढ़े को मतलब फोन होया, मतलब 12वीं क्लास हो गया मैं है ना, फिर असी वीडियो बनानी शुरू करी। तो वीडियो मतलब काफ़ी ज़्यादा वायरल हो गई, फिर मेरे माइंड में आया भी वीडियो बना के इदा फेमस हो गए, फिर बाद गाने चलाए जा सकते हैं। पर उस टाइम मैंने बिल्कुल भी एक्टिंग नहीं आती थी, जो भी मतलब मैं एक्टिंग करता सारा कुछ मैंने भाई ने सिखाया। हीरे भाई ने इधर तो छोटे ने? नहीं बड़े हैं। हीरा भाजी ने अपने, हीरा भाजी थोड़े दिमाग कुछ आया कि मैं बड़े होकर आह करना 10वीं 11वीं तक पता लग जाता? बचपन तो ही मन था एक्टिंग का बहुत शौक है ना, मैं बचपन तो ही एक्टिंग करता था। बट कि ना कि मैं ज कई बार आप क्लास कह दें भी मैं एक्टर बनना, तो बाकी क्लास हसन लग जाती भी ये बनूगा एक्टर। मतलब फिर हौली हौली मैं कहन लग गया मतलब कुछ होर दसन लग गया, तो मैं कुछ होर बनना, बट अंदर जो कीड़ा हों एक्टिंग का ही। कुछ होर क्यों दसन लग गए थे जो एक्टर बनना से, इसलिए कि लोग हसन हसते लग जाते ना भी यह बनूगा एक्टर। उन्होंने तो एक्टर का मतलब यही होंगे भी हीरो बनूगा भी शकल या इदा हो ही जाता, विलन भी तो बंदा बनी सकता है भाई पंच ला गया फिर। मतलब हूँ मैं जी एक्टिंग करता वो भी मैं एक तरीके विलन टाइप ही एक्टिंग करता मेरिया रीलों में भी अपन। तो उस तो बाद मतलब जो भी आना सी है असी मतलब एक दूजे के साथ ना लिया। मैं तुसी एक्टर बनना भावे विलन बनो भावे हूँ तो गोविंदा भी बहुत एक्टिंग करना चाहिए। तुसी भी एक्टर ही बनना, विलन बनो या हीरो बनो, तुसी भैने कुछ डिस्कस करो, तुसी किद्दां मिले इन्हां नूं, इन्हां च किवें एडजस्टमेंट है, किवें तुहाडा एक परिवार बन चुका है? ਸੁਖੀ ਨਾ ਮੇਰਾ ਫਰੈਂਡ ਸੀਗਾ ਤੇ ਇਹਨਾਂ ਨੇ ਮੈਨੂੰ ਸੌਂਗ ਸੀਗਾ ਹੁਣ ਹੈ ਨੀ ਨਹੀਂ ਹੈਗੇ ਹੁਣ ਤੇ ਮਤਲਬ ਇਹਨਾਂ ਦੇ ਸੌਂਗ 'ਚ ਮੈਂ ਮਾਡਲਿੰਗ ਕੀਤੀ ਤੇ ਉੱਥੇ ਇਹਨਾਂ ਦੇ ਫਰੈਂਡ ਸੀਗੇ ਆਏ ਹੋਏ ਸੀ ਤੇ ਅਸੀਂ ਮਤਲਬ ਗੱਲਾਂ ਬਾਤਾਂ ਕੀਤੀਆਂ ਸੋ ਵਧੀਆ ਲੱਗਿਆ, ਵਧੀਆ ਫਰੈਂਡਸ ਬਣ ਗਏ, ਵਧੀਆ ਬੌਂਡਿੰਗ ਹੋ ਗਈ। ਸੋ ਉਸ ਤੋਂ ਬਾਅਦ ਵੀਡੀਓਜ਼ ਬਣਾਉਣ ਲੱਗ ਗਏ। ਵੀਡੀਓ ਬਣਾਉਣ ਲੱਗ ਹੁਣ ਕਿਵੇਂ ਘਰਦਿਆਂ ਵੱਲੋਂ ਕਿਵੇਂ ਸਪੋਰਟ ਤੁਹਾਨੂੰ? ਘਰਦੇ ਤਾਂ ਪਹਿਲਾਂ ਤੇ ਸਪੋਰਟ ਕਰਦੇ ਬਹੁਤ ਮੁੰਡਿਆਂ ਦੇ ਨਾਲ ਨਾਲ ਜਦੋਂ ਤੁਹਾਡੀ ਵੀਡੀਓਜ਼ ਨੂੰ ਲੋਕ ਕਿਤੇ ਜਦੋਂ ਡਿਸਕ੍ਰਿਮੀਨੇਟ ਕਰਦੇ ਨੇ ਜਾਂ ਕੁਛ ਉਲਟਾ ਸਿੱਧਾ ਕਰਦੇ ਨੇ, ਕੁੜੀਆਂ ਥੋੜ੍ਹਾ ਦਿਲ 'ਤੇ ਲਾ ਜਾਂਦੀਆਂ? ਨਹੀਂ ਮੈਂ ਕਦੇ ਵੀ ਨਹੀਂ ਸੋਚਿਆ ਕਿਉਂਕਿ ਜਦ ਕਿਸੇ ਦੀ ਚੜ੍ਹਾਈ ਹੋਊਗੀ ਤਾਂ ਲੋਕ ਤਾਂ ਫਿਰ ਕਿਆ ਬਾਤ ਹੈ, ਤੁਸੀਂ ਮੰਨਦੇ ਹੋ ਚੜ੍ਹਾਈ ਇਸ ਟਾਈਮ ਪੂਰੀ ਹੈ? ਹਾਲੇ ਮੰਨਦੀ ਨਹੀਂ ਕੁਛ, ਬਟ ਪਰ ਥੋੜ੍ਹਾ ਥੋੜ੍ਹਾ ਅੰਦਰੋਂ ਫੀਲ ਹੁੰਦਾ ਗੱਲ ਹੈ ਜੀ। ਮਤਲਬ ਜੇ ਬੰਦੇ ਨੇ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਜੀ ਲੋਕਾਂ ਨੂੰ ਇਗਨੋਰ ਕਰਨਾ ਚਾਹੀਦਾ ਜੀ, ਇਗਨੋਰ ਹੈ ਮਤਲਬ ਕਾਮਯਾਬੀ ਦਾ ਰਾਜ ਹੈ। ਕਾਮਯਾਬੀ ਦਾ ਇੱਕ ਅਸਲ ਡੈਫੀਨੇਸ਼ਨ ਕੀ ਮੰਨਦੇ ਹੋ ਬਾਈ ਤੁਸੀਂ, ਤੁਹਾਡੇ ਹਿਸਾਬ ਨਾਲ ਇੱਕ ਕਾਮਯਾਬੀ ਦਾ ਮਤਲਬ ਕੀ ਹੈ? ਇਗਨੋਰਿੰਗ ਕਾਮਯਾਬ ਦਾ ਮਤਲਬ ਸਟਰਗਲ ਕਰਕੇ ਹੈ ਨਾ, ਕੁਛ ਸਟਰਗਲ ਕਰਨਾ ਆਪਣੀ ਲਾਈਫ। ਚਲੋ ਆਪਾਂ ਚਾਰਾਂ ਕੋਲੋਂ ਉਹਨਾਂ ਦੇ ਪੁਆਇੰਟ ਆਫ ਵਿਊ ਲੈਂਦੇ, ਤੁਹਾਡਾ ਪੁਆਇੰਟ ਆਫ ਵਿਊ ਕੀ ਹੈ ਕਿ ਇੱਕ ਕਾਮਯਾਬ ਕਦੋਂ ਮੰਨਦਾ ਬੰਦਾ ਆਪਣੇ ਨੂੰ ਕਿ ਯਾਰ ਸ਼ੁਕਰ ਹੈ ਪਰਮਾਤਮਾ ਦਾ ਹੁਣ ਬਹੁਤ ਹੋ? ਨਹੀਂ ਮਤਲਬ ਜਿਹੜੇ ਬੰਦੇ ਨੂੰ ਕੋਈ ਬਿਮਾਰੀ ਨਾ ਹੋਵੇ ਜੀ, ਤੰਦਰੁਸਤ ਹੋਵੇ ਜੀ, ਮਤਲਬ ਖੁਸ਼ ਹੋਵੇ ਜੀ, ਮਤਲਬ ਉਹ ਅਸਲੀ ਕਾਮਯਾਬ ਹੈ ਜੀ। ਵੈਰੀ ਗੁੱਡ, ਬਹੁਤ ਵਧੀਆ। ਤੁਸੀਂ ਕਾਮਯਾਬੀ ਕਿਹਨੂੰ ਮੰਨਦੇ ਹੋ? ਮਤਲਬ ਸੰਘਰਸ਼ ਕਰਕੇ ਹੈ ਨਾ ਉਹ ਅਚੀਵ ਕਰਨਾ ਜੋ ਦਿਲ ਦੀ ਮਤਲਬ ਖੁਆਇਸ਼ ਹੈ ਨਾ, ਆਪਣਾ ਡ੍ਰੀਮ ਪੂਰਾ ਕਰਨਾ, ਆਈ ਥਿੰਕ ਉਹ ਕਾਮਯਾਬ। ਤੁਸੀਂ ਕੀ ਕਰਨਾ ਚਾਹੁੰਦੇ ਸੀਗੇ, ਤੁਹਾਡਾ ਪੂਰਾ ਹੋ ਰਿਹਾ ਉਸ ਰਾਹ 'ਤੇ ਹੈਗੇ ਹੋ? ਕਰ ਰਹੇ ਹਾਂ ਵੈਸੇ, ਕਿਉਂਕਿ ਸਿੰਗਿੰਗ ਦਾ ਸ਼ੌਂਕ ਸੀ, ਸਕੂਲ 'ਚ ਵੀ ਗਾਇਆ, ਕਾਲਜਸ 'ਚ ਵੀ ਗਾਇਆ, ਅਤੇ ਉਸ ਤੋਂ ਬਾਅਦ ਹੁਣ ਅਸੀਂ ਗਾਣੇ ਕਰ ਰਹੇ ਹਾਂ ਜੋ ਕਿ ਵਧੀਆ ਪਿਆਰ ਦੇ ਰਹੇ ਹਾਂ, ਲੋਕ ਪਿਆਰ ਦੇ ਰਹੇ ਨੇ ਗਾਣਿਆਂ ਨੂੰ। ਤੁਸੀਂ ਵੀਡੀਓ ਵੀ ਆਪ ਬਣਾਉਂਦੇ ਹੋ ਗਾਣੇ ਦੀ? ਹਾਂ, ਵੀਡੀਓ ਵੀ ਆਪ, ਵੀਡੀਓ ਵੀ ਆਪ, ਮਿਊਜ਼ਿਕ ਵੀ ਆਪ? ਮਿਊਜ਼ਿਕ ਸਾਡਾ ਯਾਰ ਦੋਸਤ। ਅੱਛਾ, ਮਿਊਜ਼ਿਕ ਉਹ ਲਿਖਦਾ ਕੌਣ ਆ ਫਿਰ? ਲਿਖਦਾ ਹੀਰਾ ਭਾਈ। ਕਿਆ ਬਾਤ ਹੈ, ਲਿਖਣ ਵਾਲਾ ਵੀ ਇੱਥੇ, ਗਾਣ ਵਾਲਾ ਵੀ ਇੱਥੇ, ਐਕਟਿੰਗ ਵਾਲਾ ਵੀ ਇੱਥੇ, ਐਕਟਰ ਸੀ। ਵੀਡੀਓ ਡਾਇਰੈਕਟ ਮੈਂ ਕਰਦਾ ਜੀ, ਐਡੀਟਿੰਗ ਉਹ ਕਰਦਾ ਜੀ, ਅਤੇ ਲਿਖਦਾ ਵੀ ਉਹੀ ਹੈ, ਗਾਣਾ ਕੰਪੋਜ਼ ਵੀ ਹੀਰਾ ਹੀ ਕਰਦਾ ਜੀ। ਉਹ ਵਾਹ। ਅਤੇ ਸਕ੍ਰਿਪਟ ਅਸੀਂ ਸਾਰੇ ਤਿਆਰ ਕਰਦੇ ਹਾਂ, ਡਾਇਲੋਗ ਕੀ ਬੋਲਣਾ ਉਹ ਸਾਰੇ ਅਸੀਂ ਜਦੋਂ ਇਕੱਠੇ ਖੜ ਜਾਂਦੇ ਹਾਂ ਉਦੋਂ ਫਿਰ ਅਸੀਂ ਤਿਆਰ ਕਰ। ਯਾਰ ਜੇ ਆਪਾਂ 2 ਮਿੰਟ ਲਈ ਸੋਚੀਏ ਕਿ ਬਾਹਰਲੀ ਦੁਨੀਆ 'ਚ ਕੈਮਰੇ ਆਫ ਨੇ, ਅਸੀਂ ਆਪਸ 'ਚ ਕਿੰਨੇ ਖੁਸ਼ ਬੈਠੇ ਹਾਂ ਨਾ, ਅਤੇ ਤੁਸੀਂ ਚਾਰੋਂ ਕਿੰਨੇ ਖੁਸ਼ ਹੋ, ਤੁਸੀਂ ਉਹਦੇ ਨਾਲ ਖੁਸ਼ ਹੋ, ਤੁਹਾਡੇ ਨਾਲ ਖੁਸ਼ ਹੈ, ਤੁਸੀਂ ਉਹਦੇ ਨਾਲ ਖੁਸ਼ ਹੋ, ਅਤੇ ਉਹ ਜਿਹੜਾ ਤੁਸੀਂ ਮਿਹਨਤ ਨਾਲ ਕੰਮ ਬਣਾਉਂਦੇ ਹੋ ਉਹਦੇ 'ਚੋਂ ਬਹੁਤੇ ਲੋਕ ਪਿਆਰ ਦੇ ਰਹੇ ਨੇ, ਅਤੇ ਫਿਰ ਦੁਨੀਆ ਜਿਹੜੀ ਹੈ ਜਿਹਨੂੰ ਦਿੱਕਤ ਆ ਉਹਨੂੰ ਦਿੱਕਤ ਕੀ ਹੈ? ਉਹਨੂੰ ਇਹ ਦਿੱਕਤ ਹੈ ਕਿ ਤੁਸੀਂ ਚੱਲ ਰਹੇ ਹੋ, ਕਿ ਇਹ ਦਿੱਕਤ ਹੈ ਕਿ ਉਹ ਤੁਹਾਡੇ ਵਾਂਗੂ ਕਿਉਂ ਨਹੀਂ ਬਣ ਪਾ ਰਹੇ, ਜਾਂ ਉਹ ਵੀ ਕੁਛ ਫੇਮਸ ਹੋਣਾ ਚਾਹੁੰਦੇ ਨੇ, ਵਾਇਰਲ ਹੋਣਾ ਚਾਹੁੰਦੇ ਨੇ, ਉਹਨਾਂ ਦੇ ਹੋਰ ਮੈਂ ਮੰਨਦਾ ਵੀ ਉਹਨੂੰ ਲੱਗਦਾ ਵੀ ਇਹ ਦਿੱਕਤ ਹੋ ਸਕਦੀ ਹੈ, ਕਿਉਂਕਿ ਬੇਰੁਜ਼ਗਾਰੀ ਇੰਨੀ ਜ਼ਿਆਦਾ ਜੀ। ਦੇਖੋ ਹੁਣ ਅਸੀਂ ਮਤਲਬ ਵਧੀਆ ਕੰਮ ਕਰ ਰਹੇ ਔਰ ਵਧੀਆ ਕਮਾ ਰਹੇ ਹਾਂ, ਅਤੇ ਜਿਹੜੇ ਬਾਹਰ ਬੈਠੇ ਜਾਂ ਬਾਹਰ ਵੀ ਉਹ ਇੰਨਾ ਮਤਲਬ ਵਧੀਆ ਨਹੀਂ ਕਮਾ ਰਹੇ, ਜਾਂ ਉਹਨੂੰ ਲੱਗਦਾ ਵੀ ਇਹ ਬੰਦਾ ਪੰਜਾਬ 'ਚ ਬੈਠਾ ਵੀ ਵਧੀਆ ਕਮਾ ਰਿਹਾ,
ਮਤਲਬ ਉਹ ਚੀਜ਼ਾਂ ਲੋਕੀ ਫਿਰ ਬੈਡ ਕਮੈਂਟ ਵਗੈਰਾ ਵੀ ਕਰਦੇ ਆ ਕਿ ਜੇ ਕੋਈ ਕੁਝ ਕਰ ਨਹੀਂ ਸਕਦਾ ਉਹ ਬਦਨਾਮੀ ਕਰਨੀ ਸ਼ੁਰੂ ਓ ਕੀ ਬਾਤ ਹੈ ਵੈਰੀ ਗੁੱਡ ਬਹੁਤ ਵਧੀਆ ਯਾਰ ਤੁਹਾਡੇ ਨਾਲ ਗੱਲਬਾਤ ਕਰਕੇ ਮੈਨੂੰ ਐਂ ਲੱਗ ਹੀ ਨਹੀਂ ਰਿਹਾ ਕਿ ਤੁਸੀਂ ਲੋਕ ਪਤਾ ਨਹੀਂ ਕਿਹੜਾ ਚਿਹਰਾ ਤੁਹਾਡਾ ਦੇਖਦੇ ਨੇ ਪਰ ਤੁਹਾਨੂੰ ਕਦੀ ਫੀਲ ਨਹੀਂ ਹੁੰਦਾ ਕਿ ਤੁਸੀਂ ਜਦੋਂ ਇੰਨਾ ਮਿਹਨਤ ਨਾਲ ਵੀਡੀਓ ਬਣਾਉਂਦੇ ਹੋ ਪਹਿਲਾਂ ਹੀ ਗੱਲ ਦੱਸੋ ਤੁਹਾਨੂੰ ਸਭ ਨੂੰ ਪਤਾ ਕਿ ਤੁਸੀਂ ਜਿਹੜੀ ਵੀਡੀਓ ਬਣਾਉਂਦੇ ਹੋ ਉਹ ਕਾਮੇਡੀ ਵੀਡੀਓ ਹੁੰਦੀ ਹੈ ਕਿਉਂਕਿ ਮੈਨੂੰ ਸਟਾਰਟ ਮੈਂ ਜਦੋਂ ਤੁਹਾਡੀ ਪਹਿਲੀ ਵੀਡੀਓ ਦੇਖੀ ਨਾ ਮੈਂ ਕਿਹਾ ਯਾਰ ਲਾਸਟ ਦੇ ਵਿੱਚ ਐਡਾ ਵੱਡਾ ਪੰਚ ਕਿ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਪੰਚ ਮਾਰਿਆ ਇਹ ਇਹਦਾ ਰਾਜ਼ ਦੱਸੋ ਪਹਿਲਾਂ ਹਾਂਜੀ ਉਹ ਅਸੀਂ ਸਾਨੂੰ ਪਤਾ ਹੁੰਦਾ ਸੀ ਉਹ ਪੰਚ ਰੱਖਦੇ ਹੀ ਹੈ ਤਾਂ ਕਿ ਲੋਕ ਜਿੱਦਾਂ ਹੁਣ ਮੈਂ ਹੁਣ ਪਤਾ ਨਹੀਂ ਮੈਂ ਬੋਲਾਂ ਕਿਵੇਂ ਕਿ ਇੰਨਾ ਸੀਰੀਅਸ ਮਾਹੌਲ ਚੱਲ ਰਿਹਾ ਐਂਡ 'ਚ ਆ ਕੇ ਬੰਦਾ ਕਹਿੰਦਾ ਪੂਰਤੀ ਇੱਦਾਂ ਹੀ ਉਹ ਪਤਾ ਹੁੰਦਾ ਤੁਹਾਨੂੰ ਕਿ ਤੁਹਾਡੀ ਜਿਹੜੀ ਸਟਾਰਟਿੰਗ ਹੁੰਦੀ ਨਾ ਬੰਦਾ ਬੜੇ ਧਿਆਨ ਨਾਲ ਹੋ ਜਾ ਹੁਣ ਕੀ ਹੋਏਗਾ ਜਿੱਦਾਂ ਆਪਾਂ ਫਿਲਮਾਂ 'ਚ ਨਹੀਂ ਦੇਖਦੇ ਮੈਂ ਕਦੀ ਵੱਡੀ ਫਿਲਮ ਵੀ ਦੇਖਦਾ ਉਹਦੇ 'ਚ ਵੀ ਕਈ ਵਾਰ ਇੰਨੀ ਕੰਸੈਂਟਰੇਸ਼ਨ ਨਹੀਂ ਲੱਗਦੀ ਕਿ ਫਿਲਮ ਦਾ ਸੀਨ ਆ ਗਿਆ ਉਧਰੋਂ ਮਿਊਜ਼ਿਕ ਚੱਲ ਰਿਹਾ ਉਧਰੋਂ ਹੀਰੋ ਨੇ ਐਂਟਰੀ ਮਾਰੀ ਉਧਰੋਂ ਸਸਪੈਂਸ ਹੈ ਪਰ ਤੁਹਾਡਾ ਇੰਨਾ ਸੀਰੀਅਸ ਮਾਹੌਲ ਜਾ ਕੇ ਐਂਡ 'ਚ ਹਾਸਾ ਪੋਰਦੇ ਉਹ ਉੱਥੋਂ ਦੱਸਦੇ ਨੇ ਜੀ ਉਹ ਪੋਰਨ ਦੇ ਸਾਨੂੰ ਅਗਰ ਪੈਸੇ ਮਿਲ ਰਹੇ ਹੈ ਜੀ ਪੋਰਨ ਦੇ ਹਨਾ ਜਦੋਂ ਸਾਨੂੰ ਇੱਕ ਦਿਨ ਦਾ 25,000 ਰੁਪਇਆ ਮਿਲ ਰਿਹਾ ਅਸੀਂ ਪੋਰ ਦਿੰਦੇ ਹਾਂ ਔਰ ਸਭ ਤੋਂ ਵੱਡੀ ਗੱਲ ਪਤਾ ਕੀ ਬਾਈ ਉਹ ਪੋਰਨ ਦੀ ਕਿ ਜਿਹੜਾ ਆਹ ਤੁਹਾਡਾ ਕਨਸੈਪਟ ਹੈ ਅੱਜ ਤੱਕ ਕਿਸੇ ਨੇ ਸੋਚਿਆ ਹੀ ਨਹੀਂ ਇਹ ਤੁਸੀਂ ਕਿੱਥੋਂ ਕਿੱਥੋਂ ਚੱਕਿਆ ਇੱਕ ਕਨਸੈਪਟ ਕਿੱਥੋਂ ਕਾਪੀ ਕੀਤਾ ਨਹੀਂ ਅਸੀਂ ਕੁਛ ਨਾ ਕੁਛ ਕਰਦੇ ਰਹਿੰਦੇ ਜੀ ਮਤਲਬ ਨਵਾਂ ਕਰਨ ਦੀ ਜਦੋਂ ਜੋ ਕਰਿਆ ਸਾਨੂੰ ਬਸ ਅੱਗੇ ਕੰਟੀਨਿਊ ਕਰੀ ਜਾ ਰਹੇ ਹਾਂ ਜੀ ਉਸ ਚੀਜ਼ ਨੂੰ ਜਿਵੇਂ ਮੈਂ ਹਮੇਸ਼ਾ ਫਿਲਮਾਂ ਦੇਖਦਾ ਹੁੰਦਾ ਜਾਂ ਜਮਾਂ ਹੀ ਫਨੀ ਸ਼ੁਰੂ ਪਹਿਲਾਂ ਤੋਂ ਫਨੀ ਐਂਡ ਤੱਕ ਫਨੀ ਜਾਂ ਪਹਿਲਾਂ ਸੀਰੀਅਸ ਐਂਡ ਤੱਕ ਸੀਰੀਅਸ ਪਰ ਤੁਸੀਂ ਸੀਰੀਅਸ ਦੇ ਵਿੱਚ ਐਂਡ ਜਿਹੜਾ ਫਨੀ ਮਾਰਦੇ ਹੋ ਮੈਨੂੰ ਬੜੀ ਵਧੀਆ ਲੱਗਦੀ ਉਹ ਗੱਲ ਯਾਰ ਨਹੀਂ ਇਹ ਪਤਾ ਕਿੱਥੋਂ ਹੋਇਆ ਜਿਸ ਤਰ੍ਹਾਂ ਆਮ ਪ੍ਰਮੋਸ਼ਨ ਕਰ ਦਿੰਦੇ ਆਪਾਂ ਉਹਦੇ 'ਤੇ ਵਿਊਜ਼ ਨਹੀਂ ਆਉਂਦੇ ਜੀ ਬੜਾ ਬੜਾ ਕੁਛ ਸਟਾਰ ਵੀ ਕਰ ਦੇਵੇ ਨਾ ਉਹਦੇ ਵੀ ਮੈਂ ਦੇਖਿਆ 30,000 ਵੀ ਆਉਂਦਾ ਪ੍ਰਮੋਸ਼ਨ ਵੀਡੀਓ 'ਤੇ ਬਟ ਜਿਸ ਤਰ੍ਹਾਂ ਹੁਣ ਕੋਈ ਕਨਸੈਪਟ ਹੁੰਦਾ ਹੈ ਤਾਂ ਕਨਸੈਪਟ ਨੂੰ ਲੋਕ ਦੇਖਣ ਲੱਗ ਜਾਂਦੇ ਆ ਉਹਨਾਂ ਨੂੰ ਮਤਲਬ ਐਂ ਹੁੰਦਾ ਵੀ ਐਂਡ 'ਚ ਮਤਲਬ ਪੂਰਾ ਕਨਸੈਪਟ ਵਧੀਆ ਹੋਊਗਾ ਪਰ ਐਂਡ 'ਚ ਉਹਨਾਂ ਨੂੰ ਕੀ ਪਤਾ ਵੀ ਵਿੱਚ ਨੂੰ ਗੇਮ ਘੁੰਮ ਜਾਣੀ ਤਾਂ ਅਸੀਂ ਗੇਮ ਘੁੰਮਾ ਦਿੰਦੇ ਜੀ ਬਸ ਕੀ ਬਾਤ ਹੈ ਯਾਰ ਅਗਰ ਆਪਾਂ ਸਿੱਧੀ ਐਡ ਕਰਦੇ ਸਕਿਪ ਕਰ ਦਿੰਦੇ ਨਹੀਂ ਨਹੀਂ ਕੋਈ ਦੇਖਦਾ ਨਹੀਂ ਨੋਰਮਲ ਵੀਡੀਓ ਦੇਖਣਾ ਕੋਈ ਪਸੰਦ ਨਹੀਂ ਕਰਦਾ ਜੀ ਮਤਲਬ ਉਹਨਾਂ ਦਾ ਐਂਟਰਟੇਨਮੈਂਟ ਵੀ ਹੋਣਾ ਚਾਹੀਦਾ ਔਰ ਪ੍ਰਮੋਸ਼ਨ ਵੀ ਜਿਹੜੇ ਐਡ ਕਰਾਉਂਦੇ ਨੇ ਉਹ ਉਹਨਾਂ ਨੂੰ ਉਸ ਐਡ ਦਾ ਫਾਇਦਾ ਕਿੰਨਾ ਕੁ ਮਿਲਦਾ ਕਿਸੇ ਨੇ ਦੁਬਾਰਾ ਫੋਨ ਕੀਤਾ ਕਿ ਰਿਸਪੌਂਸ ਆਉਂਦਾ ਫਿਰ ਸਾਤੇ ਵਾਰ-ਵਾਰ ਕਰਾਉਨੇ ਜੀ ਅੱਛਾ ਇੱਕੋ ਬੰਦਾ ਦੁਬਾਰਾ ਹਾਂਜੀ ਇੱਕ ਬੰਦਾ ਵਾਰ-ਵਾਰ ਤੇ ਹੁਣ ਤੱਕ ਤੁਸੀਂ ਕਿੰਨੀਆਂ ਐਡਾਂ ਕਰ ਚੁੱਕੇ ਹੋ ਕਈਆਂ ਦੇ ਘਟਾਣੇ ਵੀ ਪੈਂਦੇ ਸਟਾਰਟਿੰਗ ਕਿੱਥੋਂ ਕਰਦੇ ਹੋ ਵੀ ਤੁਸੀਂ ਪ੍ਰਮੋਸ਼ਨ ਦੀ ਮਿਨੀਮਮ ਕਿੰਨਾ ਚਾਰਜ ਕਰਦੇ ਹੋ ਸਟਾਰਟਿੰਗ ਜੇ ਦੱਸਣਾ ਕੰਫਰਟੇਬਲ ਸਮਝੋ ਤਾਂ ਨਹੀਂ ਤਾਂ ਆਪਾਂ ਸਕਿਪ ਕਰ ਸਕਦੇ ਨਹੀਂ ਕੋਈ ਨਹੀਂ ਪਤਾ ਕੀ ਹੈ ਜੀ ਸਾਨੂੰ ਕਰਦੇ ਤਾਂ ਹੈ ਹੀ ਆ ਲੋਕ ਫਿਰ ਸਾਨੂੰ ਦੱਸਣਾ ਪੈਂਦਾ ਉਹਦੇ ਵਿੱਚ ਵੀ ਇੰਨੇ ਚਾਰਜਸ ਕਰਦੇ ਇੱਥੇ ਕਿੰਨੇ ਚਾਰਜ ਹੁੰਦੇ ਵੀ ਸਟਾਰਟਿੰਗ ਆਈਡੀਆ ਕਿਸ ਤੋਂ ਥੱਲੇ ਨਹੀਂ ਕਰਨੀ ਅਸੀਂ 25,000 ਚ ਵੀਡੀਓ ਬਣਾਉਣੀ ਇੰਸਟਾ ਮੌਜ ਫੇਸਬੁੱਕ ਯੂਟਿਊਬ ਸਾਰੇ ਪਾਸੇ ਪਾ ਦਿੰਦੇ ਇੰਸਟਾ ਤੇ 25,000 ਤੇ 25,000 ਰੁਪਏ ਜਿਹੜਾ ਬੰਦਾ ਦਿੰਦਾ ਉਹਨੂੰ ਕਿੰਨੇ ਕੁ ਦਾ ਬਿਜ਼ਨਸ ਦਾ ਫਾਇਦਾ ਹੁੰਦਾ ਉਹ ਤਾਂ ਬਹੁਤ ਹੋ ਜਾਂਦਾ ਜੀ ਸਾਨੂੰ ਵਾਰ-ਵਾਰ ਕਰਾਉਣੇ ਜੀ ਲੋਕ ਸਾਡੇ ਤੋਂ ਵੀਡੀਓ ਜਿਹੜੇ ਕਰਾਉਂਦੇ ਨੇ ਉਹ ਪੂਰਾ ਇੱਜ਼ਤ ਮਾਨ ਦਿੰਦੇ ਨੇ ਹਾਂ ਜੀ ਕਿਉਂਕਿ ਵਾਰ ਵਾਰ ਉਹ ਫੋਨ ਕਰਕੇ ਫਿਰ ਕਈ ਵਾਰ ਤਾਂ ਨਾ ਮਤਲਬ ਜਿਸ ਤਰ੍ਹਾਂ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਸਾਨੂੰ ਮਤਲਬ ਅਸੀਂ ਐਂ ਕਹਿ ਦਿੰਦੇ ਵੀ ਮਹੀਨਾ ਬੁੱਕ ਹੈ ਮਤਲਬ ਤੇ ਅੱਛਾ ਇੱਕ ਮਹੀਨਾ ਤੁਹਾਡੇ ਕੋਲ ਟਾਈਮ ਹੈ ਨਹੀਂ ਹੁੰਦਾ ਵੀ ਨਹੀਂ ਵੈਸੇ ਅਸਲ 'ਚ ਆਲਰੇਡੀ ਪ੍ਰਮੋਸ਼ਨ ਸੱਚੀ ਗੱਲ ਹੈ ਜੀ ਓਕੇ ਅਸੀਂ ਬੁਕਿੰਗ ਕਰਦੇ ਤੇ ਤੁਸੀਂ ਜਿਹੜਾ ਬਈ ਕਨਸੈਪਟ ਸੋਚਦੇ ਹੋ ਜਿਵੇਂ ਕਿਸੇ ਦੀ ਪ੍ਰਮੋਸ਼ਨ ਕਰਦੇ ਹੋ ਉਹ ਕੌਣ ਸੋਚਦਾ ਕਿ ਇਹਦੀ ਇਦਾਂ ਕਰਾਂਗੇ ਹੁਣ ਜਿੱਦਾਂ ਹੁਣ ਮੈਂ ਕਹਿੰਦਾ ਕਿ ਤੁਸੀਂ ਆ ਫੁੱਲ ਦੀ ਐਡ ਕਰਨੀ ਹੈ ਚਲੋ ਇਹਦੀ ਕਿੱਦਾਂ ਐਡ ਕਰੂੰਗੇ ਸੀਰੀਅਸ ਮਾਲ ਤੋਂ ਐਂਡ ਸੀਰੀਅਸ ਪਤਾ ਕੀ ਨਾਮ ਦੇ ਨਾਲ ਨਹੀਂ ਸਾਨੂੰ ਮਤਲਬ ਇੱਕ ਜਿਸ ਤਰ੍ਹਾਂ ਤੁਸੀਂ ਕੰਪਨੀ ਜਾਂ ਕੋਈ ਵੀ ਹੈ ਨਾ ਸ਼ਾਪ ਉਹਦਾ ਨਾਮ ਪਤਾ ਹੋਊਗਾ ਵੀ ਹਾਂ ਵੀ ਉਹਨਾਂ ਨੇ ਪ੍ਰਮੋਸ਼ਨ ਕਰਾਉਣੀ ਹੈ ਅਸੀਂ ਨਾ ਜਿਸ ਤਰ੍ਹਾਂ ਹੁਣ ਸਟੋਰੀ ਘਰੋਂ ਤੁਰ ਮਤਲਬ ਸੋਚ ਕੇ ਨਹੀਂ ਜਾਂਦੇ ਹੈ ਜਿਸ ਤਰ੍ਹਾਂ ਅਸੀਂ ਕਿਤੇ ਜਾਣਾ ਤਾਂ ਉੱਥੇ ਲੋਕੇਸ਼ਨ ਦੇਖ ਲੈਂਦੇ ਵੀ ਕਿੱਦਾਂ ਦੀ ਹੈ ਲੋਕੇਸ਼ਨ ਦੇਖ ਕੇ ਜਿਹੜਾ ਸਾਈਡ 'ਤੇ ਪੌੜੀ ਪਈ ਹੈ ਫਿਰ ਉਹ ਪੌੜੀ 'ਤੇ ਇਹਨੂੰ ਚੜਾ ਦੂੰਗਾ ਵੀ ਉੱਪਰ ਤਾਰਾਂ ਤੋਂ ਨਾ ਮਤਲਬ ਵੀ ਇਲੈਕਟ੍ਰੀਸ਼ੀਅਨ ਬਣ ਜਾਊਗਾ ਉਸ ਅਕੋਰਡਿੰਗ ਆਪਣੇ ਆਪ ਨੂੰ ਢਾਲ ਲੈਂਦੇ ਹਾਂ ਅਸੀਂ ਤਾਂ ਉਸੇ ਅਕੋਰਡਿੰਗ ਸਟੋਰੀ ਘੁੰਮਾ ਦਿੰਦੇ ਹਾਂ ਓਕੇ ਕੀ ਬਾਤ ਹੈ ਯਾਰ ਉੱਪਰ ਕਹਿ ਦਿੰਦੇ ਯਾਰ ਤੁਹਾਨੂੰ ਤਜਰਬਾ ਤਾਂ ਹੈ ਨਹੀਂ ਤੂੰ ਕਰੰਟ ਲਵਾ ਲੂੰਗਾ ਮਤਲਬ ਸਟਾਰਟਿੰਗ 'ਚ ਵੀ ਲੋਕਾਂ ਨੂੰ ਲੱਗਦਾ ਪਤਾ ਨਹੀਂ ਕਰੰਟ ਲੱਗ ਜੂਗਾ ਇਹਦੇ ਉੱਪਰ ਜਾ ਕੇ ਪਰ ਉੱਥੇ ਦੇ ਰਸਤੇ ਵਿੱਚ ਇਹਨੂੰ ਉਤਰ ਜਾਂਦਾ ਚੱਲ ਠੀਕ ਹੈ ਜੇ ਤੂੰ ਕਹਿੰਦਾ ਮਤਲਬ ਪਹਿਲਾਂ ਲੱਗਦਾ ਵੀ ਪਤਾ ਨਹੀਂ ਜਾ ਕੇ ਹੱਥੇ ਲਾਊਗਾ ਤਾਰਾਂ ਨੂੰ ਤੇ ਉਹ ਕਿਹੜੀ ਐਡ ਸੀਗੀ ਤਾਰਾਂ ਵਾਲੀ ਆ ਕੇ ਐਂਡ 'ਚ ਕਿੱਥੇ ਇਫਨ ਬਾਕਸ ਦੀ ਐਡ ਦੀ ਇਫਨ ਬਾਕਸ ਦੀ ਉਹ ਬਾਹਰ ਦੀ ਐਡ ਕਰਦੇ ਅੱਛਾ ਤੁਸੀਂ ਓਕੇ ਕੀ ਬਾਤ ਹੈ ਤੇ ਯਾਰ ਮੈਂ ਇੱਕ ਜਿਹੜਾ ਸੀਰੀਅਸ ਸਵਾਲ ਹੁਣ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਜੇ ਤੁਹਾਡੇ ਕੋਲ ਕੋਈ ਐਡ ਆਉਂਦੀ ਹੈ ਸਪੋਜ਼ ਕਿਸੇ ਡਾਕਟਰ ਦੀ ਐਡ ਆ ਗਈ ਜਾਂ ਕੋਈ ਇਮੀਗ੍ਰੇਸ਼ਨ ਦੀ ਐਡ ਆ ਗਈ ਤੁਸੀਂ ਕੋਈ ਵੈਰੀਫਿਕੇਸ਼ਨ ਕਰਦੇ ਹੋ ਕਿ ਇਦਾਂ ਤਾਂ ਨਹੀਂ ਹੁੰਦਾ ਕੋਈ ਬੰਦਾ ਗਲਤ ਐਡ ਕਰਾ ਲਵੇ ਨਹੀਂ ਇੱਕ ਤਾਂ ਨਾ ਅਸੀਂ ਉਹਨਾਂ ਦੇ ਆਫਿਸ ਵਿਜ਼ਿਟ ਕਰਦੇ ਹਾਂ ਜ਼ਿਆਦਾਤਰ ਪਹਿਲਾਂ ਤਾਂ ਨਹੀਂ ਕਰਦੇ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਹੁੰਦੀਆਂ ਨਾ ਉਹ ਜ਼ਿਆਦਾਤਰ ਅਸੀਂ ਆਫਿਸ 'ਤੇ ਜਾ ਕੇ ਕਰਦੇ ਹਾਂ ਬਟ ਜੇ ਨਹੀਂ ਆਫਿਸ 'ਤੇ ਕਰਦੇ ਪਹਿਲੀ ਗੱਲ ਤਾਂ
ਕਈ ਵਾਰ ਇਦਾਂ ਹੋਇਆ ਕਿ ਤੁਹਾਡੇ ਐਡ ਕਰਨ ਦੇ ਨਾਲ ਉਹਨੂੰ ਬਹੁਤ ਲੱਖਾਂ ਕਰੋੜਾਂ ਦਾ ਫਾਇਦਾ ਹੋ ਗਿਆ ਹੋਵੇ ਤੇ ਮਿਸਯੂਜ਼ ਕੋਈ ਨਹੀਂ ਦੱਸਦਾ ਜੀ, ਮਤਲਬ ਕਿੰਨਾ ਫਾਇਦਾ ਹੋਇਆ ਜੀ, ਮਤਲਬ ਬਸ ਉਹ ਉਹਨਾਂ ਦੀ ਖੁਸ਼ੀ ਦੱਸਦੀ ਹੁੰਦੀ ਵੈਸੇ ਕਾਲ ਕਰਕੇ ਦੱਸ ਦੂਜੀ ਵਾਰੀ ਜੇ ਫਿਰ ਆ ਜਾਂ ਦੂਜੀ ਵਾਰ ਕਰਵਾਉਂਦੇ ਪ੍ਰਮੋਸ਼ਨ ਤੇ ਜੇ ਕਿਸੇ ਜਿੱਦਾਂ ਤੁਸੀਂ ਜੇ ਉਹ ਦੱਸ ਦੂੰਗੇ ਵੀ ਇੰਨਾ ਪ੍ਰੋਫਿਟ ਹੋ ਗਿਆ ਫਿਰ ਤਾਂ ਉਹਨਾਂ ਨੂੰ ਪਤਾ ਵੀ ਪੈਸੇ ਵੱਧ ਮੰਗੂਗੇ, ਪਰ ਤੁਸੀਂ ਦੂਜੀ ਵਾਰੀ ਪ੍ਰਮੋਸ਼ਨ ਦਾ ਰੇਟ ਵਧਾ ਦਿੰਦੇ ਹੋ ਕਿ ਨਹੀਂ? ਨਹੀਂ ਸੇਮ ਹੀ ਰੱਖਣਾ ਪੈਂਦਾ ਜੀ, ਫਿਰ ਅਗਰ ਕਹਿੰਦੇ ਵੈਸੇ ਤਾਂ ਸਗੋਂ ਦੂਜੀ ਵਾਰ ਤਾਂ ਘਟਾਉਂਦੇ ਆ ਫਿਰ ਵੀ ਹਾਂ ਵੀ ਅਸੀਂ ਜਿਹੜੇ ਬੰਦੇ ਨੇ ਕਦੇ ਕਦੇ ਪ੍ਰਮੋਸ਼ਨ ਕਰਨੀ ਹੈ ਜੀ, ਮਤਲਬ ਉਹ ਤਾਂ ਹੋ ਸਕਦਾ ਵੀ ਇੱਕ ਬੰਦੇ ਤੋਂ ਲੱਖ ਰੁਪਏ ਮੰਗ ਲਓ ਜੀ, ਅਸੀਂ ਤਾਂ ਰੋਜ਼ ਕਰਨੀ ਹੁੰਦੀ ਹੈ ਤਾਂ ਅਸੀਂ ਡੀਲ ਕੌਣ ਕਰਦਾ ਪ੍ਰਮੋਸ਼ਨ ਦੀ ਗੱਲ ਤੁਹਾਡੇ ਨਾਲ? ਕੌਣ ਗੋਵਿੰਦਾ ਵੀ ਕਰ ਲੈਂਦਾ, ਮੈਂ ਵੀ ਕਰ ਲੈਂਦਾ ਜੀ। ਤੇ ਤੁਸੀਂ ਬਾਈ ਜਿੱਦਾਂ ਜੇ ਕੋਈ ਕੋਈ ਕਿਸੇ ਨੇ ਐਡ ਕਰਾਣੀ ਆ ਪਰ ਤੁਹਾਨੂੰ ਪਿੱਛੋਂ ਪਤਾ ਨਾ ਹੋਵੇ ਕਿ ਕੋਈ ਡਾਕਟਰ ਹੈ, ਕੋਈ ਦਵਾਈ ਦੀ ਐਡ ਕਰਾ ਰਿਹਾ, ਕੋਈ ਦਵਾਈ ਦੀ ਐਡ ਕਰਦੇ ਹੋ ਤੁਸੀਂ? ਦਵਾਈ ਦੀ ਐਡ ਅਸੀਂ ਕਰਦੇ ਨਹੀਂ ਹੈ ਜੀ, ਮਤਲਬ ਮੈਡੀਕਲ ਲਾਈਨ 'ਚ ਕੁਛ ਨਹੀਂ, ਕੋਈ ਨਹੀਂ ਕਰਦੇ। ਹੋਰ ਕੋਈ ਐਸੀ ਐਡ ਜਿਹਦੇ ਨਾਲ ਲੋਕਾਂ ਦਾ? ਪੇਸ਼ੈਂਟ ਦੀ ਨਹੀਂ, ਇੱਕ ਮੈਡੀਕਲ ਲੈਂਦੀ, ਅਸੀਂ ਬਾਹਰ ਦੀ ਨਹੀਂ ਕਰਦੇ। ਚਲੋ ਵੈਰੀ ਗੁੱਡ, ਮੈਡੀਕਲ ਦੀ ਤਾਂ ਬਹੁਤ ਧਿਆਨ ਹੈ ਕਿਉਂਕਿ ਮੈਂ ਜਾਣਦਾ ਤੁਸੀਂ ਮੇਰੇ ਭਰਾ ਹੋ। ਹਾਂ, ਕਿਉਂਕਿ ਤੁਹਾਨੂੰ ਤੁਹਾਡੀ ਵੀਡੀਓ ਲੋਕ ਭਾਵੇਂ ਮਜ਼ਾਕ 'ਚ ਦੇਖਣ ਭਾਵੇਂ ਸੀਰੀਅਸ ਦੇਖਣ, ਪਰ ਜਦੋਂ ਤੱਕ ਲੋਕਾਂ ਦਾ ਗੱਲ ਪਹੁੰਚ ਗਈ ਨਾ ਤੇ ਜਿਹੜਾ ਬੰਦਾ ਪਰੇਸ਼ਾਨ ਹੈ ਉਹਨੇ ਇੱਕ ਵਾਰੀ ਉਹਨੂੰ ਕਾਲ ਕਰ ਲਿਆ ਕਿ ਤੁਸੀਂ ਵੀਡੀਓ ਪਾਈ ਹੈ, ਤੁਹਾਨੂੰ ਤਾਂ ਉਹਦੇ ਪੈਸੇ ਮਿਲ ਜਾਣੇ, ਪਰ ਉਸਦਾ ਜਿਹੜਾ ਬੰਦਾ ਉਹ ਸ਼ੈਤਾਨੀ ਦਿਮਾਗ ਉਹਦੇ ਪਿੱਛੇ ਉਹ ਪਤਾ ਨਹੀਂ ਕਿੰਨੇ ਜ਼ਿੰਦਗੀ ਨਾਲ ਖਿਲਵਾੜ ਕਰਦਾ। ਹੁਣ ਅਸੀਂ ਰੋਜ਼ ਪ੍ਰਮੋਸ਼ਨ ਕਰਦੇ, ਸਾਨੂੰ ਇੰਨਾ ਕੁ ਮਤਲਬ ਤਜਰਬਾ ਹੋ ਗਿਆ ਵੀ ਕਿਹੜੇ ਬੰਦੇ ਦੀ ਪ੍ਰਮੋਸ਼ਨ ਕਰ ਸਕਦੇ ਹਾਂ। ਤੇ ਫਿਰ ਪ੍ਰਮੋਸ਼ਨ ਦਾ ਜਵਾਬ ਕਿਵੇਂ ਦਿੰਦੇ ਹੋ? ਜੇ ਨਹੀਂ ਕਰਨੀ ਹੁੰਦੀ ਫਿਰ ਮੈਂ ਰਿਪਲਾਈ ਮਤਲਬ ਨਾ ਕਰੋ, ਉਸ ਤੋਂ ਬਾਅਦ ਫੋਨ ਨਾ ਚੱਕੋ, ਜਾਂ ਫਿਰ ਰੇਟ ਜ਼ਿਆਦਾ ਬੋਲ ਦਿੰਦੇ ਸਿੱਧੀ 2-3 ਲੱਖ ਮੰਗ ਲੈਂਦੇ, ਅਗਲਾ ਮਨਾ ਕਰ ਦਿੰਦਾ। ਆਹ ਗੱਲ ਵਧੀਆ ਹੈ, ਮਨਾ ਕਰਨੇ ਦਾ ਜਵਾਬ, ਮਨਾ ਕਰਨੇ ਨਾਲ ਰੇਟ ਜ਼ਿਆਦਾ ਦੱਸ ਦਿਓ। ਹਾਂ ਕਿ 3 ਲੱਖ ਮੰਗ ਲਓ, ਆਪਾਂ ਕਹਿੰਦੇ ਯਾਰ 3 ਲੱਖ ਤਾਂ ਜ਼ਿਆਦਾ, ਇੰਨੀ ਰੀਅਲ ਵਾਲੇ ਨੂੰ ਇੰਨੇ ਨਹੀਂ ਦਿੰਦੇ ਪੈਸੇ। ਪਰਿਵਾਰ ਕਿਵੇਂ ਤੁਹਾਨੂੰ ਦੇਖਦੇ ਨੇ ਬਾਈ? ਤੁਹਾਡੇ ਦੇਖਦੇ ਨੇ ਵੀਡੀਓਜ਼ ਤੁਹਾਡੀਆਂ, ਖੁਸ਼ ਹੁੰਦੇ ਨੇ, ਸ਼ਾਬਾਸ਼ੀ ਦਿੰਦੇ ਨੇ ਕਿ ਰੋਕਦੇ ਨੇ, ਕੀ ਕਰਦੇ ਨੇ? ਉਹ ਘਰ 'ਚ ਮਦਰ ਆਈ, ਮਤਲਬ ਕਾਫੀ ਖੁਸ਼ ਹੈ ਜੀ ਉਹ। ਓਕੇ, ਮੰਮਾ ਦੇਖਦੇ ਨੇ ਵੀਡੀਓ? ਹਾਂਜੀ ਮੰਮਾ, ਪਤਾ ਕਿ ਤੁਸੀਂ ਕਾਮਯਾਬੀ ਦਾ ਪੁੱਛ ਰਹੇ ਤੇ ਨਾ, ਉਹ ਮੈਂ ਆਹੀ ਜਵਾਬ ਦੇਣਾ ਸੀ, ਮਤਲਬ ਜੇ ਹੁਣ ਅਸੀਂ ਆਪਣੀ ਮਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇਖਦੇ ਹਾਂ ਨਾ, ਸਾਡੇ ਲਈ ਤਾਂ ਉਹੀ ਕਾਮਯਾਬੀ ਹੈ ਇਹ ਚੀਜ਼ ਹੈ, ਕਿਉਂਕਿ ਅਸੀਂ ਦੇਖਿਆ ਵਾ ਸਾਰਾ ਕੁਛ, ਮਤਲਬ ਕਿਵੇਂ ਦੁੱਖ ਤੇ ਜਿਹੜੇ, ਵੈਸੇ ਮੈਂ ਡਿਸਕਸ ਨਹੀਂ ਕਰਨਾ ਚਾਹੁੰਦਾ, ਪਰ ਮੈਂ ਚਾਹੁੰਦਾ ਤੁਸੀਂ ਇੱਕ ਇਹ ਵੀ ਸਾਈਡ ਕਰੋ ਕਿਉਂਕਿ ਹਰ ਟਾਈਮ ਲੋਕਾਂ ਨੇ, ਕਿਉਂਕਿ ਇਹ ਚੀਜ਼ ਬਿਲਕੁਲ ਵੀ ਗੋਵਿੰਦਾ ਭਰਾ ਤਰਸ ਦੇ ਆਧਾਰ 'ਤੇ ਨਹੀਂ ਸੁਣਾਉਣਾ ਚਾਹੁੰਦੇ, ਪਰ ਮੈਂ ਚਾਹੁੰਦਾ ਕਿ ਇਹ ਰੱਖਣ ਇਹ ਗੱਲ, ਕਿਉਂਕਿ ਉਹੀ ਗੱਲ ਹੈ ਨਾ, ਕੈਮਰੇ ਮੂਹਰੇ ਤੁਸੀਂ ਦੇਖਦੇ ਹੋ, ਕੈਮਰੇ ਬੰਦ ਦੀ ਜਿਹੜੀਆਂ ਗੱਲਾਂ ਹੁੰਦੀਆਂ ਉਹ ਵੀ ਦੇਖਣੀਆਂ ਚਾਹੀਦੀਆਂ। ਮੈਂ ਜੇ ਤੁਸੀਂ ਕੰਫਰਟੇਬਲ ਹੋ ਬਾਈ ਕਰ ਸਕਦੇ ਹੋ ਜੀ? ਹਾਂਜੀ, ਕਿੱਦਾਂ ਤੁਸੀਂ ਕਿੱਦਾਂ ਇਹਨਾਂ ਚੀਜ਼ਾਂ ਨੂੰ ਸਮਝਦੇ ਹੋ? ਦੇਖੋ ਮੈਂ ਤਾਂ ਸਮਝਦਾ, ਦੇਖੋ ਮੈਂ ਨਾ ਜ਼ੋਮੈਟੋ ਵਿੱਚ ਕੰਮ ਕਰਦਾ ਹੁੰਦਾ ਤਾ ਜੀ। ਅੱਛਾ ਜੀ, ਤੇ ਵੈਸੇ ਮੈਂ ਉਸ ਤੋਂ ਪਹਿਲਾਂ ਕਾਲਿੰਗ ਲਾਈਨ 'ਚ ਵੀ ਕਾਲ ਸੈਂਟਰ 'ਚ ਵੀ ਕੰਮ ਕਰਿਆ। ਕਿਹੜੀ ਏਜ 'ਚ ਲੱਗ ਗਏ ਸੀ ਤੁਸੀਂ ਕੰਮ ਕਰਨ? ਮੈਂ ਮਤਲਬ 18 ਸਾਲ ਦਾ ਸੀ, 18 ਸਾਲ ਕੰਮ ਲੱਗ ਗਏ ਸੀ। ਹਾਂ, ਕੰਮ ਲੱਗਣ ਦਾ ਕਾਰਨ ਪੜ੍ਹਾਈ 'ਚ ਨਲਾਇਕ ਸੀ ਕਿ ਨਹੀਂ? ਮਤਲਬ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਨਾ ਜੀ, ਉਸ ਤੋਂ ਬਾਅਦ ਫਿਰ ਮੈਨੂੰ ਮਜਬੂਰਨ ਕੰਮ ਕਰਨਾ ਪਿਆ, ਸਟੱਡੀ ਕਰਦਾ ਸੀਗਾ ਜੀ, ਮਤਲਬ ਬੀ ਕੌਮ ਕਰ ਰਿਹਾ ਸੀ ਜੀ। ਸਾਡੇ ਨਾ ਫਾਦਰ ਸਾਹਿਬ ਨੂੰ ਕੈਂਸਰ ਸੀ, ਹੈ ਨਾ, ਤਾਂ ਕਰਕੇ ਉਹ ਘਰੇ ਬੈਠ ਗਏ ਸੀ, ਮਤਲਬ ਬੈਠਣਾ ਹੀ ਪੈਣਾ ਸੀ, ਬਿਮਾਰ ਸੀ, ਡਾਕਟਰਾਂ ਨੇ ਵੀ ਕਿਹਾ ਤਾ। ਅਤੇ ਉਸ ਤੋਂ ਬਾਅਦ ਫਿਰ ਮਤਲਬ ਮੈਂ ਕਰ ਰਿਹਾ ਤਾਂ ਬੀ ਕੌਮ, ਫਿਰ ਮੇਰੀ ਪੜ੍ਹਾਈ ਛੁੱਟ ਜਾਣੀ ਸੀ ਜੀ, ਮੈਂ ਹਟ ਕੇ ਉਹ ਕਰਦਾ, ਬੀ ਕੌਮ ਕਰ ਰਿਹਾ ਸੀ ਨਾ, ਇੱਕ ਥੋੜ੍ਹਾ ਮੈਂ ਮਤਲਬ ਪੜ੍ਹਾਈ 'ਚ ਥੋੜ੍ਹਾ ਠੀਕ ਸੀ, ਤਾਂ ਕਰਕੇ ਮਤਲਬ ਇਹਨੇ ਇਹ ਵੀ ਹੈ ਤਾਂ ਪਲੱਸ ਟੂ ਕਰਕੇ ਇਹਨੇ ਫਿਰ ਅੱਗੇ ਪੜ੍ਹ ਸਕਦਾ ਤਾ, ਬਟ ਮੈਨੂੰ ਵੀ ਮੇਰੀ ਪੜ੍ਹਾਈ ਨਾ ਮਤਲਬ ਹਟੇ, ਤਾਂ ਫਿਰ ਇਹ ਕੰਮ 'ਤੇ ਲੱਗ ਗਿਆ, ਔਰ ਨਾਲੇ ਡੈਡੀ ਦੀ ਵੀ ਚਲੋ ਦੇਖਭਾਲ ਕਿਤੇ ਲੈ ਕੇ ਜਾਣਾ ਹੁੰਦਾ ਤਾ ਨਾ। ਅਤੇ ਇਹਦੇ ਮਤਲਬ ਅਸੀਂ ਨਾ ਜੀ ਕੰਮ ਦੇ ਨਾਲ ਨਾਲ ਮਤਲਬ ਵੀਡੀਓਜ਼ ਵੀ ਬਣਾਉਂਦੇ ਰਹੇ, ਔਰ ਆਪਣਾ ਕੰਮ ਵੀ ਕਰਦੇ ਰਹੇ, ਮਤਲਬ 7000 ਸੈਲਰੀ 'ਤੇ ਜੋਬ ਕਰਦਾ ਰਿਹਾ, ਹੌਲੀ ਹੌਲੀ ਮਤਲਬ ਸਾਨੂੰ ਵੀਡੀਓਜ਼ ਤੋਂ ਇਨਕਮ ਬਣਦੀ ਰਹੀ। ਮਤਲਬ ਇਹ ਦੇਖੋ ਵੀ ਜਿਹੜਾ ਬੰਦਾ ਮਤਲਬ ਇੱਕ ਮਹੀਨੇ ਤੋਂ 7000 ਕਮਾਉਂਦਾ ਤਾ, ਹੁਣ ਅੱਜ ਇੱਕ ਦਿਨ ਦਾ 25000 ਰੁਪਏ ਕਮਾ ਰਿਹਾ। ਵਾਹ ਜੀ ਵਾਹ, ਜਿਹਨੂੰ ਇੱਕ ਮਹੀਨੇ 'ਚ ਮਿਲਦਾ ਨਾ, ਮਤਲਬ ਮੈਂ ਇਹ ਲੋਕਾਂ ਨੂੰ ਤਾਂ ਦੱਸਣਾ ਚਾਹੁੰਦਾ ਵੀ ਮਤਲਬ ਜੇ ਬੰਦਾ ਮਿਹਨਤ ਕਰੇ ਕੁਛ ਵੀ ਹੋ ਸਕਦਾ ਲਾਈਫ ਦੇ ਵਿੱਚ, ਮਤਲਬ ਜੋ ਉਹ ਕਰਨਾ ਚਾਹੁੰਦੇ ਸਭ ਕੁਝ ਹੋਊਗਾ, ਪਰ ਆਪਣੇ ਆਪ ਵਿਸ਼ਵਾਸ ਹੋਣਾ ਚਾਹੀਦਾ। ਜਦੋਂ ਪਾਪਾ ਨੂੰ ਕੈਂਸਰ ਸੀ ਵੀਰੇ, ਉਦੋਂ ਕੀ ਮਹਿਸੂਸ ਕਰ ਰਹੇ ਸੀਗੇ? ਕਿਉਂਕਿ ਇੱਕ ਜਿੱਦਾਂ ਹੁਣ ਅਸੀਂ ਮੈਡੀਕਲੀ ਹੋਸਪਿਟਲ 'ਚ ਰੋਜ਼ ਦੇਖਦੇ ਹਾਂ ਨਾ, ਤਾਂ ਮੈਨੂੰ ਬੜੇ ਲੋਕ ਫੋਨ ਕਰਦੇ ਨੇ ਕਿ ਅਸੀਂ ਸਮਝ ਸਕਦੇ ਹਾਂ ਸਮਝ ਸਕਦੇ ਹਾਂ। ਉਹ ਇਸ ਲਈ ਨਹੀਂ ਸਮਝ ਸਕਦੇ ਕਿ ਉਹ ਵੀਡੀਓ ਦੇਖਦੇ ਨੇ, ਉਹ ਇਸ ਲਈ ਸਮਝ ਸਕਦੇ ਨੇ ਕਿਉਂਕਿ ਉਹਨਾਂ ਦੇ ਘਰ ਉਹ ਚੀਜ਼ ਬੀਤੀ ਆ। ਤਾਂ ਤੁਹਾਡੇ ਘਰ ਦੇ ਵਿੱਚ ਉਹ ਚੀਜ਼ ਬੀਤੀ ਆ, ਉਸ ਸਮੇਂ ਤੁਸੀਂ ਦੋਨੋਂ ਭਰਾਵਾਂ ਨੇ ਕੀ ਸਿਚੁਏਸ਼ਨ ਸੀਗੀ ਉਦੋਂ, ਕੀ ਮਾਹੌਲ ਸੀ? ਬਸ ਅਸੀਂ ਹਾਰ ਨਹੀਂ ਮੰਨੀ, ਮਤਲਬ ਸਾਡੇ ਨਾਲ ਖਤਮ ਹੀ ਹੋ ਗਿਆ ਸੀ ਮਤਲਬ ਸਿਸਟਮ ਜਿਹਾ ਸਾਰਾ, ਵੀ ਘਰੇ ਬਹੁਤ ਔਖਾ ਤਾ, ਬਟ ਐਂ ਆ ਵੀ ਚਲੋ ਅਸੀਂ ਲੱਗੇ ਰਹੇ ਹੈ ਨਾ। ਅਤੇ ਗੋਵਿੰਦਾ ਵੀ ਅਸੀਂ ਜਾਈਏ ਕੰਮ 'ਤੇ ਨਾਲ ਦੀ ਨਾਲ, ਅਤੇ ਨਾਲ ਦੀ ਨਾਲ ਸਵੇਰੇ ਸਵੇਰੇ ਅਸੀਂ ਵੀਡੀਓ ਵੀ ਉਸ ਟਾਈਮ ਵੀ ਬਣਾ ਲੈਂਦੇ ਹੁੰਦੇ ਤੇ, ਬਟ ਬੱਚੀ ਨੂੰ ਫਿਰ ਅਸੀਂ ਵੀਡੀਓ ਬਣਾਉਣੀ ਬੰਦ ਵੀ ਕਰਤੀ ਤੀ ਜਦ ਡੈਡੀ ਜ਼ਿਆਦਾ ਸੀਰੀਅਸ ਹੋ ਗਏ ਤੇ। ਅਤੇ ਉਸ ਤੋਂ ਬਾਅਦ ਡੈਡੀ ਮਤਲਬ ਜਦ ਹੋਸਪਿਟਲ 'ਚ ਆਖਰੀ ਦਿਨਾਂ ਵਿੱਚ ਮਤਲਬ ਡਾਕਟਰਾਂ ਨੇ ਕਿਹਾ ਤਾ ਵੀ, ਪਹਿਲਾਂ ਤਾਂ
ਡੈਡੀ ਨੂੰ ਇਹ ਸੀ ਨਾ, ਮਤਲਬ ਅਸੀਂ ਦੱਸਦੇ ਤਾਂ ਹੁੰਦੇ ਸੀਗੇ ਵੀ ਹੀਰੇ ਨੂੰ ਸਿੰਗਰ ਬਣਾਉਣਾ ਹੈ, ਪਰ ਸਾਨੂੰ ਪਤਾ ਵੀ ਜਦੋਂ ਬਹੁਤ ਛੋਟੇ ਲੈਵਲ ਤੇ ਹੁੰਦੇ ਆ ਨਾ, ਮਤਲਬ ਕੋਈ ਵੀ ਬੰਦਾ ਯਕੀਨ ਨਹੀਂ ਕਰਦਾ ਹੈ ਵੀ ਮਤਲਬ ਇਹ ਕਿਵੇਂ ਹੋ ਸਕਦਾ ਹੈ, ਤੁਸੀਂ ਕੋਈ ਕੰਮ ਸਿੱਖ ਲਓ ਹੈ ਨਾ। ਡੈਡੀ ਨੇ ਕਹਿਣਾ ਵੀ ਤੁਸੀਂ ਮਤਲਬ ਆਹ, ਮੈਨੂੰ ਡੈਡੀ ਕਹਿੰਦਾ ਹੁੰਦਾ ਤੂੰ ਮੋਟਰਸਾਈਕਲ ਦਾ ਕੰਮ ਸਿੱਖ ਲੈ ਵੀ ਮੋਟਰਸਾਈਕਲ ਵਗੈਰਾ ਰਿਪੇਅਰ ਵਗੈਰਾ ਕਰਨੇ ਦਾ, ਅਤੇ ਹੀਰੇ ਨੂੰ ਮਤਲਬ ਹੀਰਾ ਥੋੜ੍ਹਾ ਪੜ੍ਹਾਈ ਵਿੱਚ ਹੁਸ਼ਿਆਰ ਤਾ ਵੀ ਤੂੰ ਕਿਤੇ ਮਤਲਬ ਬੀ ਕੌਮ ਵਗੈਰਾ ਕਰਕੇ ਕਿਤੇ ਵਧੀਆ ਮਤਲਬ ਅਕਾਊਂਟਸ ਦਾ ਕੰਮ ਸਿੱਖ ਲਈ। ਤੁਹਾਡੀ ਸੁੱਖੀ ਵੀਰੇ ਕੀ ਲਾਈਫ ਸਟੋਰੀ ਹੈ, ਤੁਸੀਂ ਕਿਵੇਂ ਕਿਹੜੇ ਹਾਲਾਤਾਂ 'ਚੋਂ ਲੰਘੇ ਹੋ ਘਰ ਦੇ, ਕਿਉਂਕਿ ਮੈਂ ਚਾਹੁੰਦਾ ਰਾਜੇ ਦੇ ਬੱਚੇ ਤਾਂ ਸਾਰੇ ਰਾਜੇ ਬਣ ਜਾਂਦੇ ਨੇ, ਇੱਕ ਛੋਟੇ ਘਰੋਂ ਜਦੋਂ ਬੱਚਾ ਉੱਠ ਕੇ ਰਾਜਾ ਬਣਦਾ ਨਾ, ਉਹ ਲੋਕਾਂ ਕੋਲ ਬਰਦਾਸ਼ਤ ਘੱਟ ਹੁੰਦਾ, ਕਿਉਂਕਿ ਲੋਕ ਅੱਜ ਕੱਲ੍ਹ ਸ਼ਕਲਾਂ 'ਤੇ ਕਮੈਂਟ ਕਰਦੇ ਨੇ, ਸਿੱਧੂ ਵੀ ਕਹਿੰਦਾ ਹੁੰਦਾ ਸੀ, ਕਹਿੰਦਾ ਮੈਂ ਸ਼ਕਲੋਂ ਸਲਮਾਨ ਖਾਨ ਤਾਂ ਨਹੀਂ ਲੱਗਦਾ, ਸ਼ਾਹਰੁਖ ਖਾਨ ਤਾਂ ਨਹੀਂ ਲੱਗਦਾ, ਪਰ ਉਹ ਮੇਰੇ ਨਾਲ ਫੋਟੋਆਂ ਜ਼ਰੂਰ ਖਿਚਾਉਣਗੇ। ਅਤੇ ਵਾਕਈ ਅੱਜ ਉਹਦੀ ਪਾਰਟੀਆਂ 'ਚ ਸ਼ਾਹਰੁਖ ਖਾਨ ਦੀ ਪਾਰਟੀਆਂ 'ਚ, ਸਲਮਾਨ ਖਾਨ ਦੀ ਪਾਰਟੀਆਂ 'ਚ ਸਿੱਧੂ ਚੱਲਦਾ, ਤਾਂ ਤੁਹਾਡੇ 'ਤੇ ਵੀ ਉਹੀ ਗੱਲ ਟੁੱਕਦੀ ਹੈ ਕਿ ਤੁਹਾਡੇ ਕੰਮ 'ਚ ਇੰਨਾ ਦਮ ਹੋਣਾ, ਆਉਣ ਵਾਲੇ ਟਾਈਮ 'ਤੇ ਤੁਸੀਂ ਸਟਰਗਲ ਕਰ ਰਹੇ ਹੋ, ਇੰਨਾ ਜ਼ਬਰਦਸਤ ਕੰਟੈਂਟ ਲੋਕਾਂ ਨੂੰ ਦੇ ਰਹੇ ਹੋ, ਤੁਸੀਂ ਬਾਈ ਦੱਸੋ ਤੁਸੀਂ ਕਿਵੇਂ, ਤੁਹਾਡੀ ਫੈਮਿਲੀ 'ਚ ਖੁਸ਼ ਨੇ? ਹਾਂਜੀ ਸਾਰੇ ਖੁਸ਼ ਹੈ ਜੀ, ਵੀਡੀਓਜ਼ ਦੇਖਦੇ ਹਾਂ, ਵਧੀਆ ਲੱਗਦੀਆਂ ਜੀ। ਵੈਸੇ ਸਾਡਾ ਬੇਸਿਕਲੀ ਦੁੱਧ ਦਾ ਕੰਮ ਹੈ ਜੀ, ਹੈ ਨਾ, ਡੇਅਰੀ ਫਾਰਮ ਦਾ ਕੰਮ ਹੈ ਜੀ। ਵੈਸੇ ਸਵੇਰ ਨੂੰ ਦੁੱਧ ਵੀ ਪਾ ਕੇ ਆਉਣਾ ਪੈਂਦਾ ਜੀ। ਅੱਜ ਵੀ ਜਾਂਦੇ ਹੋ? ਹਾਂਜੀ, ਸਵੇਰੇ ਸ਼ਾਮ ਦੁੱਧ ਪਾਉਣਾ ਪੈਂਦਾ ਜੀ। ਬਾਈ ਉਹ ਚੀਜ਼ ਨਹੀਂ ਦਿਖਾਉਂਦੇ ਤੁਸੀਂ ਕਦੇ ਜ਼ਿੰਦਗੀ 'ਚ, ਜਿੱਦਾਂ ਹੁਣ ਤੁਸੀਂ ਅੱਜ ਮੇਰੇ ਖਿਆਲ ਪਹਿਲੀ ਵਾਰੀ ਰਿਵੀਲ ਕੀਤਾ ਆਪਣੇ ਘਰ ਦੇ ਕੀ ਹਾਲਾਤ, ਉਹਨਾਂ 'ਚੋਂ ਨਿਕਲੇ ਹਾਂ ਅਸੀਂ, ਇਹ ਕਿਉਂ ਨਹੀਂ ਰਿਵੀਲ ਕਰਦੇ? ਕਿਉਂਕਿ ਜਿਹੜੇ ਬਾਕੀ ਇੰਟਰਵਿਊ ਵਾਲੇ ਹੁੰਦੇ ਨਾ, ਉਹ ਹੋਰ ਇਹ ਚੀਜ਼ਾਂ ਪੁੱਛੀ ਜਾਂਦੇ, ਮਤਲਬ ਜਿਹੜੀ ਅਸਲੀ ਚੀਜ਼ ਹੈ ਅੱਜ ਤੁਸੀਂ ਉਹ ਪੁੱਛੀ ਹੈ ਮੇਰੇ ਹਿਸਾਬ ਨਾਲ। ਇਹ ਸਭ ਤੋਂ ਜ਼ਿਆਦਾ ਮਾੜੀ ਗੱਲ ਨਾ ਸਾਡੇ ਸਮਾਜ ਦੀ, ਕਿ ਇੱਕ ਬੰਦੇ ਨੂੰ ਘੇਰਨਾ ਹੀ ਆ ਬਸ, ਕਿ ਬਸ ਇਹਨਾਂ ਦੀ ਬੇਇੱਜ਼ਤੀ ਕਰਕੇ ਮੈਂ ਆਪਣੇ ਵਿਊ ਲੈ ਲਾ। ਮੈਂ ਕਹਿੰਦਾ ਮੇਰੇ ਪੋਡਕਾਸਟ ਨੂੰ ਕੋਈ ਨਾ ਦੇਖੇ, ਮੈਂ ਵਿਊਆਂ ਦਾ ਭੁੱਖਾ ਨਹੀਂ ਹੈਗਾ, ਪਰ ਮੈਂ ਚਾਹੁੰਦਾ ਕਿ ਯਾਰ ਇੱਕ ਬੰਦੇ ਦੀ, ਜਦੋਂ ਇੱਕ ਪਾਸੋਂ ਮੈਂ ਯੂਥ ਨੂੰ ਬਹੁਤ ਕਹਿੰਦਾ ਪੰਜਾਬ ਬਚਾਓ, ਪੰਜਾਬ ਬਚਾਓ, ਆਹ ਕਰੋ, ਅਤੇ ਜੇ ਕੋਈ ਨੌਜਵਾਨ ਅੱਜ ਚਾਰ ਇਕੱਠੇ ਹੋ ਕੇ ਆਪਣੇ ਪੈਰਾਂ 'ਤੇ ਖੜ੍ਹੇ ਨੇ, ਤੁਸੀਂ ਕੱਲ੍ਹ ਨੂੰ ਚਾਰਾਂ ਨੂੰ ਹੋਰ ਰੁਜ਼ਗਾਰ ਦਊਂਗੇ, ਅਤੇ ਯਾਰ ਪੰਜਾਬ ਦਾ ਪੈਸਾ ਪੰਜਾਬ 'ਚ ਹੀ ਰਹਿ ਰਿਹਾ, ਇਹ ਗੱਲ 'ਤੇ ਵੱਲ ਕੋਈ ਧਿਆਨ ਨਹੀਂ ਦਿੰਦਾ। ਬਿਲਕੁਲ ਜੀ, ਤੁਸੀਂ ਕਦੀ ਬਾਹਰ ਜਾਣ ਬਾਰੇ ਨਹੀਂ ਸੋਚਿਆ? ਜਾਵਾਂਗੇ ਜੀ, ਮਤਲਬ ਸਿਰਫ ਘੁੰਮਣ ਵਾਸਤੇ ਜਾਵਾਂਗੇ। ਹੁਣ ਤਾਂ ਤੁਹਾਨੂੰ ਸਪੌਂਸਰ ਆਏ ਗਏ ਨਾ, ਹੁਣ ਤਾਂ ਤੁਹਾਨੂੰ ਹੁਣ ਸਪੌਂਸਰ 'ਤੇ ਵੀ ਜਾ ਸਕਦੇ? ਨਹੀਂ ਹੁਣ ਤਾਂ ਤੁਹਾਨੂੰ ਆਉਣ ਵਾਲੇ ਹੋਰ ਸਾਲ 2 ਸਾਲਾਂ ਤੱਕ ਤਾਂ ਲੋਕ ਹੀ ਸ਼ੋਅ ਕਰਨ ਬੁਲਾਇਆ ਕਰਨੇ। ਵੈਸੇ ਹੁਣ ਨੂੰ ਤਾਂ ਅਸੀਂ ਚਲੇ ਜਾਣਾ ਸੀ, ਮਤਲਬ ਅਸੀਂ ਪਾਸਪੋਰਟ ਨਹੀਂ ਬਣਾਏ ਵੀ। ਕਿਉਂ? ਮਤਲਬ ਹੁਣ ਬਣਾਵਾਂਗੇ ਜੀ, ਮਤਲਬ ਅਸੀਂ ਸਾਰੇ ਵੈਸੇ ਵੀ ਜਾਣਾ ਵੀ ਨਹੀਂ ਚਾਹੁੰਦੇ, ਪਰ ਸਾਨੂੰ ਇਹੋ ਜਿਹੀ ਗੱਲ ਨਹੀਂ ਹੈ ਵੀ ਲੋਕ ਸਪੌਂਸਰ 'ਤੇ ਜਾਵਾਂਗੇ, ਮਤਲਬ ਜੇ ਜਾਵਾਂ ਘੁੰਮਣ ਜਾਊਂਗੇ ਵੈਸੇ ਰਹਿਣਾ ਪੰਜਾਬ 'ਚ। ਬਈ ਕੋਈ ਸਭ ਤੋਂ ਮਾੜੀ ਗੱਲ, ਵੈਸੇ ਤਾਂ ਚਲੋ ਤੁਹਾਡੇ ਤੁਹਾਨੂੰ ਮਿਲ ਕੇ ਲੱਗ ਨਹੀਂ ਰਿਹਾ ਕਿ ਤੁਸੀਂ ਲੋਕਾਂ ਦੀ ਪਰਵਾਹ ਕਰਦੇ ਹੋ, ਪਰ ਫਿਰ ਵੀ ਕੋਈ ਐਸੀ ਕੋਈ ਘਟਨਾ, ਕੋਈ ਐਸਾ ਕੋਈ ਕਮੈਂਟ, ਕੋਈ ਐਸੀ ਕੋਈ ਗੱਲ ਜਿਹੜੀ ਤੁਹਾਨੂੰ ਪਿੰਚ ਕੀ ਕਰ ਗਈ ਹੋਵੇ ਕਿ ਯਾਰ ਇਹ ਗੱਲ ਦਿਲ 'ਤੇ ਲੱਗ ਗਈ? ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮਤਲਬ ਸਾਡੇ ਨਾ 15,000 ਫੋਲੋਅਰਸ ਹੁੰਦੇ ਸੀ ਜ਼ਿਆਦਾ, ਅਤੇ ਮਤਲਬ ਬਹੁਤ ਜ਼ਿਆਦਾ ਹੀ ਸਾਡੇ ਨਾ ਘਰਾਂ ਬਹੁਤ ਮਾੜੇ ਹਾਲਾਤ 'ਤੇ, ਅਤੇ ਮੈਂ ਵੈਸੇ ਲਿਖਤਾ ਵੀ ਹੈ ਨਾ ਵੀ 100 ਰੁਪਏ ਪਰ ਸਟੋਰੀ, ਇੱਦਾਂ ਮਤਲਬ ਸਟੋਰੀ ਪਾ ਦੀ ਵੀ ਲੋਕ ਸਟੋਰੀ ਪਾਲਣਗੇ, ਸਸਤੀ ਪਾ ਰਹੇ ਆ, ਹੈ ਨਾ। ਅਤੇ ਉਸ ਟਾਈਮ ਮਤਲਬ ਬਹੁਤ ਜ਼ਿਆਦਾ ਹੀ ਗਰੀਬੀ ਹੈ ਸੀ ਸਾਡੇ ਘਰ, ਅਤੇ ਹੁਣ ਤਾਂ ਚਲੋ ਮਾੜਾ ਠੀਕ ਹੋ ਗਿਆ। ਅਤੇ ਫਿਰ ਕਿਆ ਹੋਇਆ, ਇੱਕ ਬੰਦੇ ਨੇ ਕਿਹਾ, ਕਹਿੰਦਾ ਤੁਹਾਡੇ ਤੋਂ ਹੀ ਪ੍ਰਮੋਸ਼ਨ ਕਰਾਉਣੀ ਹੈ, ਕਹਿੰਦਾ ਇੱਦਾਂ ਜੇ ਕਰਕੇ ਉਹਨੇ ਬੰਦੇ ਨੇ ਕਿਹਾ, ਅਤੇ ਕਹਿੰਦਾ ਵੀ ਤੁਸੀਂ ਕਿਆ ਤੁਸੀਂ ਗੰਸਟਾਰ ਹੈ, ਮਤਲਬ ਬੇਇੱਜ਼ਤੀ ਹੀ ਕਰ ਰਹੇ ਹੋ, ਤੇਰੇ 15,000 ਦਾ ਫੋਲੋਵਰ ਹੈ ਵੀ ਤੇਤੇ ਕਰਾਉਣੀ ਹੈ ਪ੍ਰਮੋਸ਼ਨ। ਹਾਂ, ਅਤੇ ਮਤਲਬ ਅੱਜ ਜਦ ਅਸੀਂ ਇੰਨੀਆਂ ਬੈਕ ਟੂ ਬੈਕ ਪ੍ਰਮੋਸ਼ਨਾਂ ਕਰ ਰਹੇ ਹਾਂ। ਭਾਈ ਤੁਸੀਂ ਮੈਨੂੰ ਫੋਨ ਦਿਖਾਇਆ ਸੀ, ਮਾੜਾ ਦਿਖਾਈਓ ਕਿੰਨੀਆਂ ਤੁਹਾਨੂੰ ਮਿਸ ਕਾਲਾਂ ਨੇ ਲੋਕਾਂ ਦੀ ਵਹਿਮ। ਵੈਸੇ ਐਂ ਨਹੀਂ ਹੈ ਵੀ ਮਤਲਬ ਫੈਨ ਆ ਵੀ ਬਾਈ, ਮਤਲਬ ਤੁਹਾਡੇ ਨਾਲ ਜਾਂ ਮਿਲਣਾ, ਸਾਰੇ ਬੰਦੇ ਨੇ ਪ੍ਰਮੋਸ਼ਨ ਪ੍ਰਮੋਸ਼ਨ ਵਾਲੇ ਹੀ। ਬਾਈ ਆਹ ਦੇਖਿਓ ਤੁਸੀਂ ਫੋਨ ਦੇ ਵਿੱਚ, ਮਾੜਾ ਜ਼ੂਮ ਕਰਕੇ ਦਿਖਾਇਓ ਉੱਥੋਂ, ਕਿ ਮਤਲਬ ਉਹਨਾਂ ਦੇ ਫੋਨ ਦੇ ਵਿੱਚ ਆ ਕਿੰਨੇ ਮੈਸੇਜ ਨੇ ਕਰੇ ਉੱਧਰੋਂ ਜ਼ੂਮ। ਅਸੀਂ ਸਾਰਿਆਂ ਦੀ ਪ੍ਰਮੋਸ਼ਨ ਨਹੀਂ ਕਰ ਸਕਦੇ ਆ, ਅਤੇ ਜਿਨ੍ਹਾਂ ਦੀ ਨਹੀਂ ਕਰ ਪਾ ਰਹੇ ਉਹਨਾਂ ਨੂੰ ਸੌਰੀ ਨਹੀਂ। ਦੇਖੋ ਹੁਣ ਮੈਸੇਜ ਆ ਵੀ ਰਹੇ ਜੀ, ਮੈਸੇਜ ਪੜ੍ਹੀਏ ਵਿੱਚ ਲੋਕ ਕੀ ਕਹਿੰਦੇ, ਕੋਈ ਹੈਗਾ ਮੈਸੇਜ ਪੜ੍ਹਨ ਵਾਲਾ? ਸਾਰੇ ਅੱਛਾ ਹੈਲੋ ਹੈਲੋ ਹੀ ਵੀਰ ਨੇ, ਹੈ ਨਾ। ਕੋਈ ਕੋਈ ਇਮੋਸ਼ਨਲ ਮੈਸੇਜ ਵੀ ਬਰੋ ਕਾਲ ਕਰਨੀ ਸੀ ਪ੍ਰਮੋਸ਼ਨ ਲਈ, ਗਾਣੇ ਦੀ ਪ੍ਰਮੋਸ਼ਨ? ਯਾਰ ਇਹਨਾਂ ਕੋਲ ਤਾਂ ਵਿਹਲ ਹੀ ਹੈ ਨਹੀਂ, ਜੇ ਅਸੀਂ ਇਹਨਾਂ ਨਾਲ ਗੱਲ ਕਰੂੰਗੇ ਨਾ ਤਾਂ ਇਹਨਾਂ ਨੇ ਅੱਗੇ ਪ੍ਰਮੋਸ਼ਨ ਦੀ ਉਹ ਗੱਲ ਕਰਨੀ। ਮੈਂ ਇੱਥੇ ਮੈਸੇਜ ਉੱਪਰ ਹੀ ਦੇਖ ਰਹੇ ਨੇ ਕਿ ਕਿੰਨੇ ਚਾਰ ਬਾਹਰਲੇ ਦੇਸ਼ ਤੋਂ, ਮਤਲਬ ਸਾਨੂੰ ਬਹੁਤ ਕਾਲਾਂ ਆਉਂਦੀਆਂ ਸਰ, ਸ਼ੌਪ ਦੀ ਪ੍ਰਮੋਸ਼ਨ 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 ਪ੍ਰਮੋਸ਼ਨ। ਹੁਣ ਇੰਨੀ ਜ਼ਿਆਦਾ ਇਮੇਜ ਬਣ ਗਈ ਨਾ ਜੀ ਬਾਹਰ ਵੀ, ਜ਼ਿਆਦਾਤਰ ਬਾਹਰ ਦੀਆਂ ਹੀ ਪ੍ਰਮੋਸ਼ਨਸ ਕਰ ਰਹੇ ਹਾਂ ਹੁਣ, ਬਹੁਤ ਆ ਰਹੀਆਂ ਬਾਹਰ ਦੀਆਂ, ਮੈਲਬਨ ਦੀਆਂ, ਬ੍ਰੈਂਪਟਨ ਦੀਆਂ, ਐਵੇਂ ਆ ਰਹੀ। ਅੱਗੇ ਕੀ ਪਲਾਨਸ ਨੇ ਬਾਈ ਹੁਣ ਤੁਹਾਡੇ? ਹੁਣ ਤਾਂ ਐਂ ਵੀ ਚਲੋ ਕਿਸੇ ਫਿਲਮ 'ਚ ਮੌਕਾ ਮਿਲੇ ਜੀ, ਹੈ ਨਾ, ਫਿਲਮ ਕਰਨਾ, ਐਕਟਿੰਗ ਕਰਨ ਦਾ। ਅਤੇ ਬਜਟ ਕੀ ਲਉਂਗੇ ਫਿਰ ਫਿਲਮ ਦਾ, ਪੈਸੇ ਕਿੰਨੇ ਲਉਂਗੇ? ਹਾਲੇ ਤਾਂ ਸਟਾਰਟਿੰਗ 'ਚ ਤਾਂ ਸਾਨੂੰ ਕੋਈ ਇੱਦਾਂ ਹੀ ਮਤਲਬ ਕਿਸੇ ਚੰਗੀ ਫਿਲਮ ਮਤਲਬ ਜਿਹੜੀ ਵਧੀਆ ਥੀਏਟਰ 'ਚ ਲੱਗੇ ਬਸ। ਤੁਸੀਂ ਐਕਟਰ ਬਣਨਾ, ਸਿੰਗਰ ਨਹੀਂ ਬਣਨਾ? ਜੀ ਮੈਂ ਸਿੰਗਰ ਵੀ ਬਣਨਾ ਚਾਹੁੰਦਾ। ਸਿੰਗਰ ਵੀ ਬਣਨਾ, ਐਕਟਰ ਵੀ ਬਣਨਾ?
ਉਹਨੂੰ ਕੀ ਵਰਡ ਕਹਿੰਦੇ ਰੋਸਟ ਕਰਦੇ ਨੇ। ਇੱਕ ਬੰਦੇ ਨੇ ਨਾ ਵੀਡੀਓ ਪਾਈ ਵੀ ਸੀ, ਉਹਦੇ ਵਿੱਚ ਮਤਲਬ ਹੀਰੇ ਦਾ ਗਾਣਾ ਲਾਇਆ ਵਾ ਤਾ ਔਰ ਸਿੱਧੂ ਮੂਸੇਵਾਲੇ ਦਾ ਵੀ ਗਾਣਾ ਲਾਇਆ ਵਾ ਤਾ, ਮਤਲਬ ਕਹਿੰਦੇ ਵੀ ਮਤਲਬ ਕੰਪੇਅਰ ਕਰ ਰਹੇ ਤੇ ਵੀ ਕਿਹੜਾ ਵਧੀਆ ਹੈ। ਪਰ ਇੱਕ ਬੰਦੇ ਨੇ ਨੀਚੇ ਕਮੈਂਟ ਕਰ ਕਹਿੰਦਾ ਬਈ ਆਹ ਗੱਲ ਗਲਤ ਹੈ, ਕਹਿੰਦਾ ਸਿੱਧੂ ਮੂਸੇਵਾਲੇ ਨਾਲ ਕੰਪੇਅਰ ਕਰ ਰਿਹਾ ਇਹਨਾਂ ਨੂੰ, ਵੀ ਕਹਿੰਦਾ ਵੀ ਇਹ ਤਾਂ ਇਉਂ ਹੈ, ਕਹਿੰਦਾ ਵੀ ਇਹ ਤਾਂ ਕਦੇ ਵੀ ਨਹੀਂ ਸਿੱਧੂ ਮੂਸੇਵਾਲੇ ਵਰਗੇ ਬਣ ਸਕਦੇ। ਪਰ ਮੈਂ ਉਹਨਾਂ ਨੂੰ ਆਹ ਗੱਲ ਕਹਿਣਾ ਚਾਹੁੰਦਾ ਵੀ ਮਤਲਬ ਸਿੱਧੂ ਮੂਸੇਵਾਲਾ ਮਤਲਬ ਆਪਣੀ ਜਗ੍ਹਾ ਤਾਂ ਅਸੀਂ ਤਾਂ ਉਹਨਾਂ ਨੂੰ ਕੰਪੇਅਰ ਵੀ ਨਹੀਂ ਕਰਨਾ ਚਾਹੁੰਦੇ, ਨਾ ਅਸੀਂ ਉਹਨਾਂ ਵਰਗੇ ਬਣਨਾ ਚਾਹੁੰਦੇ। ਪਰ ਅਸੀਂ ਜੇ ਹੀਰਾ ਹੀਰਾ ਹੈ ਤਾਂ ਉਹ ਹੀਰਾ ਹੀਰਾ ਬਣਨਾ ਚਾਹੁੰਦਾ, ਹੀਰਾ ਹੀਰਾ ਹੈ ਸਿੱਧੂ ਮੂਸੇਵਾਲਾ, ਸਿੱਧੂ ਮੂਸੇਵਾਲਾ ਦਾ ਅਸੀਂ ਆਪਣਾ ਕੁਛ ਆਪਣਾ ਬਣਾਂਗੇ। ਨਾਲੇ ਉਹ ਤਾਂ ਵੱਡਾ ਭਰਾ ਹੈ, ਔਰ ਅੱਜ ਕੱਲ੍ਹ ਹੁੰਦਾ ਸਮਾਜ 'ਚ ਨਾ, ਸਾਡੀ ਐਨ ਜੀ ਓ 'ਚ ਵੀ ਹੁੰਦਾ, ਲੋਕ ਨਾ ਆਪਸ 'ਚ ਫੋਟੋਆਂ ਫੋਟੋਆਂ ਲਾ ਕੇ ਜੜਾ, ਐਕਚੁਅਲੀ ਨਾ ਕਈਆਂ ਦਾ ਕੰਮ ਹੀ ਸਾਰਾ ਦਿਨ ਇਹੀ। ਹੁਣ ਜੇ ਕਿਸੇ ਨੂੰ ਚਾਰ ਪੈਸੇ ਤੁਹਾਨੂੰ ਗਾਲਾਂ ਕੱਢ ਕੇ ਬਣ ਰਹੇ ਨੇ, ਜਿੱਦਾਂ ਸਿੱਧੂ ਕਹਿੰਦਾ ਹੁੰਦਾ ਸੀਗਾ ਕਿ ਸਾਡੇ ਸਿਰੋਂ ਚੱਲਦੇ ਰੋਟੀਆਂ ਲੋਕਾਂ ਦੀਆਂ, ਤਾਂ ਤੁਹਾਡੀ ਨਾਮ ਲੈ ਕੇ, ਹੁਣ ਸੋਚੋ ਅੱਜ ਮੈਂ ਦੁਪਹਿਰੇ ਲਾਈਵ ਹੋਇਆ ਸੀ, ਉਹਦੇ ਵਿੱਚ ਤੁਹਾਡਾ ਨਾਮ ਕਰੀ ਜਾਂਦੇ ਸੀ ਕਿ ਉਹ ਗੋਬਿੰਦੇ ਬਾਰੇ ਗੱਲ ਕਰੋ, ਗੋਬਿੰਦੇ ਬਾਰੇ ਗੱਲ ਕਰੋ, ਤਾਂ ਲੋਕ ਤੁਹਾਡੀ ਚਰਚਾ ਛੇੜਨਾ ਚਾਹੁੰਦੇ ਨੇ। ਥੋੜ੍ਹੇ ਦਿਨ ਪਹਿਲਾਂ ਉਹਨਾਂ ਨੇ ਵੀ ਪੋਸਟ ਪਾਈ ਸੀ ਜ਼ਾਕਿਰ ਖਾਨ ਜੀ ਨੇ, ਤਾਂ ਲੋਕ ਆਪ ਤੁਹਾਡੇ ਕੋਲ ਆ ਰਹੇ ਨੇ ਚੱਲ ਕੇ, ਤਾਂ ਇਸ ਤੋਂ ਵੱਡੀ ਹੋਰ ਤੁਹਾਡੇ ਲਈ ਕਾਮਯਾਬੀ ਕੀ ਹੋ ਸਕਦੀ? ਅਤੇ ਸਭ ਤੋਂ ਬੜੀ ਗੱਲ ਸੁੱਖ ਸੰਘੇੜਾ ਹੈ ਨਾ, ਵੀਰੇ ਨੇ ਸਾਨੂੰ ਬਹੁਤ ਸਪੋਰਟ ਕਰੀ ਹੈ ਜੀ ਇਸ ਚੀਜ਼ 'ਤੇ ਜੀ। ਉਹ ਵੀ ਆਏ ਸੀ ਕੱਲ੍ਹ ਸੇਵਾ ਕਰਨ, ਉੱਥੇ ਆਏ ਸੀਗੇ, ਬਹੁਤ ਵਧੀਆ ਬੰਦੇ ਨੇ ਜਿੰਨੇ ਵੀ, ਤੁਹਾਨੂੰ ਉਹਨਾਂ ਨੇ ਬਹੁਤ ਐਪਰੀਸ਼ੀਏਟ ਕਰਿਆ ਜੀ ਸਾਨੂੰ, ਮਤਲਬ ਕਿਹਾ ਵੀ ਜੋ ਬੈਡ ਕਮੈਂਟਸ ਵਗੈਰਾ ਆਉਂਦੇ ਨਾ ਉਹ ਵੀ ਇੱਕ ਆਪਣੀ ਫੈਮਿਲੀ ਹੈ ਵੀ, ਹੈ ਨਾ, ਉਹ ਵੀ ਮਤਲਬ ਇੱਕ ਦੁਨੀਆ ਹੈ ਉਹ ਕਹਿੰਦੇ, ਅਤੇ ਵੀ ਉਹ ਐਂ ਵੀ ਉਹ ਮਤਲਬ ਹਾਸੇ ਜੀ ਨਜ਼ਾਰੇ ਲੈਣ ਨੂੰ ਕਰਦੇ ਆ ਕਮੈਂਟ ਨੀਚੇ, ਵੀ ਜਿੱਦਾਂ ਹੀ ਤੁਹਾਡੀ ਕਾਮੇਡੀ ਵਾਲੀ ਵੀਡੀਓ ਹੁੰਦੀ ਹੈ ਉਹ ਹਾਸੇ ਪਾਉਣ ਵਾਸਤੇ ਹੀ ਕਰਦੇ ਆ, ਨਾਲ ਇੱਕ ਤਾਂ ਜਿਹੜੇ ਬੈਡ ਕਮੈਂਟ ਆਉਂਦੇ ਜੀ ਸਾਨੂੰ ਉਹ ਇੱਕ ਦੂਜੇ ਦੀ ਰੀਸ 'ਚ ਆਉਂਦੇ ਆ, ਜਿਸ ਤਰ੍ਹਾਂ ਹੁਣ ਕਿਸੇ ਬੈਡ ਕਮੈਂਟਸ ਆਉਂਦੇ ਤਾਂ ਦੂਜਾ ਵੀ ਬੰਦਾ ਤਾਂ ਉਹ ਵੀ ਬੈਡ ਕਮੈਂਟ ਹੀ ਕਰਕੇ ਜਾਂਦਾ, ਉਹਨਾਂ ਦੇ ਸ਼ਾਇਦ ਕਮੈਂਟ ਵੀ ਲੋਕ ਪੜ੍ਹ ਲੈਂਦੇ ਨੇ, ਉਹਨਾਂ ਨੂੰ ਫੋਲੋ ਕਰ ਲੈਂਦੇ ਨੇ, ਇੱਦਾਂ ਦੀ ਵੀ ਕੋਈ ਗੱਲ ਜੇ ਵਿੱਚ ਕੋਈ ਚੰਗਾ ਕਮੈਂਟ ਕਰ ਦਿੰਦਾ ਤਾਂ ਉਹਨੂੰ ਤੈਨੂੰ ਕੀ ਚੰਗਾ ਲੱਗਿਆ ਬਾਈ ਇਹਦੇ 'ਚ? ਲਾਈਕ ਰਿਪਲਾਈ ਹਰੇਕ ਬੰਦੇ ਦੀ ਨਾ ਆਪਣੀ ਆਪਣੀ ਪਸੰਦ ਆਈ, ਕਿਸੇ ਨੂੰ ਕੁਛ ਪਸੰਦ ਆਈ, ਕਿਸੇ ਨੂੰ ਕੁਛ ਪਸੰਦ ਹੈ। ਹੁਣ ਜਿਵੇਂ ਜ਼ਾਕਿਰ ਖਾਨ ਦੀ ਤੁਸੀਂ ਗੱਲ ਕਰੀ, ਮਤਲਬ ਉਹਨਾਂ ਨੇ ਸਟੋਰੀ ਪਾਈ ਤੀ, ਉਹਨਾਂ ਨੇ ਕਿਹਾ ਵੀ ਮੈਂ ਗੋਬਿੰਦਾ ਸਰਦਾਰ ਨੂੰ ਮਤਲਬ ਮਿਲਣਾ, ਕੋਈ ਹੈਲਪ ਕਰੋ ਮੇਰੇ ਮਿਲਣ ਵਾਸਤੇ, ਉਹਨਾਂ ਨੂੰ ਮੇਰੀ ਵੀਡੀਓ ਮਿਲਣਾ ਚਾਹੁੰਦੇ ਤੇ ਉਹ ਮਿਲੇ ਫਿਰ ਨਹੀਂ ਉਹਨਾਂ ਦੀ, ਮੈਨੂੰ ਮਤਲਬ ਉਸੀ ਦਿਨ ਜਦੋਂ ਸਟੋਰੀ ਪਾਈ ਰਾਤ ਨੂੰ ਮਤਲਬ 11 ਵਜੇ ਕਾਲ ਆਈ ਸੀ, ਮਤਲਬ ਕਾਲ 'ਤੇ ਗੱਲ ਹੋਈ, ਉਹਨਾਂ ਨੇ ਸਵੇਰੇ ਮਤਲਬ ਬੰਬੇ ਜਾਣਾ ਤਾ, ਕਹਿੰਦੇ ਵੀ ਮੇਰੀ ਸਵੇਰੇ ਫਲਾਈਟ ਹੈ ਵੀ ਜੇ ਤੂੰ ਮੈਨੂੰ ਮਿਲ ਸਕਦਾ ਵੀ ਹੁਣੇ ਮਿਲਦਾ ਵੀ, ਵੀ ਫਿਰ ਮੈਂ ਸਵੇਰੇ ਚਲੇ ਜਾਣਾ, ਪਰ ਉਸ ਟਾਈਮ ਅਸੀਂ ਰਾਤ ਨੂੰ ਜਾ ਨਹੀਂ ਸਕਦੇ ਸੀ। ਗੱਲ ਹੋਈ ਉਹਨਾਂ ਨਾਲ ਤੁਹਾਡੀ? ਉਹ ਕਹਿੰਦੇ ਵੀ ਮੈਨੂੰ ਤੁਹਾਡੀਆਂ ਵੀਡੀਓਜ਼ ਬਹੁਤ ਵਧੀਆ ਲੱਗਦੀਆਂ, ਵੀ ਤੁਸੀਂ ਚਾਰੇ ਜਣੇ ਇਕੱਠੇ ਮਿਲ ਕੇ ਵੀਡੀਓ ਵਧੀਆ ਬਣਾਉਂਦੇ, ਵੀ ਰਲ ਮਿਲ ਕੇ ਰਹੋ ਔਰ ਇੱਦਾਂ ਹੀ ਇਕੱਠੇ ਕੰਮ ਕਰਦੇ ਰਹੋ, ਔਰ ਤੁਹਾਡੇ 'ਚ ਕਦੇ ਐਟੀਟਿਊਡ ਨਹੀਂ ਆਉਣਾ ਚਾਹੀਦਾ, ਜਾਂ ਮਤਲਬ ਈਗੋ ਨਹੀਂ ਆਉਣੀ ਚਾਹੀਦੀ, ਹੰਕਾਰ ਨਹੀਂ ਕਰਨਾ। ਇਹ ਤੁਹਾਨੂੰ ਹਰ ਗੱਲ ਬੰਦਾ ਕਹਿੰਦਾ ਹੋਏਗਾ ਨਾ ਕਿ ਪੈਰ ਨਹੀਂ ਛੱਡਣੇ, ਇਹਦਾ ਕਾਰਨ ਪਤਾ? ਇਹਦਾ ਕਾਰਨ ਇਹ ਹੈ ਕਿਉਂਕਿ ਜਿਹੜੇ ਪੈਰ ਛੱਡ ਜਾਂਦੇ ਫਿਰ ਉਹ ਮਤਲਬ ਉਹਨਾਂ ਦੀ ਫਿਰ ਚੜ੍ਹਾਈ ਨਹੀਂ ਰਹਿੰਦੀ ਅੱਗੇ ਕਿ ਉਹ ਨੀਚੇ ਡਾਊਨ ਆ ਜਾਂਦਾ। ਹਾਂਜੀ, ਸੁਖਵੀਰੇ ਨੇ ਵੀ ਇਹੀ ਗੱਲ ਕਹੀ ਸੀ ਕਿ ਜਦੋਂ ਤੱਕ ਤੁਸੀਂ ਇਕੱਠੇ ਆ ਨਾ ਤੁਸੀਂ ਬਹੁਤ ਅੱਗੇ ਤੱਕ ਜਾ ਸਕਦੇ ਆ। ਬਾਕੀ ਅਸੀਂ ਹਮੇਸ਼ਾ ਸੋਚਦੇ ਹਾਂ ਵੀ ਮਤਲਬ ਵਧੀਆ ਚੀਜ਼ ਲੋਕਾਂ ਮੂਹਰੇ ਪੇਸ਼ ਕਰੀਏ, ਬਾਕੀ ਹਿੱਟ ਹੋਣਾ ਜਾਂ ਫਲੋਪ ਹੋਣਾ ਉਹ ਸਾਡੇ ਹੱਥ 'ਚ ਨਹੀਂ, ਉਹ ਵਾਹਿਗੁਰੂ ਦੇ ਹੱਥ 'ਚ, ਔਰ ਲੋਕਾਂ ਨੇ ਕਰਨਾ। ਰੱਬ 'ਚ ਕਿੰਨਾ ਕੁ ਯਕੀਨ ਮੰਨਦੇ ਹੋ? ਬਹੁਤ ਮੰਨਦੇ। ਕਿੰਨਾ ਕੁ? ਬਹੁਤ, ਜੋ ਵੀ ਹੋ ਰਿਹਾ ਸਾਰਾ ਕੁਛ ਵਾਹਿਗੁਰੂ ਕਰਵਾ ਰਿਹਾ ਜੀ। ਵਾਹਿਗੁਰੂ। ਬਾਕੀ ਆ ਇੰਸਟਾਗ੍ਰਾਮ, ਫੇਸਬੁੱਕ, ਹੈ ਨਾ, ਯੂਟਿਊਬ, ਲੋਕ ਸੋਚਦੇ ਵੀ ਇਹਦੇ ਇੰਨੇ ਫੋਲੋਵਰ ਜਾਂ ਹੰਕਾਰ ਆ ਗਿਆ, ਹੈ ਨਾ, ਮੈਨੂੰ ਇਹ ਪਤਾ ਵੀ ਸਾਰਾ ਕੁਛ ਫੇਕ ਹੈ, ਮਤਲਬ ਅਸਲ ਸੱਚਾਈ ਤਾਂ ਮਤਲਬ ਮੌਤ ਹੈ, ਮਤਲਬ ਉਹ ਅਸਲੀ ਸੱਚ ਹੈ। ਉਹ ਮੰਨਦੇ ਹੋ ਤੁਸੀਂ ਚੀਜ਼ਾਂ? ਹਾਂ, ਉਹ ਵੀ ਮੰਨਦੇ ਹੈ ਜੀ, ਕਿਉਂਕਿ ਇਹ ਚੀਜ਼ਾਂ ਤਾਂ ਬਸ ਲੋਕ ਹੀ ਖੁਦ ਲੋਕ ਹੀ ਸਾਨੂੰ ਕਹਿੰਦੇ ਵੀ ਤੁਸੀਂ ਤੁਸੀਂ ਬਦਲ ਗਏ ਆ। ਹੁਣ ਸਾਨੂੰ ਇੰਨੀਆਂ ਕਾਲਸ ਆਉਂਦੀਆਂ ਕਈ ਵਾਰ ਲੋਕਾਂ ਦੀ ਕਾਲ, ਮਤਲਬ ਜਿਹੜੇ ਸਾਡੇ ਮੇਰੇ ਨਾਲ ਫਰੈਂਡ ਸਰਕਲ 'ਚ ਬੰਦੇ ਪੜ੍ਹੇ ਆ ਮੇਰੇ ਨਾਲ ਸਕੂਲ 'ਚ, ਉਹ ਫੋਨ ਕਰਦੇ ਕਿ ਪਰ ਨਹੀਂ ਪਿੱਕ ਕਰ ਹੁੰਦਾ, ਉਹ ਕਹਿ ਦਿੰਦੇ ਯਾਰ ਬਾਈ ਤੂੰ ਤਾਂ ਬਦਲ ਗਿਆ, ਤੂੰ ਮਤਲਬ ਹੰਕਾਰ ਗਿਆ, ਔਰ ਖੁਦ ਮੂਹਰੇ 'ਤੇ ਉਹ ਗੱਲ ਬੋਲਦੇ ਆ। ਉਹਨਾਂ ਲੋਕਾਂ ਦੀ ਵੀ ਮੈਨੂੰ ਕਾਲ, ਮਤਲਬ ਮੁੰਡਿਆਂ ਦੇ ਫੋਨ ਆਉਂਦੇ ਜਿਹੜੇ ਜਿਨ੍ਹਾਂ ਨੇ ਮੈਨੂੰ ਕਦੇ ਸਕੂਲ 'ਚ ਬੁਲਾਇਆ ਵੀ ਨਹੀਂ। ਵਾਹ, ਜਿਨ੍ਹਾਂ ਨੇ ਕਦੇ ਬੁਲਾਇਆ ਵੀ ਨਹੀਂ, ਉਹ ਕਹਿ ਰਹੇ ਕਹਿੰਦੇ ਆਪਾਂ ਸਕੂਲ 'ਚ ਇਕੱਠੇ ਪੜ੍ਹੇ, ਆਪਾਂ ਤਾਂ ਪੱਕੇ ਯਾਰ ਦੋਸਤ ਨੇ। ਇਹ ਮੇਰੇ ਨਾਲ ਵੀ ਹੁੰਦਾ, ਮੇਰੇ ਤਾਂ ਭੂਆ ਮਾਮੇ ਚਾਚੇ ਯਾਰ ਦੋਸਤ ਕਿੱਧਰ ਦੇ ਹੋਏ, ਇਹ ਦੁਨੀਆ ਦਾ ਦਸਤੂਰ ਬਦਲ ਤਾਂ ਹੋ ਗਏ, ਚੜ੍ਹਦੇ ਸੂਰਜ ਨੂੰ ਸਲਾਮ। ਔਰ ਉਹੀ ਬੰਦੇ ਕਹਿ ਰਹੇ ਜਿਹੜੇ ਜਿਨ੍ਹਾਂ ਨੇ ਕਦੇ ਬੁਲਾਏ ਨੂੰ, ਕਹਿੰਦੇ ਵੀ ਤੂੰ ਬਦਲ ਗਿਆ। ਕਿਹੜੇ ਸਕੂਲ 'ਚ ਪੜ੍ਹਿਆ? ਮੈਂ 3B1 ਸਕੂਲ ਮੋਹਾਲੀ ਪੜ੍ਹੇ। ਮੋਹਾਲੀ 'ਚ ਹੀ ਪੜ੍ਹਿਆ? ਤੁਸੀਂ ਵੀ ਪੋਡਕਾਸਟ ਦੇ ਵਿੱਚ ਹੀ ਹੋ, ਤੁਸੀਂ ਵਿੱਚ ਪੂਰਾ ਕੋਈ ਗੱਲ ਰੱਖਣੀ ਚਾਹੁੰਦੇ ਹੋ ਰੱਖ ਸਕਦੇ ਹੋ। ਤੁਸੀਂ ਇਸ ਟੀਮ ਨਾਲ ਕੰਮ ਕਰ ਰਹੇ ਹੋ, ਤੁਹਾਨੂੰ ਕਿਵੇਂ ਲੱਗਦਾ ਇਹਨਾਂ ਨਾਲ ਕੰਮ ਕਰਕੇ? ਬਹੁਤ ਵਧੀਆ ਲੱਗ ਰਿਹਾ। ਇਕੱਠੇ ਰਹੋਗੇ ਇਹਨਾਂ ਨਾਲ ਹਮੇਸ਼ਾ? ਕਦੀ ਲੜੂਗੇ ਤਾਂ ਨਹੀਂ ਕਿ ਹੁਣ ਬਜਟ ਵਧਾਓ ਮੇਰਾ? ਨਹੀਂ, ਪੈਸੇ ਜਿੰਨੇ ਵੀ ਤੁਹਾਡੇ ਹੁੰਦੇ ਨੇ ਅੱਧੇ ਅੱਧੇ ਹੁੰਦੇ ਨੇ ਸਾਰਿਆਂ ਦੇ? ਹਾਂਜੀ ਹਾਂਜੀ, ਅੱਧਾ ਤਾਂ ਕਰਦੇ ਜੀ। ਕਿ ਸਾਰਾ ਤੁਹਾਡਾ ਰੇਸ਼ੋ ਵੰਡਿਆ ਹੋਇਆ ਨਾ, ਕਿ ਜਿੰਨੀ ਜਿਹਦੀ ਜਿੰਨੀ ਰੇਸ਼ੋ ਬਣਦੀ ਆ ਉਵੇਂ ਕਰਦੇ ਹੋ?
ਤਾਂ ਜੇ ਔਖਾ ਟਾਈਮ ਇਹਨਾਂ ਨੇ ਕਢਾਇਆ ਤਾਂ ਮੈਂ ਚਾਹੁੰਦਾ ਇਹ ਚੰਗੇ ਟਾਈਮ 'ਚ ਵੀ ਨਾਲ ਹੋਣ। ਪਰ ਤੁਸੀਂ ਅੱਗੇ ਹੋਰ ਮੁੰਡੇ ਜਿਹੜੇ ਪੰਜਾਬ ਦੇ ਬੇਰੁਜ਼ਗਾਰ ਨੇ ਇਸ ਲਾਈਨ 'ਚ ਕੁਛ ਕਰਨਾ, ਕਿਉਂਕਿ ਨਾ ਇਸ ਲਾਈਨ ਦੀ ਕੀ ਇੱਕ ਤਰਾਸ਼ਦੀ ਹੈ ਸਾਡੇ ਪੰਜਾਬ 'ਚ ਨਾ, ਜਦੋਂ ਕੋਈ ਬੰਦਾ ਚੜ੍ਹ ਜਾਂਦਾ ਨਾ ਫਿਰ ਉਹਨੂੰ ਆਪਣਾ ਸਟਰਗਲ ਟਾਈਮ ਭੁੱਲ ਜਾਂਦਾ। ਜਿਵੇਂ ਤੁਸੀਂ ਕਹਿੰਦੇ ਸੀਗੇ ਕਿ ਮੈਂ ਨਿਕਲਿਆ ਬਈ ਜਿਹੜੀ ਸਿਚੁਏਸ਼ਨ 'ਚੋਂ ਮੈਂ ਦਰਦ ਸਮਝ ਸਕਦਾ, ਕੋਈ ਪੁੱਛਦਾ ਨਹੀਂ ਸੀ, ਲੋਕ ਹੱਸਦੇ ਸੀ, ਅੱਜ ਤੁਹਾਡੇ ਵਰਗੇ ਮੁੰਡੇ ਜਿਹੜੇ ਪੰਜਾਬ 'ਚ ਹੋਰ ਕੁਛ ਕਰਨਾ ਚਾਹੁੰਦੇ ਉਹਨਾਂ ਨੂੰ ਵੀ ਗਾਈਡ ਕਰੋ, ਕਿਉਂਕਿ ਕਿਸੇ ਦਾ ਘਰ ਚੱਲੇਗਾ ਤਾਂ ਤੁਹਾਡੇ ਕੋਲ ਵਿਹਲ ਨਹੀਂ ਪ੍ਰਮੋਸ਼ਨ ਵਾਲੀ, ਕੱਲ੍ਹ ਨੂੰ ਕਿਸੇ ਹੋਰ ਦਾ ਵੀ ਹੋਵੇ ਹੈ ਨਾ, ਤੁਸੀਂ ਹੋਰ ਵੀ ਤਰੀਕੇ ਨਾਲ ਕਰ ਸਕਦੇ ਹੋ। ਬਾਕੀ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਤਾਂ ਬੜਾ ਵਧੀਆ ਲੱਗ ਰਿਹਾ। ਤੁਸੀਂ ਦੱਸੋ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਕੋਈ ਇੰਸੀਡੈਂਟ? ਮੈਨੂੰ ਕਦੋਂ ਤੋਂ ਦੇਖਦੇ ਸੀ ਵੀਡੀਓ, ਮੇਰੀ ਕਦੋਂ ਦੇਖੀ ਸੀ? ਮੈਂ ਨਾ ਤੁਹਾਡੀ ਵੀਡੀਓ ਮਤਲਬ ਕਾਫੀ ਦੇਰ ਤੋਂ ਦੇਖ ਰਿਹਾ ਜੀ, ਮੈਨੂੰ ਲੱਗਦਾ ਮੈਨੂੰ 3-4 ਸਾਲ ਹੋ ਗਏ ਹੋਊਗੇ ਜੀ। ਅਤੇ ਮਤਲਬ ਉਸ ਟਾਈਮ ਮੈਂ ਤੁਹਾਡੀ ਜਦੋਂ ਵੀਡੀਓ ਦੇਖੀਆਂ ਹੈ ਨਾ, ਮੈਨੂੰ ਲੱਗਿਆ ਵੀ ਤੁਸੀਂ ਬਹੁਤ ਮਤਲਬ ਦੇਖਿਆ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੈ। ਅਤੇ ਵੈਸੇ ਮੇਰਾ ਸਵਾਲ ਹੈ ਤੁਹਾਨੂੰ, ਵੈਸੇ ਪੁੱਛਣਾ ਚਾਹੁੰਦਾ ਵੀ ਤੁਸੀਂ ਤੁਹਾਡੇ ਮਤਲਬ ਮਾਇੰਡ ਵਿੱਚ ਮਤਲਬ ਕਦੋਂ ਆਇਆ ਸੀ ਮਤਲਬ ਵੀ ਮੈਂ ਇਹ ਕੰਮ ਕਰਨਾ ਵੀ ਮੈਂ ਲੋਕਾਂ ਦੀ ਸੇਵਾ ਕਰਨੀ ਹੈ? ਕਹਿੰਦੇ ਨਾ ਕਾਂ ਦੇ ਬੱਚਿਆਂ ਨੇ ਕਾਂ ਕਾਂ ਹੀ ਕਰਨੀ ਆ, ਤਾਂ ਮੇਰੀ ਫੈਮਿਲੀ ਐਟਮੋਸਫੇਅਰ ਇੱਦਾਂ ਦਾ, ਸਾਡੀ ਜੁਆਇੰਟ ਫੈਮਿਲੀ ਆ, ਮੇਰੇ ਲਈ ਮੇਰੀ ਮਾਂ ਅਤੇ ਮੇਰੀ ਚਾਚੀ ਇੱਕ ਬਰਾਬਰ ਹੈ, ਅਤੇ ਮੇਰਾ ਪਿਓ ਅਤੇ ਮੇਰਾ ਚਾਚਾ ਇੱਕ ਬਰਾਬਰ ਹੈ, ਮੈਂ ਜੰਮਿਆ ਉਸ ਪਰਿਵਾਰ 'ਚ। ਤਾਂ ਮੇਰੇ ਪਾਪਾ ਪਿਛਲੇ 12 ਸਾਲਾਂ ਤੋਂ ਲਵਾਰਸ ਲਾਸ਼ਾਂ ਦਾ ਸੰਸਕਾਰ ਕਰਾਉਂਦੇ ਸੀ, ਅਤੇ ਵੈਸੇ ਮੈਂ ਵਧੀਆ ਘਰ ਜਨਮ ਲਿੱਤਾ, ਬੋਰਨ ਵਿਦ ਅ ਸਿਲਵਰ ਸਪੂਨ ਕਾਇੰਡ ਆਫ ਬੱਚਾ ਮੈਂ, ਕਿ ਜਿਹਨੂੰ ਜੰਮਦੇ ਹੀ ਸਭ ਕੁਝ ਮਿਲ ਗਿਆ ਹੈ ਨਾ ਹੱਥਾਂ 'ਚ ਹੀ ਬੱਚੇ ਨੂੰ। ਤਾਂ ਜਦੋਂ ਮੈਂ ਦੇਖਿਆ ਕਿ ਮੇਰੇ ਪਾਪਾ ਇਹ ਕੁਛ ਕਰ ਰਹੇ ਨੇ, ਅਤੇ ਮੈਂ ਤਾਂ ਕੁਛ ਵੀ ਨਹੀਂ, ਫਿਰ ਕੁਛ ਮੈਨੂੰ ਮੇਰੇ ਮਾਂ ਬਾਪ ਨੇ ਗੁਰਬਾਣੀ ਨਾਲ ਜੋੜਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਤਾ। ਵੈਸੇ ਮੈਂ ਹਿੰਦੂ ਪਰਿਵਾਰ 'ਚ ਜਨਮ ਲਿੱਤਾ, ਅਤੇ ਮੈਂ ਸਾਰੇ ਧਰਮਾਂ ਦਾ ਬੜਾ ਸਤਿਕਾਰ ਕਰਦਾ। ਅਤੇ ਫਿਰ ਮੈਨੂੰ ਮੇਰੇ ਪਾਪਾ ਨੂੰ ਦੇਖ ਕੇ ਜਾਂ ਜਦੋਂ ਗੁਰਬਾਣੀ ਦਾ ਪ੍ਰਚਾਰ ਸੁਣਿਆ ਕਿ ਸਾਡੇ 4 ਸਾਹਿਬਜ਼ਾਦਿਆਂ ਨੇ, ਗੁਰਸਾਹਿਬਾਂ ਨੇ ਪਰਿਵਾਰ ਵਾਰਤਾ ਕੌਮ ਲਈ, ਲੋਕਾਂ ਲਈ, ਤਾਂ ਸਾਡੀ ਕੀ ਔਕਾਤ ਹੈ, ਫਿਰ ਉੱਥੋਂ ਜਾਗ ਲੱਗੀ। ਫਿਰ ਇੱਕ ਦਿਨ ਮੇਰਾ ਵੀ ਟਾਈਮ ਐਸਾ ਸੀ ਜਦੋਂ ਮਹੀਨੇ 'ਚ ਅਸੀਂ 7-8 ਹਜ਼ਾਰ ਰੁਪਏ ਦੀ ਸੇਵਾ ਕਰ ਪਾਉਂਦੇ ਸੀ, ਹੁਣ ਇੱਕ ਦਿਹਾੜੀ 'ਚ 10-12 ਲੱਖ ਰੁਪਏ ਦੀ ਹੋ ਜਾਂਦੀ ਹੈ। ਬਹੁਤ ਕਿਰਪਾ, ਮਤਲਬ ਮੈਂ ਜ਼ਿੰਦਗੀ 'ਚ ਇਹ ਕਹਿਣਾ ਚਾਹੁੰਦਾ ਕਿ ਮੈਂ ਖੁਸ਼ ਹਾਂ ਬਾਈ। ਜਿੱਦਾਂ ਸਾਡਾ ਟੀ ਸ਼ਰਟ ਦਾ ਬਿਜ਼ਨਸ ਹੈ, ਮੈਂ ਫੈਕਟਰੀ ਬਹਿ ਕੇ ਇੰਨਾ ਖੁਸ਼ ਨਹੀਂ ਹੁੰਦਾ ਸੀ ਜਿੰਨਾ ਪੋਡਕਾਸਟ ਕਰਕੇ ਖੁਸ਼ ਹਾਂ। ਇਹਦੇ 'ਚੋਂ ਪੈਸੇ ਬਣਨ ਨਾ ਬਣਨ, ਹੈ ਨਾ, ਪੋਡਕਾਸਟਿੰਗ ਚੱਲੇ ਨਾ ਚੱਲੇ, ਪਰ ਮੈਂ ਖੁਸ਼ ਬੜਾ। ਇਹ ਬਹੁਤ ਵਧੀਆ ਚੀਜ਼ ਹੈ, ਪਤਾ ਕਿਉਂ? ਜੇ ਆਪਾਂ ਰਸਤੇ 'ਚ ਕਿਤੇ ਮਿਲਦੇ ਵੀ ਹਾਂ ਤਾਂ ਫੋਟੋ ਕਰਾ ਕੇ ਬੰਦਾ ਚਲੇ ਜਾਂਦਾ, ਇੱਥੇ ਕਿੰਨਾ ਮਤਲਬ ਬੈਠ ਕੇ ਅੱਧਾ ਘੰਟਾ ਗੱਲਾਂ ਕਰ ਲਈਆਂ, ਇਹ ਬਹੁਤ ਮਤਲਬ ਬਹੁਤ ਬੜੀ ਮਾਣ ਵਾਲੀ ਗੱਲ ਹੈ ਸਾਡੇ ਨਾਲ, ਤੁਹਾਡੇ ਨਾਲ ਕਰੀਏ। ਅਰੇ ਨਹੀਂ ਨਹੀਂ, ਤੁਸੀਂ ਛੋਟੇ ਭਰਾ ਹੋ, ਮੈਂ ਤਾਂ ਦੇਖੋ ਬਈ ਹਰ ਬੰਦਾ ਨਾ ਆਪਣੇ ਕਰਮ ਖਾਂਦਾ, ਜੇ ਤੁਹਾਡੇ ਕਰਮਾਂ 'ਚ ਤੁਹਾਡੇ ਪਰਮਾਤਮਾ ਨੇ ਲਿਖਿਆ ਨਾ ਚੜ੍ਹਨਾ, ਤਾਂ ਮੇਰੇ ਵਰਗੇ 1000 ਬੰਦੇ ਵੀ ਜ਼ੋਰ ਲਾ ਲੈਣ, ਤੁਹਾਨੂੰ ਕੁਛ ਨਹੀਂ ਕਰ ਸਕਦੇ। ਉਹ ਵਾਹਿਗੁਰੂ ਬੈਠਾ ਕਿਹਦਾ ਕਿੰਨਾ ਟਾਈਮ ਲਿਖਿਆ। ਇਸ ਟਾਈਮ ਜਿੱਥੇ ਆਏ ਸੀ ਮਤਲਬ ਹਮੇਸ਼ਾ ਖੁਸ਼ ਰਹੇ ਹਾਂ, ਔਰ ਹੁਣ ਵੀ ਖੁਸ਼ ਹੈ। ਵੈਸੇ ਸਾਡਾ ਜਿਹੜਾ ਡ੍ਰੀਮ ਹੈ ਹਲੇ ਸਾਡੇ ਮਤਲਬ ਪੂਰਾ ਨਹੀਂ ਹੋਇਆ। ਕੀ ਸੁਪਨਾ ਤੁਹਾਡਾ? ਮਤਲਬ ਕਿ ਮੈਨੂੰ ਸਿੰਗਰ ਬਣਾਉਣਾ, ਸਿੰਗਰ ਤੇ ਮੈਂ ਮਤਲਬ ਚਾਹੁੰਦਾ ਵੀ ਜਿਹੜਾ ਮੇਰਾ ਗੋਬਿੰਦਾ ਸਰਦਾਰ ਚੈਨਲ ਆ, ਵੀ ਉਹੀ ਗੱਲ ਆ ਨਾ, ਮੈਂ ਗੱਲਾਂ ਨਹੀਂ ਕਰਨਾ ਚਾਹੁੰਦੇ, ਅਸੀਂ ਵੀ ਲੋਕਾਂ ਨੂੰ ਵੀ ਜੋ ਅਸੀਂ ਕਰਨਾ ਚਾਹੁੰਦੇ ਹਾਂ ਕਰਕੇ, ਮਤਲਬ ਹਾਂ ਕਰਕੇ ਦਿਖਾਉਣਾ ਚਾਹੁੰਦੇ, ਔਰ ਸਾਡੇ ਆਉਣ ਵਾਲੇ ਟਾਈਮ 'ਚ ਮਤਲਬ ਜੋ ਲੋਕ ਸਾਡੀਆਂ ਵੀਡੀਓਜ਼ ਦੇਖ ਰਹੇ ਆ, ਇਹ ਤਾਂ ਸਿਰਫ ਰੀਲਾਂ ਹੈ, ਮਤਲਬ ਆਉਣ ਵਾਲਾ ਜਿਹੜਾ ਕੰਟੈਂਟ ਆ ਉਹ ਤਾਂ ਹਲੇ ਆਏ ਨਹੀਂ, ਕੁਛ ਵੀ ਨਹੀਂ ਆਇਆ, ਜੋ ਅਸੀਂ ਮਤਲਬ ਆਪਣੇ ਕੋਲ ਸੰਭਾਲੀ ਬੈਠੇ ਹਾਂ ਜਾਂ ਲੁਕੋਇਆ ਵਾ। ਬਈ ਇੰਨੀ ਐਨਰਜੀ, ਪੋਜ਼ਿਟਿਵ ਐਨਰਜੀ ਕਿੱਥੋਂ ਆਉਂਦੀ ਹੈ ਲੋਕਾਂ ਨੂੰ? ਤਾਂ ਮੇਰੇ ਵਰਗੇ ਤਾਂ ਇੱਕ ਵੀਡੀਓ 'ਤੇ ਗਲਤ ਕਮੈਂਟ ਆ ਜਾਵੇ ਮੈਂ ਤਾਂ ਸਾਰੀ ਰਾਤ ਨਹੀਂ ਸੁਣਦਾ। ਸਾਨੂੰ ਆਪਣੇ ਕੰਟੈਂਟ 'ਤੇ ਵਿਸ਼ਵਾਸ ਹੈ ਨਾ ਜੀ, ਸਾਡਾ ਜੋ ਅਸੀਂ ਚੀਜ਼ ਪੋਸਟ ਕਰਦੇ ਹਾਂ ਸਾਡੀ ਸਿਰਾ ਹੈ, ਉਹ ਚੱਲਣੀ ਓ ਚੱਲਣੀ ਹੈ। ਹਾਂਜੀ, ਅਤੇ ਇੱਕ ਗੱਲ ਹੋਰ, ਅਗਰ ਸਾਡੀ ਵੀਡੀਓ 'ਤੇ ਜੇ 1 ਲੱਖ ਲਾਈਕ ਹੁੰਦਾ, ਜੇ ਸਾਨੂੰ 1000-1500 ਬੋਲ ਵੀ ਦਿੰਦੇ, ਸਾਨੂੰ ਫਰਕ ਨਹੀਂ, ਕੋਈ ਫਰਕ ਨਹੀਂ ਪੈਂਦਾ, ਤੁਸੀਂ ਆਪਣਾ ਕੰਮ ਐਂ ਜਾਰੀ ਰੱਖੋਗੇ। ਤੁਸੀਂ ਕੁਛ ਸ਼ੇਅਰ ਕਰਨਾ ਚਾਹੁੰਦੇ ਹੋ? ਤੁਹਾਡੇ ਪਰਿਵਾਰ ਕਿਵੇਂ ਦੇਖਦੇ ਨੇ ਚੀਜ਼ਾਂ ਨੂੰ? ਤੁਸੀਂ ਜ਼ਿੰਦਗੀ 'ਚ ਕੀ ਕਰਨਾ ਚਾਹੁੰਦੇ ਸੀ? ਸੋਚਿਆ ਸੀ ਕਦੀ ਮੈਂ ਇਸ ਲਾਈਨ 'ਚ, ਤੁਸੀਂ ਕੀ ਬਣਨਾ ਚਾਹੁੰਦੇ, ਐਕਟਰ ਬਣਨਾ ਚਾਹੁੰਦੇ ਹੋ? ਮੈਨੂੰ ਬਚਪਨ ਤੋਂ ਹੀ ਮਤਲਬ ਮੈਂ ਟੀਵੀ ਵਗੈਰਾ ਪੰਜਾਬੀ ਮੂਵੀਜ਼ ਦੇਖਦੀ ਸੀ, ਬਹੁਤ ਵਧੀਆ ਲੱਗਦਾ ਸੀ ਕਿ ਮੈਂ ਵੀ ਇੱਥੇ ਤੱਕ ਪਹੁੰਚਾਂ। ਅਤੇ ਫੈਮਿਲੀ ਨੇ ਫੁੱਲ ਸਪੋਰਟ ਕੀਤੀ ਹੈ, ਚੰਡੀਗੜ੍ਹ ਭੇਜਿਆ, ਪਹਿਲਾਂ ਨਰਸਿੰਗ ਕੀਤੀ ਉਹਨਾਂ ਦੇ ਕਹਿਣ 'ਤੇ, ਫਿਰ ਉਹਨਾਂ ਨੇ ਕਿਹਾ ਕਿ ਜੋ ਤੂੰ ਕਰਨਾ ਚਾਹੁੰਦੀ ਹੈ ਕਰ ਲਾ। ਅਤੇ ਸੋ ਹੁਣ ਮੈਂ ਜੋਬ ਜੁਬ ਕਰਕੇ ਫਿਰ ਮਤਲਬ ਫਾਈਨਲੀ ਇਹ ਮਿਲੇ, ਸੋ ਇਹਨਾਂ ਨੇ ਮਤਲਬ ਮੌਕਾ ਦਿੱਤਾ। ਮਤਲਬ ਆਉਣ ਵਾਲੇ ਟਾਈਮ 'ਚ ਕੱਲ੍ਹ ਨੂੰ ਗੋਬਿੰਦਾ ਸਰਦਾਰ ਪ੍ਰੋਡਕਸ਼ਨ ਹਾਊਸ ਬਣੇਗਾ? ਬਾਕੀ ਕੋਸ਼ਿਸ਼ ਮੈਂ ਚਾਹੁੰਦਾ ਵੀ ਜਿੱਦਾਂ ਹੁਣ ਜਿਹੜੇ ਨਵੇਂ ਸਿੰਗਰ ਹੈ ਨਾ, ਜੋ ਪਿੰਡਾਂ ਦੇ, ਕਿਉਂਕਿ ਪਿੰਡਾਂ 'ਚ ਬਹੁਤ ਟੈਲੈਂਟ ਹੈ ਪੰਜਾਬ 'ਚ ਜਿਹੜਾ ਹਲੇ ਮੂਹਰੇ ਆਏ ਨਹੀਂ। ਬਾਈ ਤੁਹਾਨੂੰ ਨਹੀਂ ਲੱਗਦਾ ਕਿ ਚਲੋ ਇਹ ਤੁਹਾਡਾ ਸ਼ਾਇਦ ਔਰਾ ਇੱਦਾਂ ਦਾ ਸੀਗਾ ਕਿ ਤੁਸੀਂ ਇੰਨੀ ਨੈਗੇਟਿਵਿਟੀ ਝੇਲੀ ਜਾਂਦੇ ਹੋ, ਚਲਾਈ ਜਾਂਦੇ ਹੋ, ਪਰ ਕਈ ਵਿਚਾਰੇ ਡਰ ਜਾਂਦੇ ਨੇ ਜਾਂ ਸਹਿਮ ਜਾਂਦੇ ਨੇ ਕਿ ਲੋਕ ਪਤਾ ਕਿਆ ਚਾਹੁੰਦੇ ਜੀ, ਲੋਕ ਚਾਹੁੰਦੇ ਆ ਵੀ ਜਿਹੜੇ ਇਹਨਾਂ ਨੂੰ ਅਸੀਂ ਬੈਡ ਕਮੈਂਟ ਕਰੀਏ ਔਰ ਸਾਨੂੰ ਇੱਧਰ ਤਾਂ ਰਿਪਲਾਈ ਕਰੇ, ਸਾਡੀ ਉਹਨਾਂ ਨਾਲ ਲੜਾਈ ਹੋਵੇ ਅਤੇ ਉਹ ਚੱਲਣ, ਉਹ ਲੜਾਈ ਵਿੱਚ ਫਸ ਜਾਣ ਵੀ ਉਹ ਤਰੱਕੀ ਨਾ ਕਰਨ ਅੱਗੇ ਜ਼ਿੰਦਗੀ 'ਚ ਵਧਣ ਨਾ, ਉਹ ਤਾਂ ਚਾਹੁੰਦੇ ਹੋ ਅਸੀਂ ਹੈ, ਤਾਂ ਅਸੀਂ ਕਿਸੇ ਦਾ ਅਸੀਂ ਰਿਪਲਾਈ ਨਹੀਂ ਕਰਦੇ, ਸਿਰਫ ਅਸੀਂ ਆਪਣਾ ਕੰਮ ਕਰਦੇ ਔਰ ਕੰਮ
ਠੰਡਾ ਮੌਸਮ ਹੁੰਦਾ ਬਾਹਰ ਸ਼ੂਟ ਕਰ ਲਈ ਅਤੇ ਇੱਕ ਮੈਨੂੰ ਗੱਲ ਹੋਰ ਦੱਸੋ, ਮੈਂ ਵੀ ਕਈ ਵਾਰ ਰੀਲ ਰੂਲ ਸ਼ੂਟ ਕਰਦਾ, ਮੈਨੂੰ ਪਬਲਿਕ 'ਚ ਲਈ ਬੜਾ ਝਾਕਾ ਜਿਹਾ ਹੁੰਦਾ, ਮੈਂ ਜਦੋਂ ਰੀਲ ਸ਼ੂਟ ਕਰਦਾ ਜੇ ਕੋਈ ਉੱਧਰੋਂ ਦੇਖਦਾ ਹੋਵੇ ਮੇਰੇ ਕੋਲ ਰੀਲ ਸ਼ੂਟ ਨਹੀਂ ਹੁੰਦੀ, ਐਕਟਿੰਗ ਨਹੀਂ ਹੁੰਦੀ, ਤੁਸੀਂ ਸਾਰੀ ਪਬਲਿਕ ਦੇ ਵਿਚਕਾਰ ਦੇਖ ਰਹੇ ਹੋ, ਲੋਕ ਕਈ ਉੱਪਰ ਦੇ ਵੀਡੀਓ ਬਣਾ ਰਹੇ ਹੁੰਦੇ ਸਾਡੀ ਵੀਡੀਓ ਸ਼ੂਟ ਕਰਦੇ ਹੋਏ, ਔਰ ਕਈ ਉੱਪਰ ਦੇ ਉਹ ਸ਼ੇਰਾ ਉਹ ਸ਼ੇਰਾ ਇੱਦਾਂ ਕਰਕੇ ਆਵਾਜ਼ਾਂ ਮਾਰ ਰਹੇ ਹੁੰਦੇ, ਫਿਰ ਡਿਸਟਰੈਕਟ ਨਹੀਂ ਹੁੰਦੇ? ਮਤਲਬ ਅਸੀਂ ਜਦੋਂ ਐਕਟਿੰਗ ਕਰ ਰਹੇ ਹੁੰਦੇ ਨਾ ਫਿਰ ਨਹੀਂ ਪਰਵਾਹ, ਫਿਰ ਅਸੀਂ ਦੇਖਦੇ ਨਹੀਂ ਬਾਈ. ਹੁਣ ਜਿਵੇਂ ਮੈਂ ਤੁਹਾਡੀ ਜੇ ਟੈਸਟ ਲੈਣਾ ਹੋਵੇ ਐਕਟਿੰਗ ਦਾ, ਤੁਸੀਂ ਕੁਛ ਐਕਟਿੰਗ 'ਚ ਕਰਕੇ ਦਿਖਾਓ, ਕੋਈ ਡਾਇਲੋਗ ਬੋਲ ਕੇ ਦਿਖਾਓ ਆਪਣਾ ਆਪਣਾ ਇੱਕ ਇੱਕ ਬੋਲੋਗੇ ਤੁਸੀਂ? ਤੁਹਾਡਾ ਤਾਂ ਹਾਸਾ ਬਹੁਤ ਫੇਮਸ ਹੈ ਬਾਈ, ਹੱਸ ਕੇ ਦਿਖਾਵਾਂਗੇ, ਹੱਸ ਕੇ ਵੀ ਦਿਖਾਇਓ, ਫਿਰ ਇੱਕ ਆਪਾਂ ਉਹ ਵੀ ਕਰਾਂਗੇ ਡਾਇਲੋਗ ਵੀ. ਮੈਂ ਨਾ ਯਾਰ ਕਿਆ ਬਾਤ ਹੈ, ਇੱਕ ਇਹ ਚੀਜ਼ ਹੈ ਜੀ, ਅਤੇ ਇੱਕ ਮਤਲਬ ਅਸੀਂ ਨਿੰਜੇ ਬਾਈ ਦੇ ਨਾ ਗਾਣੇ 'ਚ ਮਤਲਬ ਸਾਡਾ ਟੀਜ਼ਰ ਸੀ ਜੀ ਬਾਈ, ਉਹਦੇ ਵਿੱਚ ਕੁਛ ਰੋਲ ਕੀਤਾ ਸੀ ਡਾਕਟਰ ਦੇ ਵਿੱਚ ਸੀ, ਅਤੇ ਉਹ ਵੀ ਬਹੁਤ ਵਧੀਆ ਸੀ. ਕਹਿੰਦਾ ਸੋਰੀ ਬਾਈ ਮੈਂ ਇੰਟਰਪਟ ਕਰ ਰਿਹਾ, ਤੇ ਇੰਡਸਟਰੀ 'ਚ ਤੁਹਾਨੂੰ ਫੋਨ ਫੋਨ ਕਰਦੇ ਨੇ, ਪੈਸੇ ਪੂਏ ਦਿੰਦੇ ਨੇ ਕਿ ਪਿਆਰ ਹੀ ਹੈ ਬਸ? ਨਹੀਂ ਦੇਖੋ ਅਸੀਂ ਹਲੇ ਆਪਣਾ ਪਿਆਰ ਬਣਾਉਣਾ ਚਾਹੁੰਦੇ ਹਾਂ ਨਾ, ਪੈਸੇ ਤੁਸੀਂ ਮੰਗਦੇ? ਅਸੀਂ ਨਹੀਂ ਮੰਗਦੇ. ਦੇਖੋ ਲੋਕ ਨਾ ਸਾਨੂੰ ਵੈਸੇ ਐਂ ਕਹਿੰਦੇ ਆ ਵੀ ਜਿੱਦਾਂ ਤੁਸੀਂ ਇੰਡਸਟਰੀ ਵਿੱਚ ਕਿਸੇ ਵੀ ਬੰਦੇ ਦੀ ਕੋਈ ਪ੍ਰਮੋਸ਼ਨ ਕਰਦੇ ਹਾਂ ਵੀ ਤੁਸੀਂ ਉਹਨਾਂ ਤੋਂ ਪੈਸੇ ਮੰਗਿਆ. ਮੈਂ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਸੇਵਾ ਹੀ ਕਰ ਰਹੇ ਹੋ ਜੀ, ਮਤਲਬ ਹਾਂ ਅਸੀਂ ਦੇਖੋ ਸਾਡਾ ਮੰਨਣਾ ਹੈ ਵੀ ਜਿੱਦਾਂ ਹੁਣ ਆਪਾਂ ਕਿਸੇ ਬੜੇ ਬ੍ਰਾਂਡ ਦੀ ਪ੍ਰਮੋਸ਼ਨ ਕਰਦੇ ਹਾਂ ਤਾਂ ਅਸੀਂ ਵੀ ਹੋਰ ਬੜੇ ਹੋ, ਹਾਂ ਜੁੜ ਰਹੇ ਹਾਂ ਉਹਨਾਂ ਨਾਲ, ਮਤਲਬ ਸਾਡਾ ਨਾਮ ਵੀ ਹੋਰ ਬੜਾ ਹੋ ਰਿਹਾ ਕਿ ਅੱਜ ਅਸੀਂ ਤੁਹਾਡੇ ਨਾਲ ਬੈਠੇ ਹਾਂ ਜਾਂ ਤੁਸੀਂ ਸਾਡੇ ਨਾਲ ਮਤਲਬ ਬਹੁਤ ਉੱਪਰ? ਨਹੀਂ ਨਹੀਂ ਬਾਈ, ਤੁਹਾਡੇ ਨਾਲ ਬੈਠੇ ਤਾਂ ਅਸੀਂ ਸਾਡਾ ਵੀ ਮਤਲਬ ਹੋਰ ਲੈਵਲ ਬੜਾ ਹੋ ਰਿਹਾ. ਉੱਦਾਂ ਹੀ ਮਤਲਬ ਅਸੀਂ ਮਤਲਬ ਕਿਸੇ ਬੜੇ ਆਰਟਿਸਟ ਦੀ ਪ੍ਰਮੋਸ਼ਨ ਕਰਦੇ, ਅਸੀਂ ਚਾਹੁੰਦੇ ਵੀ ਸਾਡਾ ਹਲੇ ਨਾਮ ਬਣੇ, ਸਾਨੂੰ ਮਤਲਬ ਇੰਨਾ ਪੈਸਾ. ਦੇਖੋ ਮੇਰਾ ਪੋਡਕਾਸਟਿੰਗ ਨਾ ਅੱਜ ਤੁਹਾਨੂੰ ਬੁਲਾ ਕੇ ਕਰਨ ਦਾ ਇਹੀ ਮਤਲਬ ਹੈ ਕਿ ਪੰਜਾਬ 'ਚ ਬੇਰੁਜ਼ਗਾਰੀ ਬਹੁਤ ਜ਼ਿਆਦਾ, ਅਤੇ ਤੁਸੀਂ ਆਪਣੇ ਪੈਰਾਂ 'ਤੇ ਖੜ੍ਹੇ ਹੋ ਨਾ, ਨਾ ਮੈਂ ਤੁਹਾਡੇ ਕੋਲ ਪੈਸੇ ਮੰਗ ਰਿਹਾ, ਨਾ ਤੁਹਾਡੇ ਨਾਮ 'ਤੇ ਵਿਊ ਮੰਗ ਰਿਹਾ, ਸਿਰਫ ਤੁਸੀਂ ਖੁਸ਼ ਹੋ ਨਾ. ਮੇਰੀ ਪੰਜਾਬ ਦਾ ਯੂਥ ਆਪਣੇ ਪੈਰਾਂ 'ਤੇ ਖੜ੍ਹਾ, ਗੋਰਿਆਂ ਦੀ ਜਾ ਕੇ ਮਿੰਨਤਾਂ ਨਹੀਂ ਕਰਨੀਆਂ ਪੈ ਰਹੀਆਂ, ਵਿਚਾਰੇ ਘਰ ਤੋਂ ਵਿਛੋੜਾ ਨੇ, ਆਪਣੀ ਮਾਂ ਕੋਲ ਰਹਿੰਦੇ ਹੋ ਤੁਸੀਂ, ਆਪਣੇ ਪਰਿਵਾਰ ਕੋਲ ਰਹਿੰਦੇ ਹੋ, ਮੈਨੂੰ ਇਸ ਚੀਜ਼ ਦਾ ਹੀ ਚਾਅ ਬਹੁਤ ਹੈ. ਥੈਂਕ ਯੂ ਜੀ. ਤੁਸੀਂ ਕੰਟੀਨਿਊ ਕਰਦੇ ਲੈ ਕੇ ਸ਼ਾਮ ਤੱਕ ਬਹੁਤ ਮਸਤੀ ਕਰਦੇ ਜੀ, ਔਰ ਉਹ ਵੀ ਸ਼ੂਟ ਟਾਈਮ ਸ਼ੁਰੂ ਤੋਂ ਅਸੀਂ ਵੀਡੀਓ ਸ਼ੂਟ ਕਰਨ ਨੂੰ ਆਇਆ ਨਹੀਂ ਹੈ ਜੀ, ਮਤਲਬ ਇੱਕ ਮਿੰਟ 'ਚ ਬਣਾ ਦਿੰਦੇ ਅਸੀਂ, ਬਹੁਤ ਟਾਈਮ ਲਾਉਂਦੇ, ਔਰ ਹੌਲੀ ਹੌਲੀ. ਇੱਕ ਰੀਲ ਨੂੰ ਕਿੰਨਾ ਟਾਈਮ ਲੱਗਦਾ ਜੇ ਅਸੀਂ ਕੰਟੈਂਟ ਸੋਚ ਕੇ ਗਏ ਹਾਂ ਫਿਰ ਤਾਂ ਲੱਗੂਗਾ ਅੱਧਾ ਘੰਟਾ, ਜੇ ਅਸੀਂ ਕੰਟੈਂਟ ਨਹੀਂ ਸੋਚਿਆ ਫਿਰ ਕਈ ਵਾਰ ਦੋ ਢਾਈ ਘੰਟੇ ਵੀ ਲੱਗ ਜਾਂਦੇ. ਫਿਰ ਵੀਡੀਓ ਐਡੀਟਿੰਗ ਨੂੰ ਮਤਲਬ ਉਹ ਹੁੰਦਾ ਵੀ ਅਸੀਂ ਲੋਕੇਸ਼ਨ ਨੂੰ ਦੇਖ ਕੇ ਕੰਟੈਂਟ ਬਣਾ ਲੈਂਦੇ ਉੱਥੇ, ਇੱਕ ਵੀ ਵੈਸੇ ਹੀ ਪਹਿਲਾਂ ਹੀ ਸੋਚ ਕੇ ਗਏ ਵੀ ਕੀ ਕੰਟੈਂਟ ਬਣਾਉਣਾ. ਤੁਹਾਡੀ ਇੱਕ ਹੋਰ ਬੜੀ ਜ਼ਬਰਦਸਤ ਗੱਲ ਹੈ, ਤੁਸੀਂ ਵੀਡੀਓ ਦੇ ਨਾਲ ਨਾਲ ਮਾਈਕ ਲਾ ਕੇ ਰਿਕਾਰਡ ਨਹੀਂ ਕਰਦੇ, ਤੁਸੀਂ ਬਾਅਦ 'ਚ ਡਬਿੰਗ ਕਰਦੇ? ਡਬਿੰਗ ਕਰਦੇ. ਉਹ ਆਈਡੀਆ ਕਿੱਥੋਂ ਆਇਆ ਸੀ? ਤਾਂ ਪ੍ਰੋਫੈਸ਼ਨਲ ਫਿਲਮਾਂ ਵਾਲਾ ਆਈਡੀਆ ਜੀ, ਅਸੀਂ ਯੂਜ਼ ਕਰਕੇ ਦੇਖਿਆ ਪਹਿਲਾਂ ਮਾਈਕ ਹੀ, ਮਾਈਕ ਯੂਜ਼ ਕਰਕੇ ਦੇਖਿਆ ਸਾਨੂੰ ਨਹੀਂ ਵਧੀਆ ਲੱਗਿਆ ਕੰਮ, ਪਰ ਡਬਿੰਗ 'ਚ ਤਾਂ ਮਤਲਬ ਆਵਾਜ਼ ਮਲਾਈ ਵਰਗੀ ਆਉਂਦੀ ਤਾਂ ਕਰਕੇ ਉਹ ਚੀਜ਼ ਕਰਦੇ. ਅੱਛਾ, ਫਿਰ ਡਬਿੰਗ ਕਿੰਨੀ ਦੇਰ ਦਾ ਕੰਮ ਹੁੰਦਾ ਤੁਹਾਡਾ? ਡਬਿੰਗ ਨੂੰ ਤਾਂ ਬਥੇਰਾ ਲਾਇਆ, ਇਹਨਾਂ ਨੂੰ ਬਿਠਾ ਕੇ ਮਤਲਬ ਆਊ ਦੀ ਆਉਣ ਮਤਲਬ ਉੱਥੇ ਜਿੱਥੇ ਸ਼ੂਟ ਕਰਦੇ ਹਾਂ ਉੱਥੇ ਲੈ ਲੈਣੇ ਡਬਿੰਗ, ਅਤੇ ਸੁੱਖੀ ਦਾ ਸਾਡੇ ਨਾਲ ਮਤਲਬ ਘਰ ਘਰ ਵੀ ਆ ਜਾਂਦਾ. ਹਾਂਜੀ, ਹੁਣ ਸਾਨੂੰ ਇੰਨਾ ਐਕਸਪੀਰੀਅੰਸ ਹੋ ਗਿਆ, ਪਹਿਲੀ ਵਾਰ 'ਚ ਕਰ ਦਿੰਦੇ ਜੀ. ਅੱਛਾ, ਡਬਿੰਗ ਕਰ ਦਿੰਦੇ ਹੋ, ਤੁਹਾਨੂੰ ਆਦਤ ਪੈ ਗਈ ਜੀ ਉਸ ਲਿਪਸਿੰਗ ਲੁਪਸਿੰਗ ਮੈਚ ਹੋਏ? ਸਗੋਂ ਮਤਲਬ ਕਈ ਵਾਰ ਨਾ ਜੀ ਜਦ ਸ਼ੂਟ ਕਰ ਰਹੇ ਨੇ ਉੱਥੇ ਵਧੀਆ ਤਰੀਕੇ ਨਾਲ ਡਾਇਲੋਗ ਬੋਲੇ ਨਹੀਂ ਜਾਂਦੇ, ਬਾਅਦ 'ਚ ਡਬਿੰਗ 'ਚ ਬੰਦਾ ਜਿੰਨਾ ਮਰਜ਼ੀ ਫੀਲ ਨਾਲ ਬੋਲ ਲਵੇ ਉੱਥੇ ਸਿਰਫ ਬੰਦਾ ਐਕਸਪ੍ਰੈਸ਼ਨ ਦੇਵੇ ਆਪਣੇ ਸ਼ੂਟ ਕਰਨ, ਜਦੋਂ ਮੈਕ ਲਾ ਲੈਂਦੇ ਫਿਰ ਉਦੋਂ ਹੁੰਦਾ ਵੀ ਬੋਲਣਾ ਵੀ ਵਧੀਆ ਔਰ ਐਕਸਪ੍ਰੈਸ਼ਨ ਵੀ ਦੇਣੇ ਆ, ਤਾਂ ਦੋ ਚੀਜ਼ਾਂ ਵਿੱਚ ਬੰਦਾ ਫਸ ਜਾਂਦਾ, ਐਕਟਿੰਗ ਵਧੀਆ ਨਹੀਂ ਹੁੰਦੀ. ਕਿਆ ਬਾਤ ਹੈ, ਬਾਰ ਬਾਰ ਸ਼ੋਟ ਦੇਣ ਨਾਲੋਂ ਜਿਸ ਤਰ੍ਹਾਂ ਹੁਣ ਕੋਈ ਔਖਾ ਜਿਹਾ ਵਰਡ, ਅਸੀਂ ਪਹਿਲਾਂ ਐਕਸਪ੍ਰੈਸ਼ਨ 'ਤੇ ਕੰਮ ਕਰਦੇ, ਬਾਅਦ 'ਚ ਫਿਰ ਡਬਿੰਗ ਤਾਂ ਹੋ ਜਾਂਦੀ ਆਰਾਮ ਨਾਲ. ਨਹੀਂ ਨਹੀਂ ਬਿਲਕੁਲ ਵਧੀਆ, ਤੁਸੀਂ ਉਹ ਕੰਟੀਨਿਊ ਕਰੋ ਗੱਲ ਜਿਹੜੀ ਉਹ ਡਾਇਲੋਗ ਵਾਲੀ, ਮਤਲਬ ਉਸ ਪਹਿਲਾਂ ਸੁੱਖੀ ਤੂੰ ਬੋਲੀ. ਸੀਰੀਅਸਲੀ ਤੁਹਾਨੂੰ ਨੰਬਰ ਦਊਂਗਾ ਮੈਂ 10 'ਚੋਂ, ਦੋਨਾਂ 'ਚੋਂ 10-10 'ਚੋਂ ਪੋਡਕਾਸਟ 'ਚ ਸਾਰੇ ਦੇਣਗੇ. ਬਾਈ ਜੀ ਸ਼ੇਰਾ ਆਪਣੇ ਏਰੀਏ 'ਚ ਡਾਕਾ ਮਾਰਨ ਆ ਰਿਹਾ. ਸੁੱਖੀ ਤੇਰੇ ਨਾਲੋਂ ਜ਼ਿਆਦਾ ਸਿਆਣਾ ਤਾਂ ਆਪਣਾ ਕਾਲੂ ਹੈ, ਕਣਾ ਭੁੱਲ ਗਿਆ 10-0. ਚਲੋ ਦੁਬਾਰਾ ਕੱਟ, ਕੋਈ ਗੱਲ ਨਹੀਂ. ਨਹੀਂ ਨਹੀਂ ਕੱਟ ਕੱਟ ਕੱਟ. ਹਾਂ ਚਲੋ, ਮੇਰਾ ਹਲੇ ਉਹ ਵੀ ਇਹਨਾਂ ਕਿ ਸਮੁੰਦਰ 'ਚੋਂ ਹੈ ਨਾ ਦੋ ਬੂੰਦਾਂ ਲੈ ਵੀ ਗਿਆ. ਚੱਲ ਹੁਣ ਮੈਨੂੰ ਯਾਦ ਆ ਗਿਆ. ਬਾਈ ਜੀ ਸ਼ੇਰਾ ਆਪਣੇ ਏਰੀਏ 'ਚ ਡਾਕਾ ਮਾਰਨ ਆ ਰਿਹਾ. ਚਲੋ ਕੋਈ ਨਹੀਂ ਬਾਈ ਜੀ, ਜੇ ਭਰੇ ਸਮੁੰਦਰ 'ਚੋਂ ਦੋ ਬੂੰਦਾਂ ਲੈ ਵੀ ਗਿਆ ਤਾਂ ਕੀ ਫਰਕ ਪੈਣ ਲੱਗਿਆ? ਤੇਰੇ ਨਾਲੋਂ ਜ਼ਿਆਦਾ ਸਿਆਣਾ ਤਾਂ ਆਪਣਾ ਕਾਲੂ ਹੈ. ਸੁੱਖੀ ਪਿੰਡ 'ਚ ਕੋਈ ਬਗਾਨਾ ਕੁੱਤਾ ਵੜ ਜੇ ਪਾੜ ਕੇ ਸੜ ਦਿੰਦਾ ਤੇ ਤੂੰ ਕਹਿੰਦਾ ਕੀ ਫਰਕ ਪੈਂਦਾ? ਕਿਆ ਬਾਤ ਹੈ ਯਾਰ, ਆਉਣ ਦੇ ਬਾਈ ਜਿਹੜਾ ਆਉਂਦਾ ਡੱਕਰੇ ਕਰ ਦਾਂਗੇ. ਬਾਈ ਜੀ ਨਾਲ ਬਿੱਲਾ ਬਲੈਰੋ ਤੇ ਨੀਂਜਾ ਵੀ ਆ ਰਿਹਾ. ਬਿੱਲਾ ਬਲੈਰੋ ਤੇ ਨਿੰਜਾ, ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਆਉਣਾ ਵੱਡੀ ਗੱਲ ਨਹੀਂ, ਆ ਕੇ ਸੁੱਕਾ ਜਾਣਾ ਵੱਡੀ ਗੱਲ ਹੈ. ਕਿਆ ਬਾਤ ਹੈ ਯਾਰ, ਵਾਹ ਜੀ ਵਾਹ, ਅਸਲੀ ਜ਼ਿਆਦਾ ਇੰਜੋਏ ਆ ਰਿਹਾ. ਡਾਇਲੋਗ ਸਾਰੇ ਅਸੀਂ ਲਿਖੇ ਵੀ ਆ. ਹਾਂਜੀ, ਅਸੀਂ ਉਹ ਕਰ ਤੇ ਪ੍ਰਮੋਸ਼ਨ ਕੀਤੀ ਸੀ ਟੀਜ਼ਰ.
ਮਤਲਬ ਜਿਹੜਾ ਐਕਟਰ ਹੁੰਦਾ ਜੀ ਹਾਂ ਗੋਲੀਆਂ ਐ ਘੁਮਾ ਕੇ ਮਾਰਦਾ ਧਰਤੀ ਵੱਲ ਮਤਲਬ ਲੱਤ ਮਾਰਦਾ ਜੀ ਗੱਡੀਆਂ ਉੱਡ ਜਾਂਦੀਆਂ ਹਾਂ 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 ਉੱਥੇ ਕੋਈ ਵੀ ਨਹੀਂ ਕਹਿੰਦਾ ਵੀ ਭੋਰ ਦੇ ਭੋਰ ਸੀ ਉਹ ਵੀ ਤਾਂ ਭੋਰ ਭੋਰੇ ਦਿੱਤੀ ਉਹ ਬੜੇ ਲੈਵਲ ਦੇ ਮਤਲਬ ਥੀਏਟਰ 'ਚ ਆ ਵੱਡੇ ਲੈਵਲ 'ਚ ਲੱਗਦੇ ਵੈਸੇ ਉਹਨੂੰ ਕਿਹਾ ਕੀ ਜਾਂਦਾ ਅਸਲ ਦੇ ਵਿੱਚ ਭੋਰ ਨਾਲ ਚਲੋ ਪੰਜਾਬੀ ਦਾ ਵਰਡ ਇੱਕ ਲੋਕਾਂ ਨੇ ਨਹੀਂ ਵੈਸੇ ਹੀ ਕਹਿੰਦੇ ਨਹੀਂ ਲੋਕ ਆਪਣੇ ਕੋਲ ਤੀ ਭੋਰਨੇ ਦਾ ਮਤਲਬ ਸਾਨੂੰ ਵੀ ਪਤਾ ਲੱਗਿਆ ਪਰ ਇੰਨਾ ਪਤਾ ਵੀ ਉਹ ਕਹਿੰਦੇ ਕੋਈ ਮਿਕਸ ਹੀ ਹੈ ਜਿਹਦੇ ਨਾਲ ਬਰੀਕ ਕਰਕੇ ਭੋਰਿਆ ਜਾਂਦਾ ਜੀ ਇਹ ਵਧੀਆ ਗੱਲ ਹੈ ਕਿ ਉਹ ਕੋਈ ਮਿਕਸ ਹੀ ਹੈ ਜਿਸ ਤੋਂ ਐਂਡ 'ਚ ਬਰੀਕ ਕਰਕੇ ਭੋਰਿਆ ਜਾਂਦਾ ਹੈ ਨਾ ਭੋਰਨੇ ਦੀ ਡੈਫੀਨੇਸ਼ਨ ਕੱਢਤੀ ਅੱਜ ਤੁਸੀਂ ਪੋਡਕਾਸਟ 'ਚ ਕਿਆ ਬਾਤ ਹੈ ਅਤੇ ਇੱਕ ਗੱਲ ਹੋਰ ਜੀ ਸਾਡੀ ਵੀਡੀਓ 'ਚ ਕੁਛ ਗਲਤ ਨਹੀਂ ਹੁੰਦਾ ਹੈ ਨਾ ਕੋਈ ਵਲਗਰ ਲੈਂਗੁਏਜ ਨਹੀਂ ਯੂਜ਼ ਕਰਦੇ ਜੀ ਅਸੀਂ ਅਤੇ ਉਸਦੇ ਬਾਵਜੂਦ ਵੀ ਇੱਦਾਂ ਦੇ ਕਮੈਂਟ ਕਰਦੇ ਜੀ ਲੋਕ ਨਹੀਂ ਤੁਹਾਨੂੰ ਲੋਕ ਜਦੋਂ ਕਿਉਂ ਕਰਦੇ ਆ ਹੁਣ ਇਹ ਤਾਂ ਹੁਣ ਉਹੀ ਮੈਂ ਜਵਾਬ ਦਿੰਦਾ ਉਹਨਾਂ ਦਾ ਜਦੋਂ ਤੁਹਾਨੂੰ ਬਾਹਰੋਂ ਕੋਈ ਫੋਨ ਕਰਦਾ ਕਿ ਯਾਰ ਤੂੰ ਗੰਦ ਪਾਇਆ ਪੰਜਾਬ 'ਚ ਤੁਸੀਂ ਕੀ ਜਵਾਬ ਦਿੰਦੇ ਹੋ ਕਿ ਕੱਟ ਦਿੰਦੇ ਹੋ ਤੁਸੀਂ ਕੱਟ ਦਿੰਦੇ ਜੀ ਨਹੀਂ ਗੰਦ ਤਾਂ ਜਿਨ੍ਹਾਂ ਨੇ ਗੰਦ ਦਿਖਾ ਕੇ ਪਾਇਆ ਅੱਜ ਇੰਸਟਾਗ੍ਰਾਮ ਖੋਲ੍ਹ ਲਓ ਕੋਈ ਧੀ ਭੈਣ ਕੋਲ ਬਿਠਾ ਕੇ ਚਲਾ ਕੇ ਦਿਖਾ ਦਿਉ ਇੰਸਟਾਗ੍ਰਾਮ ਉਦੋਂ ਨਹੀਂ ਗੰਦ ਪਾਇਆ ਪੰਜਾਬ ਨੇ ਉਦੋਂ ਪੰਜਾਬ ਕਿਹੜਾ ਇੱਥੇ ਲੋਕ ਪੋਰਨ ਵੀਡੀਓਜ਼ ਦਿਖਾ ਦਿਖਾ ਕੇ ਕਰੋੜਾਂ ਰੁਪਏ ਕਮਾਈ ਜਾਂਦੇ ਨੇ ਮੈਨੂੰ ਵੀ ਕਹਿੰਦੇ ਨੇ ਕਹਿੰਦੇ ਤੂੰ ਮਰੀਜ਼ ਦਿਖਾ ਦਿਖਾ ਕੇ ਪੈਸੇ ਕਮਾਈ ਜਾਂਦਾ ਤੁਹਾਨੂੰ ਕਹਿੰਦੇ ਨੇ ਤੁਸੀਂ ਯਾਦ ਕਰਤਾ ਰਹੇ ਹਾਂ ਕਿਸੇ ਨੂੰ ਦੇਖੋ ਤੁਹਾਡੇ ਕੰਟੈਂਟ ਨਾਲ ਕਿਸੇ ਦਾ ਦਿਲ ਨਹੀਂ ਦੁੱਖ ਰਿਹਾ ਤੁਹਾਡੇ ਕੰਟੈਂਟ ਦੇ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਕੋਈ ਯੂਥ ਗਲਤ ਰਾਹ ਨਹੀਂ ਜਾ ਰਹੀ ਦੇਖੋ ਮੈਂ ਤੁਹਾਨੂੰ ਪੋਡਕਾਸਟ 'ਚ ਕਦੀ ਨਾ ਬੁਲਾਉਂਦੇ ਰਹੇ ਤੁਸੀਂ ਵੀ ਦਾਰੂ ਦੀ ਐਡ ਕੀਤੀ ਹੁੰਦੀ ਤੁਸੀਂ ਕਿਸੇ ਨੂੰ ਗਲਤ ਰਾਹ ਪਾਇਆ ਹੁੰਦਾ ਮੈਂ ਕਹਿਣਾ ਯਾਰ ਨਹੀਂ ਯਾਰ ਕਿਉਂਕਿ ਪੈਸੇ ਨਾਲ ਐਥਿਕਸ ਨਹੀਂ ਮਾਰਨੇ ਕਦੀ ਕਿਸੇ ਇਨਸਾਨ ਨੇ ਹੁਣ ਬੜੇ ਵੱਡੇ ਵੱਡੇ ਐਕਟਰ ਸਿੰਗਰ ਨੇ ਮੈਂ ਸ਼ਰਿਆਮ ਵੀਡੀਓ ਪਾਈ ਹੈ ਕਿ ਮੈਨੂੰ ਨਹੀਂ ਪਸੰਦ ਜੇ ਕੋਈ ਬੰਦਾ ਇਹ ਕਰਦਾ ਕਿਉਂ ਬਾਈ ਤੁਹਾਡਾ ਕੀ ਇਸ ਗੱਲ 'ਤੇ ਸਪਸ਼ਟੀਕਰਨ ਤੁਹਾਨੂੰ ਕੱਲ੍ਹ ਨੂੰ ਜੇ ਕੋਈ ਵੱਡੀ ਕੰਪਨੀ ਸ਼ਰਾਬ ਦੀ ਐਡ ਕਰਨ ਲਈ ਕਹਿੰਦੀ ਜਿੱਦਾਂ ਹੁਣ ਇਮੀਗ੍ਰੇਸ਼ਨ ਵਾਲੇ ਦੀ ਉਹ ਗੱਲ ਕਰਦੇ ਹਾਂ ਜੀ ਮਤਲਬ ਉਹ ਸਾਨੂੰ ਕਈ ਵਾਰ 1-1.5 ਲੱਖ ਜਾਂ 2 ਲੱਖ ਵੀ ਕਹਿ ਦਿੰਦੀ ਹੈ ਵੀ ਅਸੀਂ ਤੁਹਾਨੂੰ ਦੇ ਦੂੰਗੇ ਪਰ ਅਸੀਂ ਕਰਦੇ ਨਹੀਂ ਹਾਂ ਵੈਰੀ ਗੁੱਡ ਫਰੋਡ ਫਰੋਡ ਹੋ ਸਕਦਾ ਜੀ ਕਿਸੇ ਨਾਲ ਵੀ ਵੈਰੀ ਗੁੱਡ ਅਸੀਂ ਜੇ ਬੰਦਾ ਸਾਨੂੰ ਘੱਟੇ ਅਸੀਂ ਘੱਟ ਪੈਸੇ ਲੈ ਕੇ ਖੁਸ਼ ਹਾਂ ਪਰ ਅਸੀਂ ਇੱਕ ਜੈਨੂਅਨ ਬੰਦੇ ਦੀ ਤੁਸੀਂ ਗੈਂਬਲਿੰਗ ਐਡ ਤਾਂ ਨਹੀਂ ਕੀਤੀ ਹਜੇ ਤੱਕ ਕੀ ਕੀਤੀ ਗੈਂਬਲਿੰਗ ਐਪ ਜੂਏ ਦੀ ਜਿਹੜੀਆਂ ਬੈਟਿੰਗ ਐਪਸ ਹੁੰਦੀਆਂ ਕਈ ਵਾਰ ਮਤਲਬ ਆ ਜਾਂਦੀਆਂ ਇੱਕ ਵਾਰੀ ਕੀਤੀ ਸੀ ਅਸੀਂ ਫਿਰ ਯੂਟਿਊਬ 'ਤੇ ਸਟ੍ਰਾਈਕ ਆ ਗਈ ਸੀ ਉਸ ਤੋਂ ਬਾਅਦ ਅਸੀਂ ਬੰਦ ਕਰਤੀ ਕਿੰਨੇ ਪੈਸੇ ਦਿੱਤੇ ਸੀ ਉਹਨਾਂ ਨੇ ਮਤਲਬ ਜਦ ਤਾਂ ਅਸੀਂ ਮਤਲਬ ਥੋੜ੍ਹੇ ਘੱਟ ਫੇਮਸ ਸੀ ਮਤਲਬ 3,000 ਰੁਪਏ ਲਿਆ ਸੀ ਉਹਨਾਂ ਬਸ ਉਸ ਤੋਂ ਬਾਅਦ ਕੋਈ ਐਡ ਦੁਬਾਰਾ ਆਈ ਉਹਨਾਂ ਦੀ ਨਹੀਂ ਹੁਣ ਆ ਵੀ ਜਾਵੇ ਅਸੀਂ ਕਰਦੇ ਨਹੀਂ ਹੁਣ ਤੁਹਾਡੇ ਪ੍ਰਮੋਸ਼ਨ ਮਤਲਬ ਅਸੀਂ ਇੱਕ ਜੈਨੂਅਨ ਪ੍ਰਮੋਸ਼ਨ ਕਰਦੇ ਹੋ ਸਾਨੂੰ ਪ੍ਰਮੋਸ਼ਨ ਹੀ ਉਹ ਕਰਦੇ ਜਿਹੜੇ ਬੜੇ ਬੰਦੇ ਹੈ ਵੈਸੇ ਤੁਹਾਡੇ ਹਿਸਾਬ ਨਾਲ ਤੁਹਾਡਾ ਕੀ ਨਜ਼ਰੀਆ ਇਸ ਗੱਲ 'ਤੇ ਕਿ ਜਿਹੜੇ ਵੱਡੇ ਵੱਡੇ ਐਕਟਰ ਲੋਕ ਨੇ ਉਹਨਾਂ ਨੂੰ ਲੱਖਾਂ ਕਰੋੜਾਂ ਲੋਕ ਸੁਣਦੇ ਨੇ ਔਰ ਉਹ ਬੈਟਿੰਗ ਐਪ ਪ੍ਰਮੋਟ ਕਰ ਰਹੇ ਨੇ ਉਹ ਆਪਣੇ ਜਵਾਕਾਂ ਨੂੰ ਕਦੀ ਜੂਆ ਖੇਡਣ ਲਾਣਗੇ ਨਹੀਂ ਗਲਤ ਤਾਂ ਗਲਤ ਹੈ ਜਿਹੜੀ ਚੀਜ਼ ਗਲਤ ਉਹ ਪ੍ਰਮੋਟ ਵੀ ਨਹੀਂ ਕਰਨੀ ਚਾਹੀਦੀ ਨਾ ਔਰ ਮੈਨੂੰ ਤਾਂ ਉਹ ਹੈਰਾਨਗੀ ਯੂਥ 'ਤੇ ਹੈ ਜਿਹੜੀ ਉਹਨਾਂ ਨੂੰ ਦੇਖ ਕੇ ਸ਼ੁਰੂ ਕਰ ਲੈਂਦੀ ਆ ਐਪ ਅਸੀਂ ਕਰਿਆ ਵੀ ਨਹੀਂ ਚਾਹੁੰਦੇ ਜੀ ਗਲਤ ਚੀਜ਼ ਪ੍ਰਮੋਟ ਕਿਉਂਕਿ ਅਸੀਂ ਜਿੰਨੇ ਕੁ 'ਚ ਹੈਗੇ ਅਸੀਂ ਖੁਸ਼ ਹਾਂ ਜੀ ਜਿੰਨਾ ਕੁ ਸਾਨੂੰ ਮਿਲ ਰਿਹਾ ਅਸੀਂ ਖੁਸ਼ ਹਾਂ ਜੀ ਤੁਸੀਂ ਕਦੀ ਆਪਣੇ ਐਥਿਕਸ ਨਾਲ ਕੰਪਰੋਮਾਈਜ਼ ਤਾਂ ਨਹੀਂ ਕਰੋਗੇ ਪੈਸੇ ਲਈ ਕਿ ਥੋੜ੍ਹੇ ਵੱਧ ਪੈਸੇ ਮਿਲ ਰਹੇ ਨੇ ਗਲਤ ਚੀਜ਼ ਵੀ ਸਾਡੇ ਲਈ ਤਾਂ ਜਿੰਨਾ ਸਾਨੂੰ ਹੁਣ ਮਿਲਦਾ ਅਸੀਂ ਤਾਂ ਇਸੇ 'ਚ ਖੁਸ਼ ਹਾਂ ਜੀ ਜੋ ਮਿਲ ਰਿਹਾ ਅਸੀਂ ਖੁਸ਼ ਹਾਂ ਜੀ ਜਮਾਂ ਆਪਣੀ ਲਾਈਫ 'ਚ ਇੱਥੇ ਖੁਸ਼ ਹਾਂ ਅੱਗੇ ਕੀ ਪ੍ਰੋਜੈਕਟ ਆ ਰਹੇ ਨੇ ਕੋਈ ਇੱਕ ਅੱਧਾ ਰਿਵੀਲ ਕਰ ਦਿਓ ਉਡੀਕ ਕਰਨਗੇ ਬੰਦੇ ਗਾਣਾ ਆ ਰਿਹਾ ਜੀ ਸੁੱਖੀ ਦਾ ਵਿਆਹ ਸੁੱਖੀ ਦਾ ਵਿਆਹ ਰੱਖਤਾ ਨਹੀਂ ਨਹੀਂ ਵਿਆਹ ਦਾ ਗਾਣਾ ਆ ਰਿਹਾ ਨਾਮ ਆ ਜੀ ਵਿਆਹ ਅੱਛਾ ਵਿਆਹ ਤੇ ਗਾਣਾ ਆ ਰਿਹਾ ਓਕੇ ਉਹ ਹੀਰੇ ਨੇ ਲਿਖਿਆ ਜੀ ਗਾਣਾ ਸੁਣਾਊਗਾ ਕੌਣ ਦੋਨਾਂ ਚੋਂ ਇੱਕ ਲਾਈਨ ਹੀਰਾ ਸੁਣਾਉਂਦਾ ਨਹੀਂ ਗਾਣਾ ਪਹਿਲੇ ਹੀ ਸੁਣਾ ਦੀ ਇੱਕ ਇੱਕ ਲਾਈਨ ਜਿਵੇਂ ਉਹ ਸੁਣਾਉਂਦੇ ਨਹੀਂ ਹੁੰਦੇ ਇੰਟਰਵਿਊਜ਼ ਦੇ ਵਿੱਚ ਐਕਟਰ ਜੇ ਇੱਕ ਲਾਈਨ ਸੁਣਾਉਂਦੇ ਨੇ ਤਾਂ ਮੈਂ ਗਾਣਾ ਸੁਣਾ ਦਿੰਦਾ ਚਲੋ ਇੱਕ ਪੈਰਾ ਸੁਣਾ ਦਿੰਦਾ ਮੈਨੂੰ ਲੱਗਦਾ ਸੋਹਣਿਆ ਵੇ ਤੂੰ ਤਾਂ ਤੇਰੀ ਜੱਟੀ ਨੂੰ ਮੈਨੂੰ ਲੱਗਦਾ ਸੋਹਣਿਆ ਵੇ ਤੂੰ ਤਾਂ ਤੇਰੀ ਜੱਟੀ ਨੂੰ ਲਾਰੇ ਹੀ ਲਾਏਗਾ ਵੇ ਦੱਸ ਕਦ ਵਿਆਹ ਕਰਵਾਏਗਾ ਵੇ ਦੱਸ ਕਦ ਵਿਆਹ ਕਰਵਾਏਗਾ ਜਾਂ ਫਿਰ ਮੁਟਿਆਰ ਨੂੰ ਤਾਰੇ ਗਿਣਵਾਏਗਾ ਵੇ ਦੱਸ ਕਦ ਵਿਆਹ ਕਰਵਾਏਗਾ ਵੇ ਦੱਸ ਕਦ ਵਿਆਹ ਕਰਵਾਏਗਾ ਜਾਂ ਫਿਰ ਮੁਟਿਆਰ ਨੂੰ ਤਾਰੇ ਗਿਣਵਾਏਗਾ ਵੇ ਮੇਰੀ ਸਹੇਲੀ ਜੱਸੀ ਦਾ ਜਿਹਦੇ ਨਾਲੇ ਪਿਆਰ ਸੀ ਉਹਨਾਂ ਦੋਹਾਂ ਦਾ ਵਿਆਹ ਵੀ ਪਿਛਲੇ ਐਤਵਾਰ ਸੀ ਵੇ ਮੇਰੀ ਸਹੇਲੀ ਜੱਸੀ ਦਾ ਜਿਹਦੇ ਨਾਲੇ ਪਿਆਰ ਸੀ ਉਹਨਾਂ ਦੋਹਾਂ ਦਾ ਵਿਆਹ ਵੀ ਪਿਛਲੇ ਐਤਵਾਰ ਸੀ ਮੈਂ ਉਹਨਾਂ ਦੋਹਾਂ ਦੇ ਵਿੱਚ ਵੇ ਤੈਨੂੰ ਮੈਨੂੰ ਦੇਖਦੀ ਰਹੀ ਕੋਈ ਰੋਗ ਲਗਾਏਗਾ ਕੋਈ ਦੱਸ ਕਦ ਵਿਆਹ ਕਰਵਾਏਗਾ ਮੈਂ ਦੱਸ ਕਦ ਵਿਆਹ ਕਰਵਾਏਗਾ ਜਾਂ ਫਿਰ ਮੁਟਿਆਰ ਨੂੰ ਤਾਰੇ ਗਿਣਵਾਏਗਾ ਵਾਹ ਜੀ ਵਾਹ ਵੈਰੀ ਗੁੱਡ ਬਹੁਤ ਵਧੀਆ ਬੜੀ ਖੁਸ਼ੀ ਹੋ ਰਹੀ ਤੁਹਾਨੂੰ ਦੇਖ ਕੇ ਤੁਸੀਂ ਐਂ ਤਰੱਕੀ ਕਰਦੇ ਰਹੋ ਔਰ ਪੰਜਾਬ 'ਚ ਆਪਣੇ ਨਾਲ ਨਾਲ ਪੰਜਾਬ ਦਾ ਵੀ ਨਾਮ ਰੋਸ਼ਨ ਕਰੋ ਕਿ ਲੋਕ ਬਾਹਰੋਂ ਬਾਹਰੋਂ ਵੀ ਤੁਹਾਨੂੰ ਦੇਖਣ ਅਤੇ ਤੁਹਾਡੇ ਨਾਲ ਸਾਈਨ ਕਰਨ
ਅਤੇ ਮੈਨੂੰ ਅੱਜ ਪੋਡਕਾਸਟ ਕਰਕੇ ਤੁਹਾਡੇ ਨਾਲ ਬਹੁਤ ਵਧੀਆ ਲੱਗਿਆ। ਕੋਈ ਹੋਰ ਗੱਲਬਾਤ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਆਪਾਂ ਕਰ ਸਕਦੇ ਹਾਂ, ਕਿਸੇ ਟੋਪਿਕ ਬਾਰੇ ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਕੋਈ ਹੋਰ ਦਿਲ ਦੀ ਗੱਲ ਕਰਨਾ ਚਾਹੁੰਦੇ ਹੋ ਤਾਂ ਆਪਾਂ ਕਰ ਸਕਦੇ ਹਾਂ। ਪੰਜਾਬ ਬਚਾਉਣਾ ਕਹਿਣਾ ਤੇ ਉਹਦੇ ਵੱਲ ਜ਼ੋਰ ਲਾਉਣਾ ਜਾਂ ਉਦਾਂ ਦੀ ਯੂਥ ਨੂੰ, ਦੇਖੋ ਤੁਸੀਂ, ਮੈਂ ਤੁਹਾਨੂੰ ਪਹਿਲਾਂ ਦੱਸਿਆ ਜੋ ਤੁਹਾਡੇ ਕਰਮਾਂ ਦਾ ਫਲ ਆ ਤੁਹਾਨੂੰ ਮਿਲਣਾ ਹੀ ਮਿਲਣਾ। ਜਿਹੜੇ ਗਾਲਾਂ ਕੱਢਦੇ ਨੇ ਉਹ ਆਪਣਾ ਕਰਮ ਕਰ ਰਹੇ ਨੇ, ਜਿਹੜੇ ਚੰਗਾ ਕਹਿ ਰਹੇ ਨੇ ਉਹ ਆਪਣਾ ਕਰਮ ਕਰ ਰਹੇ ਨੇ। ਕਾਮਯਾਬੀ ਜਿਹੜੀ ਤੁਹਾਡੀ ਪਰਮਾਤਮਾ ਨੇ ਲਿਖੀ ਹੈ, ਤੁਹਾਡੀ ਮਿਹਨਤ, ਤੁਹਾਡੀ ਨੀਅਤ ਦੇ ਹਿਸਾਬ ਨਾਲ ਤੁਹਾਨੂੰ ਮਿਲਣੀ। ਬਸ ਇੱਕ ਇਸ ਚੀਜ਼ ਦੇ ਵਿੱਚ ਇੱਕ ਮੇਰੀ ਸਲਾਹ ਹੈ ਵੱਡੇ ਭਰਾ ਵੱਲੋਂ ਕਿ ਸੁਸਾਇਟੀ ਨੂੰ ਪੇਬੈਕ ਕਰਨਾ ਨਾ ਭੁੱਲਿਓ, ਕਿਉਂਕਿ ਜਿਹੜੇ ਹਾਲਾਤ ਤੁਸੀਂ ਉੱਠੇ ਹੋ ਬਹੁਤ ਜ਼ਿਆਦਾ ਉਹ ਕ੍ਰਿਟੀਕਲ ਹਾਲਾਤ ਨੇ। ਬਹੁਤ ਤੁਸੀਂ ਟਾਈਮ ਦੇਖਿਆ ਜੇ, ਤੁਸੀਂ ਸ਼ਾਇਦ 10% ਵੀ ਕੈਮਰੇ ਅੱਗੇ ਸ਼ੇਅਰ ਨਹੀਂ ਕੀਤਾ ਜਿਹੜੇ ਹਾਲਾਤ ਤੁਸੀਂ ਨਿਕਲੇ ਹੋ। ਬਹੁਤ ਖੁਸ਼ੀ ਹੁੰਦੀ ਪਤਾ ਕੀ, ਮਤਲਬ ਹੁਣ ਤੱਕ ਮਤਲਬ ਜਿਹੜੇ ਵੀ ਸਾਡੇ ਹਾਲਾਤ ਤੇ, ਪਰ ਅੱਜ ਅਸੀਂ ਮਤਲਬ ਦੱਸਣਾ ਤਾਂ ਨਹੀਂ ਚਾਹੁੰਦੇ ਸੀ, ਅਸੀਂ ਬਟ ਉਹ ਸੇਵਾ ਕਰਨ ਆਏ ਆ ਤਾਂ ਸਾਨੂੰ ਬਹੁਤ ਵਧੀਆ ਲੱਗੇ ਜੀ। ਉਹ ਇਹ ਚੀਜ਼ ਹਮੇਸ਼ਾ ਦਿਮਾਗ 'ਚ ਰੱਖੋ ਕਿ ਕੋਈ ਜਿੱਦਾਂ ਨਾ, ਦੇਖੋ ਕਿ ਕੁਛ ਰੀਲ ਬੜੀ ਫੇਮਸ ਹੋਈ ਸੀ, ਉਹ ਕਹਿੰਦੇ ਕਿ ਮੈਂ ਉਹਨਾਂ ਨਾਲ ਵੀ ਚੰਗਾ ਜਿਨ੍ਹਾਂ ਨੇ ਮੇਰੇ ਨਾਲ ਬਹੁਤ ਮਾੜੀ ਕੀਤੀ, ਕਿਉਂਕਿ ਉਹਨਾਂ ਨਾਲ ਮਾੜੀ ਕਰਕੇ ਮੈਂ ਆਪਣੀ ਫਿਤਰਤ ਨਹੀਂ ਖਰਾਬ ਕਰਨਾ ਚਾਹੁੰਦਾ। ਜਿਹੜੇ ਤੁਹਾਡੇ ਨਾਲ ਮਾੜੀ ਵੀ ਕਰਕੇ ਨਾ, ਕੋ ਰੱਬਾ ਤੇਰਾ ਵੀ ਭਲਾ ਕਰੇ। ਕੋਈ ਜੋ ਮਰਜ਼ੀ ਕਰੇ, ਤੁਸੀਂ ਆਪਣਾ ਜ਼ਿੰਦਗੀ 'ਚ ਕਰਮ ਨਾ ਖਰਾਬ ਕਰਿਓ। ਲੋਕ ਅੱਜ ਨਹੀਂ ਤਾਂ ਕੱਲ੍ਹ, ਲੋਕ ਨਾ ਚੜ੍ਹਦੇ ਸੂਰਜ ਨੂੰ ਸਲਾਮ ਹੈ। ਹੁਣ ਤੁਹਾਡੇ ਜਿਵੇਂ ਜਿਵੇਂ ਪ੍ਰੋਜੈਕਟ ਆਈ ਜਾਣਗੇ ਉਵੇਂ ਉਵੇਂ ਤੁਹਾਡੀ ਇੱਜ਼ਤ ਵਧੀ ਜਾਏਗੀ। ਉਦੋਂ ਤੱਕ ਤੁਸੀਂ ਆਪਣੀ ਮਿਹਨਤ ਜਾਰੀ ਰੱਖੋ। ਆਪਣਾ ਸਭ ਤੋਂ ਵੱਡੀ ਗੱਲ ਪਤਾ ਕਿ, ਦੇਖੋ ਕਹਿੰਦੇ ਨਾ ਪਿਓ ਦੀ ਕੀਮਤ ਉਹੀ ਜਾਣ ਸਕਦਾ ਜਿਹਦੇ ਕੋਲ ਹੈ ਨਹੀਂ, ਜਿਹਦੇ ਘਰੇ ਹੈ ਨਹੀਂ। ਤੁਸੀਂ ਅੱਜ ਆਪਣੇ ਘਰ 'ਚ ਕਮਾਉਣ ਜੋਗੇ ਹੋ ਗਏ ਹੋ। ਲੋਕਾਂ ਨੂੰ ਤਾਂ ਗੋਡੇ ਗੋਡੇ ਚਾਅ ਚੜ੍ਹ ਜਾਂਦਾ ਕਿ ਮੈਂ ਅੱਜ ਕਮਾਉਣ ਜੋਗਾ। ਅੱਜ ਕਿੰਨੀ ਪੰਜਾਬ ਦੀ ਯੂਥ ਜਿਹੜੀ ਉਹ ਬੇਰੁਜ਼ਗਾਰ ਬੈਠੀ, ਕਮਾਉਣਾ ਚਾਹੁੰਦੀ ਹੈ ਪਰ ਕੰਮ ਨਹੀਂ ਹੈ। ਔਰ ਇਹ ਵੀ ਇੱਕ ਕੰਮ ਹੈ। ਲੋਕ ਕਈ ਵਾਰ, ਮੈਂ ਵਿੱਚ ਸਵਾਲ ਨਿਕਲਿਆ, ਕਈ ਵਾਰ ਲੋਕ ਇਹ ਵੀ ਕਹਿ ਦਿੰਦੇ ਨੇ ਕਿ ਯਾਰ ਸਾਰਾ ਦਿਨ ਤੁਹਾਨੂੰ ਕੋਈ ਕੰਮ ਨਹੀਂ ਵੀਡੀਓ ਬਣਾਉਣ ਤੋਂ ਇਲਾਵਾ। ਉਹਨਾਂ ਨੂੰ ਫਿਰ ਕੀ ਜਵਾਬ ਦਿੰਦੇ ਹੋ ਕਿ ਸਾਰਾ ਦਿਨ ਵੀਡੀਓ ਬਣਾਈ ਜਾਂਦੇ ਹੋ, ਸਾਰਾ ਪੰਜਾਬ ਟਿਕਟੋਕਾਂ ਰੀਲਾਂ 'ਤੇ? ਕੋਈ ਵੀ ਹੁਣ ਨਹੀਂ ਕਹਿੰਦਾ, ਮਤਲਬ ਉਸ ਟਾਈਮ ਕਹਿੰਦਾ ਸੀ ਜਦ ਮਤਲਬ ਸਾਨੂੰ ਕੋਈ ਇਸ ਚੀਜ਼ ਤੋਂ ਇਨਕਮ ਜਾਂ ਚੜ੍ਹਾਈ ਨਹੀਂ ਸੀ ਸਾਨੂੰ। ਕਈ ਵਾਰ ਮਤਲਬ ਇੱਦਾਂ ਵੀ ਕਹਿੰਦੇ ਸੀ ਵੀ ਕਿਆ ਤੁਸੀਂ ਫੁੱਦੂ ਜਿਹੇ ਕੰਮ ਕਰੀ ਜਾਂਦੇ। ਪਰ ਮੈਨੂੰ ਲੱਗਦਾ ਕਿ ਬਾਈ ਇਹ ਵੀ ਤਾਂ ਕਾਰੋਬਾਰ ਹੈ, ਬਿਜ਼ਨਸ ਇੰਡਸਟਰੀ ਹੈ ਵੀ, ਕਿਉਂਕਿ ਲੋਕ ਫਿਲਮਾਂ ਬਣਾਉਂਦੇ ਨੇ 100-100 ਕਰੋੜ ਰੁਪਏ ਲਾ ਕੇ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਵੀ ਮਤਲਬ ਇੱਕ ਬੰਦੇ ਦਾ ਮਤਲਬ ਹੁਣ ਜਿਹਦਾ ਵੀ ਕਮੈਂਟ ਆਇਆ ਸੀ ਉਹ ਕਹਿੰਦਾ ਵੀ ਮਤਲਬ ਕਹਿੰਦਾ ਵੀ ਜਿੱਦਾਂ ਹੁਣ ਤੁਹਾਨੂੰ ਲੋਕ ਹੁਣ ਅਪਰੋਚ ਕਰ ਰਹੇ ਨੇ, ਹੈ ਨਾ, ਬੁਲਾ ਰਹੇ ਨੇ, ਮਤਲਬ ਤੁਹਾਨੂੰ ਅੱਜ ਪੁੱਛ ਰਹੇ ਨੇ ਵੀ ਅੱਜ ਤੁਹਾਡੇ ਵਿਊ ਆਉਂਦੇ ਵੀ ਜਦੋਂ ਤੁਹਾਡੇ ਕੱਲ੍ਹ ਵਿਊ ਆਉਣੇ ਬੰਦ ਹੋ ਗਏ ਵੀ ਜਿੱਦਾਂ ਹੁਣ ਮਤਲਬ ਮੁੱਖ ਮੰਤਰੀ ਜਾਂ ਕੋਈ ਹੋਰ ਇੱਦਾਂ ਦੇ, ਹੈ ਨਾ, ਜਿਹੜੇ ਇਨਫਲੂਐਂਸਰ ਸੀਗੇ ਵੀ ਉਹਨਾਂ ਨਾਲ ਮਾੜੀ ਹੋਈ ਵੀ ਬਾਅਦ 'ਚ ਛੱਡ ਦਿੰਦੇ ਆ। ਅਸਲ ਮੈਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਮਤਲਬ ਅਸੀਂ ਮਤਲਬ ਹੁਣ ਤੱਕ ਜਿੱਥੇ ਤੱਕ ਵੀ ਪਹੁੰਚੇ ਹਾਂ, ਮਤਲਬ ਸ਼ੁਰੂ ਤੋਂ ਅਸੀਂ ਆਪਣਾ ਕੰਮ ਕਰਦੇ ਆ ਰਹੇ ਹਾਂ, ਮਤਲਬ ਅਸੀਂ ਕਿਸੇ ਨਾਲ ਵੀ ਕਦੇ ਕੰਮ ਨਹੀਂ ਸੋਚਿਆ ਨਹੀਂ ਵੀ ਸਾਡੀ ਕੋਈ ਬੰਦਾ ਹੈਲਪ ਕਰੂਗਾ ਵੀ ਸਾਡੀ ਕੋਈ ਬਾਂਹ ਫੜੂਗਾ ਵੀ ਅਸੀਂ ਅੱਗੇ ਜਾਊਂਗੇ ਵੀ ਸਾਨੂੰ ਬੰਦਾ ਸਟਾਰ ਬਣਾਊਗਾ। ਅਸੀਂ ਆਪਣੇ ਹਿੱਕ ਦੇ ਜ਼ੋਰ ਨਾਲ ਚੱਲ ਰਹੇ ਔਰ ਇੱਦਾਂ ਹੀ ਚੱਲਦੇ ਰਹੂੰਗੇ ਜੀ। ਪਰ ਕੋਈ ਪਲਾਨ ਬੀ ਬਣਾਇਆ ਤੁਸੀਂ ਜੇ ਬਾਈ ਚਾਂਸ ਕਿਸੇ ਮੌਕੇ ਤੇ ਸੋਸ਼ਲ ਮੀਡੀਆ ਬੰਦ ਹੋ ਜਾਂਦਾ, ਹੈਕ ਹੋ ਜਾਂਦਾ ਜਾਂ ਖਤਮ ਹੋ ਜਾਂਦਾ, ਕੋਈ ਪਲਾਨ ਚੱਲੇ ਗਏ ਜਿਵੇਂ ਪਹਿਲਾਂ ਜੋਬ ਵੈਸੇ ਵੀ ਕਰ ਰਹੀ ਸੀ? ਹੁਣ ਲੋਕ ਸਾਨੂੰ ਜਾਣਦੇ ਆ ਜੀ, ਜੇ ਕੱਲ੍ਹ ਕੋਈ ਹੋਰ ਪਲੈਟਫਾਰਮ ਆ ਸਾਰਾ ਕੁਝ ਬੰਦ ਹੋ ਗਿਆ, ਪਰ ਆਡੀਅੰਸ ਲੋਕ ਤਾਂ ਜਿਹੜੇ ਬੈਠੇ ਆ ਸਾਰੇ। ਆਪਾਂ ਨਵੀਂ ਆਈਡੀ ਬਣਾ ਲਾਂਗੇ ਤਾਂ ਨਵੀਂ ਆਈਡੀ ਬਣ ਜੂਗੀ ਜਾਂ ਕੁਛ? ਨਹੀਂ ਨਹੀਂ, ਜੇ ਕਹਿੰਦੇ ਵੀ ਜਿਸ ਪਲੈਟਫਾਰਮ ਹੀ ਬੰਦ ਹੋ ਗਏ, ਪਲੈਟਫਾਰਮ ਬੰਦ ਹੋ ਗਏ, ਜੇ ਪਲੈਟਫਾਰਮ ਬੰਦ ਹੋ ਗਏ, ਸੋਰਸ ਆਫ ਇਨਕਮ ਬੰਦ ਹੋ ਗਿਆ, ਆਪਣਾ ਬਿਜ਼ਨਸ ਸਟਾਰਟ ਕਰ ਲਾਂਗੇ ਕਿਉਂਕਿ ਅਸੀਂ ਬਿਜ਼ਨਸ 'ਚ ਵਿਸ਼ਵਾਸ ਰੱਖ। ਕੀ ਬਿਜ਼ਨਸ ਕਰੋਗੇ ਤੁਸੀਂ? ਕਰੋੜਪਤੀ ਬਣ ਸਕਦੇ ਇਹ ਚੀਜ਼ ਹੈ। ਮਤਲਬ ਛੋ ਇਹ ਚੀਜ਼ ਨਹੀਂ ਹੁੰਦੀ ਵੀ ਕਿਸ ਚੀਜ਼ ਦੀ ਆਪਾਂ ਨੇ ਮਤਲਬ ਐਡ ਕਰਨੀ ਹੈ, ਇੱਕ ਦੇਖਣਾ ਪੈਂਦਾ ਵੀ ਕਿਸ ਚੀਜ਼ ਦੀ ਡਿਮਾਂਡ ਵਗੈਰਾ, ਉਹ ਚੀਜ਼ਾਂ ਅਲੱਗ ਹੈ। ਸਾਡਾ ਇੱਕ ਹੀ ਟੋਕ ਸ਼ੋਅ ਯਾਰ ਕਿਵੇਂ ਚੱਲੇਗਾ ਇਹਦੀ, ਜੇ ਆਪਾਂ ਤੁਹਾਡੇ ਕੋਲ ਐਡ ਕਰਾਉਣੀ ਹੋ ਸਾਡੇ ਕੋਲ ਵੀ ਪੈਸੇ ਲਾਉਂਗੇ। ਜਿਵੇਂ ਪੋਡਕਾਸਟਿੰਗ ਸ਼ੁਰੂ ਕੀਤੀ ਆਪਾਂ, ਇਹਨੂੰ ਕਿੱਦਾਂ ਵਾਇਰਲ ਕਰਾਂਗੇ ਆਪਾਂ, ਇਹਦੇ 'ਤੇ ਕੀ ਰੀਲ ਬਣਾਵਾਂਗੇ? ਬਣਾ ਦਾਂਗੇ ਕੋਈ ਨਹੀਂ, ਮਤਲਬ ਅਸੀਂ ਕਹਿ ਦਾਂਗੇ ਨਾ ਵੀ ਇਸ ਤਰ੍ਹਾਂ ਵੀ ਬਹੁਤ ਮਸ਼ਹੂਰ ਬੰਦਾ ਹੈ, ਮਤਲਬ ਇਹ ਕਹਿੰਦਾ ਵੀ ਹੋਣਾ ਵੀ ਮਤਲਬ ਇੰਟਰਵਿਊ ਲਈ ਕੋਈ ਪੁੱਛ ਰਿਹਾ ਮਤਲਬ ਜਾਂ ਕੁਛ ਵੀ, ਹੈ ਨਾ,
ਵੀ ਮਤਲਬ ਇਹਨੂੰ ਡਰ ਹੈ ਵੀ ਕੋਈ ਹੈ ਨਾ ਬੇਇੱਜ਼ਤੀ ਵਗੈਰਾ ਹੋ ਜਾਏਗੀ ਸਭ ਮੇਰੀ, ਮਤਲਬ ਲੋਕ ਟੰਗਾ ਬਹੁਤ ਖਿੱਚਦੇ ਨੇ ਇੰਟਰਵਿਊ 'ਚ, ਤਾਂ ਮੈਂ ਤੁਹਾਡਾ ਮਤਲਬ ਰੈਫਰ ਕਰੂੰਗਾ ਵੀ ਹੈ ਨਾ ਅਨਮੋਲ ਭਾਈ ਜੈਨੂਇਨ ਕੁਐਸਚਨ ਕਰਦੇ ਆ। ਤੁਹਾਨੂੰ ਕਿਵੇਂ ਲੱਗਿਆ ਪੋਡਕਾਸਟ ਤੋਂ ਪਹਿਲਾਂ ਕੀ ਸੋਚ ਸੀ ਤੁਹਾਡੀ, ਕੀ ਪੋਡਕਾਸਟ ਕੋਈ ਗੱਲਾਂ ਹੋਈਆਂ ਕਿ ਯਾਰ ਉਹ ਯਾਰ ਰਹਿਣ ਦੇ ਯਾਰ ਆਹ ਗੱਲ ਨਾ ਹੋ ਜਾਵੇ ਉੱਥੇ, ਸਾਨੂੰ ਐਂ ਨਾ ਕਰ ਲਓ, ਇੱਕ ਗੱਲ ਦਿਮਾਗ 'ਚ ਆਈ ਸੀ 1% ਵੀ ਨਹੀਂ? ਕੀ ਸੋਚਿਆ ਸੀ? ਜੋ ਸਾਡੇ ਦਿਲ 'ਚ ਹੈ ਉਹ ਬੋਲ ਦੇਣਾ, ਬਸ ਇਹ ਸੋਚ ਕੇ ਅਸੀਂ ਇਹ ਸੋਚ ਕੇ ਅੱਜ ਦਾ ਪੋਡਕਾਸਟ ਸਾਡਾ ਬਹੁਤ ਵਧੀਆ ਹੋਇਆ ਜੀ। ਮੈਨੂੰ ਬੜਾ ਵਧੀਆ ਲੱਗਿਆ ਤੇ ਮੈਨੂੰ ਪੋਡਕਾਸਟ ਸੁਣਨ ਵਾਲਿਆਂ ਨੂੰ ਵੀ ਉਮੀਦ ਹੈ ਕਿ ਬੜਾ ਵਧੀਆ ਲੱਗਿਆ ਹੋਵੇਗਾ, ਕਿਉਂਕਿ ਆਪਾਂ ਵੈਸੇ ਨਾ ਆਪਣੇ ਘਰ ਵਿੱਚ ਵੈਸੇ ਖੁਸ਼ ਰਹਿੰਦੇ ਹਾਂ, ਮਤਲਬ ਸਾਰੇ ਆਪਾਂ ਨੂੰ ਲੱਗਦਾ ਵੀ ਸਾਰੇ ਖੁਸ਼ ਹੈ, ਪਰ ਉਰੇ ਆ ਕੇ ਪਤਾ ਲੱਗਿਆ ਵੀ ਹਾਂ ਵੀ ਕਿੰਨੇ ਲੋਕ ਦੁਖੀ ਵੀ ਹੈ। ਕਹਿੰਦੇ ਨੇ ਕਿ ਆਪਣਾ ਦੁੱਖ ਉਦੋਂ ਹੀ ਪਤਾ ਲੱਗਦਾ ਜਦੋਂ ਤੁਸੀਂ ਕਿਸੇ ਹੋਰ ਦਾ ਸੁਣਦੇ ਹਾਂ, ਅਸੀਂ ਆਪਣਾ ਹੀ ਦੁੱਖ ਲੈ ਕੇ ਇੰਨਾ ਹੀ ਢੰਡੋਰਾ ਪਿੱਟੀ ਜਾਂਦੇ, ਹਾਏ ਮੈਂ ਦੁਖੀ ਹਾਂ, ਹਾਏ ਮੈਂ ਦੁਖੀ ਹਾਂ, ਕਿਉਂਕਿ ਉਹ ਤਾਂ ਦੁਖੀ ਅਸੀਂ ਕਿਸੇ ਹੋਰ ਦਾ ਦੁੱਖ ਸੁਣਦੇ ਨਹੀਂ। ਉਹ ਕਹਿੰਦੇ ਨੇ ਕਿ ਇੱਕ ਵਾਰੀ ਬੰਦਾ ਜਾ ਰਿਹਾ ਹੁੰਦਾ ਜਹਾਜ਼ 'ਚ, ਰੋ ਰਿਹਾ ਹੁੰਦਾ, ਉਹ ਗੱਡੀ ਵਾਲੇ ਵੱਲ ਦੇਖਦਾ ਚੁੱਪ ਹੋ ਜਾਂਦਾ, ਗੱਡੀ 'ਚ ਜਾ ਰਿਹਾ ਹੁੰਦਾ ਉਹ। ਹੁਣ ਮਤਲਬ ਸਾਰਿਆਂ ਦੇ ਦੁੱਖ ਦੇਖਦੇ ਹਾਂ ਪਰ ਆਪਣਾ ਦੁੱਖ ਤਾਂ ਤੁਹਾਨੂੰ ਮਾਇਨੇ ਨਹੀਂ ਰੱਖਦਾ। ਸਾਡਾ ਦੁੱਖ ਹੈ ਹੀ ਨਹੀਂ ਬਾਈ, ਕੀ ਦੁੱਖ ਹੋਊਗਾ ਮੇਰਾ, ਵੱਧ ਤੋਂ ਵੱਧ ਦੇਖੋ ਮੇਰਾ ਪਰਿਵਾਰ ਖੁਸ਼ ਹੈ, ਮੈਂ ਖੁਸ਼ ਹਾਂ, ਮੇਰੇ ਯਾਰ ਖੁਸ਼ ਨੇ, ਪਰਮਾਤਮਾ ਵਧੀਆ ਖਾਣ ਨੂੰ ਰੋਟੀ ਦੇ ਰਿਹਾ। ਹੁਣ ਮੈਂ ਰੋਈ ਜਾਵਾਂ ਕਿ ਯਾਰ ਮੇਰਾ ਉਹ ਡ੍ਰੀਮ ਗੱਡੀ ਨਹੀਂ ਮੇਰੀ ਆਈ। ਕਈ ਕਹਿੰਦੇ ਆ ਨਾ ਮਤਲਬ ਥੋੜ੍ਹਾ ਤਾਂ ਚਲੋ ਕੰਮ ਬਹੁਤ ਵਧੀਆ, ਮਤਲਬ ਰੱਬ ਨੇ ਤੁਹਾਨੂੰ ਤਾਂ ਹੀ ਮਤਲਬ ਇੰਨਾ ਖੁਸ਼ ਰੱਖਿਆ ਵਾ, ਨਹੀਂ ਕਹਿੰਦੇ ਵੀ ਜਿਹਨਾਂ ਕੋਲ 4 ਪੈਸੇ ਆ ਜਾਂਦੇ ਫਿਰ ਬਾਅਦ 'ਚ ਉਹਨਾਂ ਨੂੰ ਬਹੁਤ ਦੁਖੀ ਰਹਿੰਦੇ ਉਹ, ਮਤਲਬ ਉਹਨਾਂ ਦੇ ਘਰਾਂ 'ਚ ਕਲੇਸ਼ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ। ਮੈਨੂੰ ਲੱਗਦਾ ਹੈ ਕਿ ਬਾਈ ਜਿਹੜੇ ਓਵਰ ਚੀਜ਼ਾਂ ਨੂੰ ਜਿੱਦਾਂ ਹੁਣ ਇੱਕ ਬੰਦ ਹੁਣ ਜਿੱਦਾਂ ਮੈਨੂੰ ਹੈ, ਮੈਂ ਹਮੇਸ਼ਾ ਸੇਵਾ ਨਹੀਂ ਛੱਡ ਸਕਦਾ, ਉਹਦੇ ਨਾਲ ਨਾਲ ਹੁਣ ਪੋਡਕਾਸਟਿੰਗ ਸ਼ੁਰੂ ਕੀਤੀ ਹੈ, ਬਿਜ਼ਨਸ ਤੌਰ 'ਤੇ ਸ਼ੁਰੂ ਕੀਤੀ ਹੈ ਕਿ ਪੋਡਕਾਸਟਿੰਗ ਕਰਾਂਗੇ, ਕਿ ਜੈਨੂਅਨ ਪੈਸ਼ਨ ਨੂੰ ਪਿਆਰ ਵੀ ਕਰਦਾ ਸੀ ਅਤੇ ਇਹਨੂੰ ਕਨਵਰਟ ਪ੍ਰੋਫੈਸ਼ਨ 'ਚ ਵੀ ਕਰ ਲਿਆ, ਰੈਦਰ ਦੈਨ ਕਿ ਮੈਂ ਸਾਰਾ ਦਿਨ ਕੋਈ ਕੰਮ ਹੀ ਨਾ ਕਰਾਂ। ਅਤੇ ਬੜੀਆਂ ਚੀਜ਼ਾਂ ਨੇ ਜ਼ਿੰਦਗੀ ਦੇ ਵਿੱਚ ਜਿਹੜੀ ਤੁਹਾਨੂੰ ਟਾਈਮ ਦੇ ਨਾਲ ਚੀਜ਼ਾਂ ਵਿਹਲੇ ਬੰਦੇ ਦੀ ਜ਼ਿੰਦਗੀ 'ਚ ਹੁੰਦੀਆਂ ਹੈ ਨਾ, ਮੈਂ ਸਮਝ ਗਿਆ ਵੀ ਕਲੇਸ਼ ਵਗੈਰਾ, ਜਿਹੜਾ ਬੰਦਾ ਆਪਣੇ ਕੰਮ 'ਚ ਬਿਜ਼ੀ ਹੈ ਉਹਨੂੰ ਕੋਈ ਇੱਦਾਂ ਦੀ ਮਤਲਬ ਇਹ ਨਾ ਗੋਵਿੰਦੇ ਵੀਰੇ ਜ਼ਿੰਦਗੀ 'ਚ ਨਾ ਹੀਰੇ ਵੀਰੇ ਕਰਮ ਦਾ ਬਹੁਤ ਵੱਡਾ ਰੋਲ ਹੈ। ਕਰਮ ਇੱਕ ਐਸੀ ਚੀਜ਼ ਹੈ ਜਿਹੜੀ ਜ਼ਿੰਦਗੀ 'ਚ ਤੁਹਾਡਾ ਕਦੀ ਪਿੱਛਾ ਨਹੀਂ ਛੱਡ ਸਕਦੀ, ਕੜੇ ਵਾਂਗੂ ਹੈ। ਵੱਟ ਗੋਜ਼ ਅਰਾਊਂਡ ਦੈਟ ਕਮਸ ਅਰਾਊਂਡ, ਵੱਟ ਗੋਜ਼ ਅਰਾਊਂਡ ਦੈਟ ਕਮਸ ਅਰਾਊਂਡ। ਅੱਜ ਜੇ ਤੁਸੀਂ ਵਧੀਆ ਕਰ ਰਹੇ ਹੋ, ਕਹਿੰਦੇ ਨਾ ਕਿ ਚੰਗੇ ਬੰਦੇ ਨਾਲ ਕਦੀ ਮਾੜਾ ਨਹੀਂ ਹੁੰਦਾ, ਪਰ ਜੇ ਉਹਦੇ ਨਾਲ ਮਾੜਾ ਹੁੰਦਾ ਵੀ ਹੈ ਤਾਂ ਚੰਗੇ ਲਈ ਹੁੰਦਾ। ਹਾਂਜੀ, ਚੰਗੇ ਲਈ ਹੁੰਦਾ। ਤਾਂ ਜੇ ਸਾਡੇ 'ਤੇ ਵੀ ਭੀੜ ਪੈਂਦੀ ਹੈ ਉਹ ਸਾਨੂੰ ਕੁਛ ਸਿਖਾਉਂਦੀ ਹੈਗੀ, ਤਕੜਾ ਰਹਿ ਕੋਈ ਗੱਲ, ਤੁਹਾਡੇ 'ਤੇ ਕਿਹੜਾ ਨਹੀਂ ਭਾਈ, ਤੁਸੀਂ ਇੰਨਾ ਟਰੋਲ ਹੋਣ ਤੋਂ ਬਾਅਦ ਵੀ ਖੜ੍ਹੇ ਰਹੇ ਹੋ ਮੈਦਾਨ 'ਚ, ਤਾਂ ਹੀ ਜੇ ਤੁਸੀਂ ਡੋਲ ਜਾਂਦੇ ਤੁਸੀਂ ਉਹ ਛੱਡ ਯਾਰ, ਕੀ ਯਾਰ ਕੀ ਇਹਨਾਂ ਲੋਕਾਂ ਨੂੰ ਇੰਨੀ ਮਿਹਨਤ ਵੀ ਕਰੋ, ਖੁਸ਼ ਵੀ ਕਰੋ ਲੋਕਾਂ ਨੂੰ, ਬਹੁਤ ਬੋਲਦੇ ਹਾਂ, ਗਾਲਾਂ ਵੀ ਕੱਢਦੇ ਹਾਂ, ਪਰ ਅਸੀਂ ਤੁਸੀਂ ਫਿਰ ਵੀ ਖੁਸ਼ ਹੋ ਨਾ, ਜੇ ਤੁਸੀਂ ਖੁਸ਼ ਹੋ ਤੁਹਾਡੇ 'ਚ ਵੀ ਕਿਹੜੀ ਪਾਵਰ ਹੈ ਕਿ ਲੱਗੇ ਹੋਏ ਪੈਸੇ ਕਮਾ ਰਹੇ ਹਾਂ। ਸਾਨੂੰ ਖੁਸ਼ੀ ਇਸ ਗੱਲ ਦੀ ਵੀ ਫੇਸ 'ਤੇ ਜਿੰਨੇ ਵੀ ਸਾਨੂੰ ਲੋਕ ਮਿਲਦੇ ਨਾ ਸਾਰੇ ਐਪਰੀਸ਼ੀਏਟ ਕਰਦੇ ਹੋ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਨਹੀਂ ਨਹੀਂ ਤੁਸੀਂ ਬਹੁਤ ਵਧੀਆ ਕਰ ਰਹੇ ਹੋ, ਮੇਰੀ ਸਪੋਰਟ ਤੁਹਾਡੇ ਨਾਲ ਹੈ ਕਿਉਂਕਿ ਤੁਸੀਂ ਆਪਣੇ ਪੈਰਾਂ 'ਤੇ ਖੜ੍ਹ ਰਹੇ ਹੋ ਔਰ ਅੱਗੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਰੋਜ਼ਗਾਰ ਦਿਓਗੇ, ਹੈ ਨਾ। ਤਾਂ ਵੈਸੇ ਹੁਣ ਤੱਕ ਤਾਂ ਮਤਲਬ ਕਰਦੇ ਰੁਕ ਜਾਂਦੇ ਵੀਡੀਓ ਬਣਾਉਣ ਤੋਂ, ਅਸੀਂ ਤਾਂ ਰੁਕੇ ਨਹੀਂ ਕਿਉਂਕਿ ਜਦੋਂ ਅਸੀਂ ਬਾਹਰ ਨਿਕਲਦੇ ਜਾਂ ਲੋਕ ਸਾਨੂੰ ਪਛਾਣਦੇ ਉਹ ਸਾਨੂੰ ਕਹਿੰਦੇ ਆ ਵੀ ਬਾਈ ਲੱਗੇ ਰਹੋ ਵੀ ਬਹੁਤ ਸਾਰਾ ਕੰਮ ਕਰ ਰਹੇ, ਬਸ ਇੱਕ ਉਹੀ ਚੀਜ਼ ਜਿਹੜੀ ਉਰੇ ਤੱਕ ਲੈ ਕੇ ਆਈ ਹੈ ਸਾਨੂੰ, ਮਤਲਬ ਜਦ ਹੁਣ ਜੇ ਵੀਡੀਓ ਬਣਾਉਣੀ ਬੰਦ ਵੀ ਕਰ ਦਈਏ ਨਾ ਪਾਈਏ ਲੋਕ ਘੇਰ ਲੈਣਗੇ, ਬਾਈ ਤੂੰ ਵੀਡੀਓ ਕਦੇ ਨਹੀਂ ਪਾਉਂਦਾ, ਪਾ ਲੋਕ ਧੱਕੇ ਨਾ ਪਾਉਂਦੇ, ਮਤਲਬ ਅਸੀਂ ਕੰਮ ਕਰਤਾ ਰਹੇ ਪਰ ਲੋਕ ਵੀ ਸਾਡੇ ਨਾਲ ਲੱਗੇ ਹੋਏ ਆ ਸਾਡੇ। ਬਹੁਤ ਇਹ ਬਹੁਤ ਵਧੀਆ ਗੱਲ ਕਹੀ, ਨਫ਼ਰਤ ਕਰਦੇ ਲੋਕ ਪਿਆਰ ਕਰਨ ਵਾਲੇ ਵੀ ਲੋਕ। ਨਫ਼ਰਤ ਵਾਲਿਆਂ ਨੂੰ ਕਦੀ ਬਿਠਾ ਕੇ ਪੁੱਛਿਆ ਜਾਵੇ ਕਿ ਤੁਸੀਂ ਚਾਹੁੰਦੇ ਕੀ ਹੋ ਜ਼ਿੰਦਗੀ 'ਚ, ਦੱਸੋ ਕੀ ਚਾਹੁੰਦੇ ਹੋ। ਆਪਾਂ ਮਿਹਨਤ ਕਰੂੰਗਾ ਜੀ, ਮਤਲਬ ਇੱਕ ਸ਼ਾਹਰੁਖ ਖਾਨ ਦੀ ਫਿਲਮ ਆਈ, ਮਤਲਬ ਉਹਦੇ ਵਿੱਚ ਹੁੰਦਾ ਹੈ ਵੀ ਮਤਲਬ ਜੇ ਆਪਾਂ ਆਪਣੀ ਸੁਪਨਿਆਂ ਵਿੱਚ ਇੰਨਾ ਪਾਗਲ ਹੋ ਜਾਵੇ ਵੀ ਪੂਰੀ ਕਾਇਨਾਤ ਆਪਣਾ ਓਮ ਸ਼ਾਂਤੀ ਓਮ ਫਿਲਮ ਦਾ ਡਾਇਲੋਗ ਹੈ ਕਿ ਇਤਨੀ ਸ਼ਿੱਦਤ ਸੇ ਚਾਹੋ ਕਿਸੀ ਚੀਜ਼ ਕੋ ਔਰ ਜਬ ਆਪ ਚਾਹਤੇ ਹੋ ਕਿਸੀ ਚੀਜ਼ ਕੋ ਸ਼ਿੱਦਤ ਸੇ ਤੋ ਪੂਰੀ ਕਾਇਨਾਤ ਉਸਕੋ ਆਪਸੇ ਮਿਲਾਨੇ ਕੀ ਕੋਸ਼ਿਸ਼ ਮੇਂ ਜੁੜ ਜਾਤੀ ਹੈ ਨਾ। ਕਿਆ ਸ਼ਾਹਰੁਖ ਖਾਨ ਫੈਨ ਅਤੇ ਬੜਾ ਵਧੀਆ ਕਰ ਰਹੇ ਹੋ ਯਾਰ, ਅਤੇ ਇੱਦਾਂ ਹੀ ਕਰਦੇ ਰਹੋ ਕਿਉਂਕਿ ਦੂਜਿਆਂ ਨੂੰ ਹਸਾਉਣਾ ਮੂਡ ਨਾ ਵੀ ਹੋਵੇ ਫਿਰ ਵੀ ਜਾਣਾ ਕੰਮ 'ਤੇ ਕੰਮ ਕਰਨਾ, ਤੁਸੀਂ ਕਿਸਮਤ ਵਾਲਿਆਂ ਕੋਲ ਤੁਹਾਡੇ ਕੋਲ ਕੰਮ ਹੈ, ਪ੍ਰਮੋਸ਼ਨ ਵਾਲੇ ਤਾਂ ਕਿੰਨੇ ਹੀ ਨੇ, ਕਿੰਨੇ ਹੀ ਤੁਰੇ ਫਿਰਦੇ ਨੇ, ਲੋਕ ਉਹਨਾਂ ਕੋਲ ਨਹੀਂ ਕਰਾ ਰਹੇ, ਤੁਹਾਡੇ ਕੋਲ ਕਰਾ ਰਹੇ ਨੇ ਤੁਹਾਨੂੰ ਲੋਕ ਸੁਣ। ਜਿਹੜੀ ਮੂਡ ਵਾਲੀ ਗੱਲ ਵੀ ਮੂਡ ਨਹੀਂ ਆ ਉਹ ਨਹੀਂ ਹੈ, ਕਿਉਂਕਿ ਜਿਵੇਂ ਜਿੱਦਣ ਵੀਡੀਓ ਨਹੀਂ ਬਣਾਉਂਦੇ ਉਹਨਾਂ ਰਾਤ ਨੂੰ ਨੀਂਦ ਨਹੀਂ ਆਉਂਦੀ। ਅੱਛਾ, ਮਤਲਬ ਖਾਸ ਤੌਰ 'ਤੇ ਇਹ ਚੀਜ਼ ਮੇਰੇ 'ਚ ਤਾਂ ਬਹੁਤ ਹੈ ਕਿਉਂਕਿ ਮੈਂ ਇਹਨਾਂ ਨੂੰ ਲੈ ਕੇ ਜਾਂਦਾ ਵੀਡੀਓ ਬਣਾਉਣ ਚੱਲੇ, ਅਤੇ ਸਾਡੀ ਕੇ ਥੋੜ੍ਹਾ ਜਿਹਾ ਮਤਲਬ ਜਾ ਕੇ ਬਣਾਉਣ ਲੱਗ ਜਾਂਦੇ ਪਰ ਊਂ ਵੈਸੇ ਘਰਾਂ ਥੋੜ੍ਹੀ ਢਿੱਲੇ ਜੀ ਢਿੱਲੇ ਹੋ ਜਾਂਦੇ। ਤੁਸੀਂ ਬਿਨਾਂ ਪ੍ਰਮੋਸ਼ਨ ਵਾਲੀ ਵੀਡੀਓ ਨਹੀਂ ਬਣਦੇ ਨਾ ਜਲਦੀ ਕੋਈ, ਕਿਉਂ ਚੱਲਦੀ ਨਹੀਂ? ਹੁਣ ਤਾਂ ਸਾਡੀਆਂ ਬੈਕ ਟੂ ਬੈਕ ਪ੍ਰਮੋਸ਼ਨਸ ਹੀ ਆ ਰਹੀਆਂ, ਸਾਡੀ ਜੇ ਪ੍ਰਮੋਸ਼ਨਾਂ ਚੱਲਦੀਆਂ ਬਿਨਾਂ ਵੀਡੀਓ ਲਈ ਪਾਉਣ ਦੀ ਲੋੜ ਕੀ,
ਚਲੋ ਉਹ ਵੀ ਆਪਣਾ ਕੰਮ ਇਹ ਤਾਂ ਵਾਲਾ ਆਦਾ ਕਿ ਮੈਂ ਲਿਪ ਸਿੰਗ ਨਹੀਂ ਕਰਕੇ ਵੀਡੀਓ ਬਣਾਉਣੀ ਬਾਈ ਸਾਡੀਆਂ ਮਿਹਨਤ ਨਾਲ ਵੀਡੀਓਜ਼ ਹੁੰਦੀਆਂ ਨੇ ਅਸੀਂ ਡਾਇਲੋਗ ਪ੍ਰਿਪੇਅਰ ਕਰਦੇ ਆਪਣਾ ਕੰਮ ਕਰ ਰਹੇ ਹਨਾ ਚਲੋ ਅਸੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਜੀ ਹਨਾ ਉਹਨਾਂ ਦਾ ਆਪਣਾ ਸਟਾਈਲ ਆ ਕੰਮ ਕਰਨ ਦੇ ਸਾਡਾ ਐਟ ਲਾਸਟ ਤੁਸੀਂ ਖੁਸ਼ ਹੋ ਜ਼ਿੰਦਗੀ ਤੋਂ ਬਹੁਤ ਖੁਸ਼ ਬਹੁਤ ਖੁਸ਼ ਮਾਇਨੇ ਰੱਖਦਾ ਜ਼ਿੰਦਗੀ 'ਚ ਮਾਇਨੇ ਕੀ ਰੱਖਦਾ ਤੁਸੀਂ ਖੁਸ਼ ਤੁਹਾਡਾ ਪਰਿਵਾਰ ਖੁਸ਼ ਤੁਹਾਡੇ ਯਾਰ ਖੁਸ਼ ਬਸ ਦੁਨੀਆ ਨਾ ਕਦੀ ਕਿਸੇ ਕੋਲ ਖੁਸ਼ ਹੋਈ ਹੈ ਨਾ ਇਹ ਹੋਣੀ ਹੈ ਜਿਹਨੂੰ ਕੋਈ ਨਾ ਦਿੱਕਤ ਹੈ ਭਰਾਵਾ ਨਾ ਦੇਖੋ ਅਸੀਂ ਕੋਈ ਇੰਸਟਾਗ੍ਰਾਮ ਲੈ ਕੇ ਤੁਹਾਡੇ ਘਰੇ ਤਾਂ ਆਉਂਦੇ ਨਹੀਂ ਕਿ ਇੰਸਟਾਗ੍ਰਾਮ ਆ ਗਿਆ ਜੀ ਗੇਟ ਖੜਕਿਆ ਗੋਵਿੰਦੇ ਬਾਈ ਦੀ ਵੀਡੀਓ ਆ ਗਈ ਹੈ ਪਰ ਨੋਟੀਫਿਕੇਸ਼ਨਾਂ ਤਾਂ ਕਈ ਲਾਉਂਦੇ ਹੋਣ ਨਾ ਤੁਹਾਡੀ ਵੀਡੀਓਜ਼ 'ਤੇ ਕਿ ਨੋਟੀਫਿਕੇਸ਼ਨ ਲਾਓ ਬਾਈ ਵੀਡੀਓ ਕਦੋਂ ਆਉਣੀ ਵੀਡੀਓ ਕਦੋਂ ਆਉਣੀ ਨਹੀਂ ਮਤਲਬ ਆਪੇ ਚੈੱਕ ਕਰ ਲੈਂਦੇ ਜਾਂ ਸਾਡੀ ਵੀਡੀਓ ਆਪਣੇ ਆਪ ਹੀ ਪਹੁੰਚ ਜਾਂਦੀ ਹੈ ਲੋਕਾਂ ਦਾ ਇੰਨੀ ਜ਼ਿਆਦਾ ਰੈਗੂਲਰ ਅਸੀਂ ਵੀਡੀਓ ਪਾਉਂਦੇ ਹਾਂ ਜੀ ਮਤਲਬ ਕਦੇ ਹੋਇਆ ਹੋਊਗਾ ਰੋਜ਼ ਪਾਉਂਦੇ ਹੋ ਗੱਲਬਾਤ ਕਰਕੇ ਤੇ ਉਮੀਦ ਹੈ ਕਿ ਆਪਾਂ ਮਿਲਦੇ ਰਹਾਂਗੇ ਤੁਹਾਨੂੰ ਸਾਡੀ ਕਦੀ ਲੋੜ ਹੈ ਅਸੀਂ ਤੁਹਾਡੇ ਨਾਲ ਆ ਬਾਕੀ ਕੋਈ ਅਸੀਂ ਇੰਨੇ ਬਹੁਤੇ ਸਿਆਣੇ ਨਹੀਂ ਜੀ ਕੁਛ ਗਲਤ ਕਹਿ ਹੋ ਗਿਆ ਤਾਂ ਮਾਫੀ ਨਹੀਂ ਗਲਤ ਨਹੀਂ ਮੈਨੂੰ ਤਾਂ ਮੈਨੂੰ ਸੀਗਾ ਕਿ ਇੱਕ ਪੋਜ਼ਿਟਿਵ ਜਿਹਾ ਤੁਹਾਡੇ ਤੋਂ ਵੀ ਲੋਕ ਕੁਛ ਸਿੱਖਣ ਜਿਹੜੇ ਲੋਕਾਂ ਕੋਲ ਅੱਜ ਕੰਮ ਹੈ ਨਹੀਂ ਤੁਸੀਂ ਦੇਖੋ ਤੁਸੀਂ ਜ਼ੋਮੈਟੋ 'ਚ ਵੀ ਕੰਮ ਕਰਦੇ ਸੀ ਜ਼ੋਮੈਟੋ 'ਚ ਵੀ ਕੰਮ ਕਰਦਾ ਤਾ ਔਰ ਮੇਰਾ ਲੋਕਾਂ ਨੂੰ ਆਹੀ ਮੈਸੇਜ ਆਈ ਮਤਲਬ ਜਿਹੜੇ ਮੇਰੇ ਫਾਦਰ ਸਾਹਿਬ ਤੇ ਨਾ ਜੀ ਮਤਲਬ ਉਹ ਸਾਨੂੰ ਮਤਲਬ ਕਹਿੰਦੇ ਰਹਿੰਦੇ ਹੁੰਦੇ ਤੇ ਹਨਾ ਵੀ ਤੁਸੀਂ ਆਹ ਕੰਮ ਨਾ ਕਰਿਓ ਹਨਾ ਵੀ ਉਹ ਰੋਕਦੇ ਤੇ ਜਿਹੜਾ ਅਸੀਂ ਕਰਨਾ ਚਾਹੁੰਦੇ ਤੇ ਮੇਰਾ ਭਾਈ ਮਤਲਬ ਜਿਵੇਂ ਗਾਣੇ ਗਾਉਂਦਾ ਤਾ ਗਾਣਾ ਗਾਉਣ ਤੋਂ ਮਨਾ ਕਰਦਾ ਤਾ ਵੀ ਤੂੰ ਆਹ ਲਾਈਨ ਵਿੱਚ ਨਾ ਜਾ ਵੀ ਤੇਰਾ ਕੁਛ ਨਹੀਂ ਬਣਨਾ ਹੈ ਵੀ ਮਤਲਬ ਤੂੰ ਆਹ ਕੋਈ ਕੰਮ ਸਿੱਖ ਲੈ ਜਾਂ ਕੁਛ ਵੀ ਇੱਦਾਂ ਵੀ ਪੜ੍ਹ ਲੈ ਅੱਗੇ ਹਨਾ ਵੀ ਹਲੇ ਆਹ ਟਾਈਮ ਨਹੀਂ ਹੈ ਮਤਲਬ ਵਧੀਆ ਗੱਲ ਸੀ ਉਹ ਕਹਿੰਦੇ ਤੇ ਵੀ ਪੜ੍ਹ ਲੈ ਪਰ ਉਹ ਆਹ ਲਾਈਨ 'ਚ ਜਾਣ ਤੋਂ ਮਨਾ ਕਰਦੇ ਤੇ ਉਹਨੂੰ ਮਤਲਬ ਗਾਲਾਂ ਕੱਢਦੇ ਹੁੰਦੇ ਤੇ ਮਤਲਬ ਮਾਂ ਬਾਪ ਨੂੰ ਰੋਕਣਾ ਨਹੀਂ ਚਾਹੀਦਾ ਇਹ ਸਿੱਧੂ ਮੂਸੇਵਾਲੇ ਦੇ ਪਾਪਾ ਦੀ ਵੀ ਇਹੀ ਸਟੋਰੀ ਸੀ ਸਿੱਧੂ ਹੋਣਾਂ ਦੇ ਘਰ ਦੇ ਵੀ ਸੀਗੇ ਨਾ ਉਹਨਾਂ ਦੀ ਵੀ ਸ਼ਾਇਦ ਮੈਂ ਇੰਟਰਵਿਊ 'ਚ ਸੁਣਿਆ ਸੀ ਐਕਚੁਅਲੀ ਜਦੋਂ ਅਸੀਂ ਪੇਰੈਂਟਸ ਬਣਾਂਗੇ ਨਾ ਉਦੋਂ ਅਸੀਂ ਫੀਲ ਕਰਾਂਗੇ ਉਹ ਚਾਹੁੰਦੇ ਨੇ ਸਾਡੇ ਬੱਚੇ ਖੁਸ਼ ਰਹਿਣ ਉਹਨਾਂ ਨੂੰ ਐਂ ਤਾਂ ਵੀ ਜ਼ਿਆਦਾਤਰ ਕੌਣ ਸਫਲ ਹੁੰਦੇ ਜ਼ਿਆਦਾਤਰ ਤਾਂ ਮਤਲਬ ਮੇਰਾ ਕਹਿਣ ਦਾ ਮਤਲਬ ਹੈ ਜੀ ਮਾਂ ਬਾਪ ਨੂੰ ਰੋਕਣਾ ਨਹੀਂ ਚਾਹੀਦਾ ਜੋ ਬੱਚਾ ਕਰਨਾ ਚਾਹੁੰਦਾ ਜੋ ਬੱਚਾ ਕਰਨਾ ਚਾਹੁੰਦਾ ਉਹਨੂੰ ਕਰ ਲੈਣਾ ਚਾਹੀਦਾ ਵੀ ਹੁਣ ਅਸੀਂ ਜੇ ਉਹਦੇ ਤੱਕ ਪਹੁੰਚੇ ਹਾਂ ਸਾਨੂੰ ਕੋਈ ਰੋਕਣ ਵਾਲਾ ਨਹੀਂ ਹੈ ਨਾ ਮੰਮੀ ਕੁਛ ਕਹਿੰਦੀ ਹੈ ਔਰ ਅਸੀਂ ਆਪਣਾ ਕੰਮ ਕਰ ਰਹੇ ਸਾਨੂੰ ਕੋਈ ਰੋਕਣ ਵਾਲਾ ਜਾ ਕੇ ਖਰਚਾ ਦਿੰਦੇ ਹੋ ਘਰੇ ਮੰਮੀ ਨੂੰ ਖਰਚਾ ਦਿੰਦੇ ਹੋ ਲਿਆ ਕੇ ਘਰੇ ਮੰਮੀ ਨੂੰ ਕਿ ਆਹ ਪੈਸੇ ਹੁਣ ਤਾਂ ਹੈ ਹੀ ਕਮਾਉਂਦੇ ਹੀ ਘਰ ਵਾਸਤੇ ਹੀ ਕਮਾਉਂਦੇ ਅਸੀਂ ਖੁਸ਼ ਨੇ ਮੰਮੀ ਸਾਡਾ ਆਹ ਪਤਾ ਕੋਈ ਜ਼ਿਆਦਾ ਖਰਚਾ ਹੀ ਨਹੀਂ ਹੈ ਜੀ ਕਿੱਡੀ ਮਤਲਬ ਮੇਰੇ ਆ ਰੋਂਗਟੇ ਖੜੇ ਨੇ ਯਾਰ ਇੱਕ ਮਾਂ ਨੂੰ ਜਾ ਕੇ ਜਦੋਂ ਪੁੱਤ ਆਪਣੀ ਕਮਾਈ ਦਿੰਦਾ ਨਾ ਦੁਨੀਆ ਦੀ ਬੈਸਟ ਫੀਲਿੰਗ ਹੈ ਐਂ ਕਿਸੇ ਦੇ ਪੁੱਤਾਂ ਦੇ ਕਮੈਂਟਬਾਜ਼ੀ ਨਾ ਕਰਿਆ ਕਰੋ ਪਤਾ ਨਹੀਂ ਕਿੱਥੇ ਕਿਹਦੇ ਕੀ ਹਾਲਾਤ ਚੱਲ ਰਹੇ ਨੇ ਤੁਸੀਂ ਤਾਂ ਇੱਕ ਛੜਾ ਜਿਹਾ ਕਮੈਂਟ ਕਰਦੇ ਹੋ ਕਿਸੇ ਵੀਡੀਓ 'ਤੇ ਉਹਦੇ ਵਿਚਾਰੇ ਦੇ ਕਿੱਥੇ ਜਾ ਕੇ ਉਹ ਕਮੈਂਟ ਲੱਗਦਾ ਫਰਕ ਨਹੀਂ ਪੈਂਦਾ ਇਹਨਾਂ ਨੂੰ ਨਾ ਮੈਂ ਇਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਬੰਦ ਕਰੋ ਕਮੈਂਟ ਕਿਉਂਕਿ ਇਹ ਵੀ ਮੈਨੂੰ ਕਹਿੰਦੇ ਨੇ ਕਹਿੰਦੇ ਬਾਬੇ ਉਹ ਵੀ ਸਾਡਾ ਇੱਕ ਪਰਿਵਾਰ ਹੈ ਹਾਂ ਹੈਗਾ ਜੀ ਉਹ ਪਰਿਵਾਰ ਕਿ ਜਿਹੜਾ ਆਹ ਕਮੈਂਟਰੀ ਸੈਕਸ਼ਨ ਕਰਦਾ ਕਹਿੰਦਾ ਸਾਨੂੰ ਉਹਨਾਂ ਦਾ ਵੀ ਚਾਅ ਹੈ ਕਿ ਚਲੋ ਗਾਲ ਕੱਢਣ ਦੇ ਬਹਾਨੇ ਖੁਸ਼ ਤਾਂ ਹੁੰਦੇ ਨੇ ਗਾਲ ਹੱਸਦੇ ਹੱਸਦੇ ਗਾਲ ਹੀ ਲਿਖ ਦਿੰਦੇ ਨੇ ਜੇ ਉਹਨਾਂ ਨੂੰ ਗਾਣਾ ਕੱਢਣ ਵਿੱਚ ਖੁਸ਼ੀ ਮਿਲਦੀ ਹੈ ਤਾਂ ਅਸੀਂ ਵੀ ਖੁਸ਼ ਹਾਂ ਜੀ ਕਿਆ ਬਾਤ ਹੈ ਵਿਚਾਰ ਦੇਖੋ ਉਹਨਾਂ ਦੇ ਉਹ ਖੁਸ਼ ਹੋਣੇ ਚਾਹੀਦੇ ਜੀ ਬਸ ਬੰਦੇ ਗਾਲਾਂ ਕੱਢੀ ਜਾਂ ਕੋਈ ਚੱਕਰ ਨਹੀਂ ਹੈ ਮੋਟਿਵ ਤਾਂ ਸਾਡਾ ਵੀ ਇਹੀ ਹੈ ਨਾ ਵੀਡੀਓ ਬਣਾ ਅਸੀਂ ਹਾਏ ਤਾਂ ਹਸਾਉਣਾ ਹੀ ਅਸੀਂ ਵੀ ਉਹ ਆਪੇ ਮਤਲਬ ਕਮੈਂਟਾਂ 'ਚ ਕਈ ਤਾਂ ਲੋਕਾਂ ਦੇ ਵੀਡੀਓ ਨਾਲ ਜ਼ਿਆਦਾ ਨੀਚੇ ਕਮੈਂਟ ਪੜ੍ਹ ਕੇ ਹੱਸੀ ਹੋ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਦਾ ਜੀ ਮੈਨੂੰ ਐਂ ਲੱਗਦਾ ਜੀ ਤੁਹਾਨੂੰ ਅਸੀਂ ਨਾ ਕਈ ਵਾਰ ਵੀਡੀਓ ਦੇਖ ਰਹੇ ਉਹਨੇ ਕਿਸੇ ਦੀ ਮੂਹਰੇ ਆ ਜਾਂਦੀ ਕਈ ਵਾਰ ਮੂੰਹ 'ਚ ਨਿਕਲ ਜਾਂਦਾ ਤੇਰੀ ਵੀ ਇਹਨੇ ਕਿਆ ਕਰਤਾ ਮੂੰਹ 'ਚ ਗਾਲ ਜੀ ਨਿਕਲ ਜਾਂਦੀ ਹੈ ਵੀ ਕਿਆ ਬੜ ਕਰਤਾ ਉਵੇਂ ਹੀ ਬਸ ਉਹ ਚੀਜ਼ ਲਿਖਦੇ ਆ ਉਹ ਕਮੈਂਟਾਂ ਵਿੱਚ ਉਹ ਵੀ ਇੱਕ ਮਤਲਬ ਫਨ ਕਰ ਰਹੇ ਆ ਪਰ ਵਧੀਆ ਉਹ ਕਮੈਂਟ ਕਰਦੇ ਨੇ ਵੀਡੀਓ ਦੀ ਰੀਚ ਵੱਧ ਜਾਂਦੀ ਹੈ ਕਮੈਂਟ ਕਰਦੇ ਨੇ ਉਹ ਹੋਰ ਉਹਨਾਂ ਦੀ ਪ੍ਰੋਫਾਈਲਸ ਦੇ ਲੋਕਾਂ ਤੱਕ ਜਾਂਦੀ ਹੈ ਪਰ ਚਲੋ ਅਸੀਂ ਇਹੀ ਚਾਹੁੰਦੇ ਹਾਂ ਕਿ ਪੰਜਾਬ 'ਚ ਜਿੰਨੇ ਵੀ ਯੂਥ ਹੈ ਜਾਂ ਦੁਨੀਆ 'ਚ ਜਿਹੜੇ ਵੀ ਮੁੰਡੇ ਨੌਜਵਾਨ ਕੰਮ ਕਰਨਾ ਚਾਹੁੰਦੇ ਨੇ ਜੇ ਉਹ ਕਿਸੇ ਦਾ ਦਿਲ ਨਹੀਂ ਦਿਖਾ ਰਹੇ ਕਿਸੇ ਦਾ ਨੁਕਸਾਨ ਨਹੀਂ ਕਰ ਰਹੇ ਤਾਂ ਮੇਰੀ ਉਹਨਾਂ ਨੂੰ ਸਪੋਰਟ ਹੈ ਇੱਕ ਕੰਮ ਜਿਹੜਾ ਤੁਹਾਡਾ ਕਿਸੇ ਦਾ ਮਨ ਦੁਖਾ ਰਿਹਾ ਕਿਸੇ ਨੂੰ ਦੁਖੀ ਕਰ ਰਿਹਾ ਕਿਸੇ ਨੂੰ ਗਲਤ ਰਾਹ 'ਤੇ ਪਾ ਰਿਹਾ ਉਹਦਾ ਜ਼ਰੂਰ ਵਿਰੋਧ ਕਰੋ ਪਰ ਜਿਹੜੇ ਖੁਸ਼ ਕਰ ਰਹੇ ਨੇ ਆਪਣੇ ਮਸਤੀ ਨਾਲ ਕੰਮ ਕਰ ਰਹੇ ਨੇ ਮਿਹਨਤ ਕਰਕੇ ਅੱਗੇ ਨਿਕਲੇ ਨੇ ਉਹਦੀ ਲਾਈਫ ਸਟੋਰੀ ਕੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਬਾਕੀ ਜੀ ਲੋਕਾਂ ਦੀ ਨਾ ਹੌਲੀ ਹੌਲੀ ਸੋਚ ਚੇਂਜ ਹੁੰਦੀ ਹੈ ਹੁਣ ਸਿੱਧੂ ਮੂਸੇਵਾਲੇ ਨੂੰ ਮਤਲਬ ਇੱਕ ਟਾਈਮ 'ਤੇ ਬਹੁਤ ਬੈਡ ਕਮੈਂਟ ਕਰਦੇ ਹੁੰਦੇ ਤੇ ਔਰ ਅੱਜ ਉਹੀ ਮਤਲਬ ਬੰਦੇ ਵਧੀਆ ਕਮੈਂਟ ਵੀ ਕਰ ਰਹੇ ਮਰਨ ਤੋਂ ਬਾਅਦ ਬਈ ਵੈਸੇ ਚੰਗੇ ਲੱਗਣਾ ਮਤਲਬ ਮਰਨ ਤੋਂ ਬਾਅਦ ਫਿਰ ਕਰਨ ਦਾ ਕੀ ਫਾਇਦਾ ਹਾਂ ਜੀ ਉਹ ਤਾਂ ਚਲੋ ਦੁਨੀਆ ਦੀ ਫਿਤਰਤ ਹੈ ਬਾਈ ਇਹ ਤਾਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਵੀ ਇਹੀ ਪ੍ਰਥਾ ਸੀ ਅੱਜ ਵੀ ਇਹੀ ਹੈ ਅਤੇ ਮੈਨੂੰ ਲੱਗਦਾ ਇਹ ਬੰਦ ਨਹੀਂ ਹੋਣੀ ਇਹ ਤਾਂ ਸਾਡੇ ਵਰਗੇ ਨੂੰ ਤਿਆਰ ਹੋਣਾ ਪੈਣਾ ਕਿ ਚੱਲ ਯਾਰ ਲੋਕ ਨਾ ਮਤਲਬ ਭਾਣੇ ਨੂੰ ਫਿਰ ਮੰਨਦੇ ਵੀ ਜਿੰਨਾ ਹੈ ਹੁਣ ਜਿਵੇਂ ਅਸੀਂ ਵੀਡੀਓ ਪਾ ਰਹੇ ਹਾਂ ਲੋਕ ਇਸ ਭਾਣੇ ਨੂੰ ਮੰਨਦੇ ਨਹੀਂ ਵੀ ਫੇਮਸ ਹੋ ਗਏ ਜਾਂ ਸਟਾਰ ਬਣ ਗਏ ਹਾਂ ਇਹ ਮੰਨਣਾ ਬਹੁਤ ਔਖਾ ਹੈ ਇਹ ਬਹੁਤ ਡੀਪ ਗੱਲ ਹੈ ਕਿ ਇਹ ਪਛਾਣਾ ਕਿ ਇਹ ਰੱਬ ਦੀ ਰਜ਼ਾ ਨਾਲ ਫੇਮਸ ਹੋਏ ਹੋਏ ਨੇ
ਟੈਨਸ਼ਨ ਇੰਨੇ ਮਰੀਜ਼ ਇੰਨਾ ਰੋਣਾ ਤੁਹਾਡੀ ਇੱਕ ਵੀਡੀਓ ਦੇਖਣ ਤੋਂ ਬਾਅਦ ਹੱਸਣ ਲੱਗ ਜਾਂਦਾ ਚਾਰ ਬੰਦਿਆਂ ਨੂੰ ਦਿਖਾ ਕੇ ਕਿ ਯਾਰ ਕਿਆ ਬਾਤ ਹੈ ਯਾਰ ਹਨਾ ਅਸੀਂ ਆਪਣੀ ਵੀਡੀਓ ਦੇਖਿਆ ਸੀ ਵੀ ਆਪ ਵੀ ਉਹ ਹੱਸਦੇ ਹੈ ਕੀ ਕਹਿੰਦੇ ਤੁਹਾਡੇ ਮੂੰਹ ਚੋਂ ਕੀ ਨਿਕਲਦਾ ਕਿਉਂਕਿ ਅਸੀਂ ਵੀਡੀਓ ਬਣਾਉਂਦੇ ਹੋਏ ਵੀ ਨਾ ਐਡਿਟਿੰਗ ਕਰਦੇ ਹੋਏ ਬੜੀ ਹਾਸੀ ਆਉਂਦੀ ਹੈ ਉਹਨੂੰ ਮਸਾਂ ਕੰਟਰੋਲ ਕਰਦਾ ਮੈਂ ਅਸੀਂ ਫਿਰ ਹੱਸਦੇ ਹੈ ਜੀ ਪੂਰਾ ਹਨਾ ਜਦੋਂ ਮਤਲਬ ਕਈ ਵਾਰ ਤਾਂ ਅਸੀਂ ਡਾਇਲੋਗ ਕਰਦੇ ਮੈਂ ਯਾਰ ਗਵਿੰਦਾ ਬਹੁਤ ਹੱਸਦੇ ਹਾਂ ਅਸੀਂ ਜਦੋਂ ਅਸੀਂ ਕਰ ਲੈਂਦੇ ਨਹੀਂ ਤੇ ਇੱਕ ਕੁਛ ਐਵੇਂ ਦੇ ਡਾਇਲੋਗ ਹੁੰਦੇ ਨਾ ਜਿਹੜੇ ਬਹੁਤ ਫਨੀ ਹੁੰਦੇ ਆ ਤੇ ਉਹ ਸਾਨੂੰ ਸੀਰੀਅਸ ਹੋ ਕੇ ਬੋਲਣੇ ਦਾ ਫਿਰ ਪਹਿਲਾਂ ਅਸੀਂ ਹੱਸੇ ਲੈਂਦੇ ਹਾਂ ਕਾਫੀ ਦੇਰ ਫਿਰ ਕਿਤੇ ਬੋਲੇ ਜਾਂਦੇ ਹਾਂ ਕਿ ਬੋਰ ਹੋ ਗਏ ਹੁਣ ਉਹ ਸੋਚਦੇ ਆ ਯਾਰ ਇੰਨੀ ਫਨੀ ਗੱਲ ਹੈ ਸੀਰੀਅਸ ਹੋ ਕੇ ਕਿਵੇਂ ਕਰ ਲੈਂਦੇ ਉਹ ਚੀਜ਼ ਹੈ ਮੈਨੂੰ ਲੱਗਦਾ ਜਿੰਨਾ ਅਸੀਂ ਜਿੰਨਾ ਹੱਸੇ ਅਸੀਂ ਅੱਜ ਇਸ ਪੋਡਕਾਸਟ 'ਚ ਨਾ 18 ਪੋਡਕਾਸਟ ਕਰ ਲਏ ਮੈਂ ਕਿਸੇ 'ਚ ਨਹੀਂ ਹੱਸੇ ਸਾਡੇ ਸੀਰੀਅਸ ਹੀ ਪੋਡਕਾਸਟ ਹੁੰਦੇ ਨੇ ਜ਼ਿੰਦਗੀ ਬਾਰੇ ਅੱਜਲਾ ਪੋਡਕਾਸਟ ਸੀਗਾ ਹੀ ਲੋਕਾਂ ਨੂੰ ਹੁਣ ਦੇਖੋ ਕਿੰਨੇ ਲੋਕਾਂ ਨੇ ਅੱਜਲਾ ਪੋਡਕਾਸਟ ਸੁਣ ਕੇ ਤੁਸੀਂ ਕਮੈਂਟ ਪੜੂੰਗੇ ਕਹਿੰਦੇ ਯਾਰ ਅਸੀਂ ਕਿੱਥੇ ਸੀ ਕਿੱਥੇ ਪਹੁੰਚ ਗਏ ਇੱਕ ਜ਼ਿੰਦਗੀ ਦਾ ਮਤਲਬ ਕੀ ਹੈ ਬਾਈ ਇੱਕ ਜ਼ਿੰਦਗੀ ਦਾ ਅੱਜ ਦਿਨ ਹੋਰ ਘੱਟ ਗਿਆ ਹੈ ਨਾ ਇਹ ਦਿਨ ਵੱਧ ਨਹੀਂ ਰਹੇ ਦਿਨ ਘੱਟੇ ਜਾ ਰਹੇ ਨੇ ਕਾਂਟੇ ਵੱਜ ਰਹੇ ਨੇ ਘੱਟ ਗਿਆ 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 ਤਾਂ ਖੁਸ਼ੀਆਂ ਯਾਰ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਲੋਕ ਪੈਸੇ ਦੇ ਕੇ ਪ੍ਰਮੋਸ਼ਨਾਂ ਕਰਨ ਜਾਂਦੇ ਨੇ ਖੁਸ਼ ਹੀ ਹੋਣ ਜਾਂਦੇ ਨੇ ਕਿੰਨੀ ਦੁਨੀਆ ਕਿੰਨੇ ਪੇਸ਼ੈਂਟਸ ਠੀਕ ਹੋ ਗਏ ਉੱਥੋਂ ਤੁਹਾਡੀ ਵੀਡੀਓ ਦੇਖ ਕੇ ਤੁਹਾਨੂੰ ਕਿਸੇ ਪੇਸ਼ੈਂਟ ਦਾ ਫੋਨ ਆਇਆ ਕਦੀ ਕਿ ਮੈਂ ਹੋਸਪਿਟਲ ਐਡਮਿਟ ਹਾਂ ਮੈਂ ਵੀਡੀਓ ਦੇਖੀ ਮੈਨੂੰ ਬੜਾ ਮਜ਼ਾ ਆਇਆ ਨਹੀਂ ਵੈਸੇ ਇੱਦਾਂ ਪੇਸ਼ੈਂਟਾਂ 'ਤੇ ਬਹੁਤ ਫੋਨ ਆਏ ਮਤਲਬ ਹੈਲਪ ਕਰ ਦਿਓ ਚਲੋ ਪਰਮਾਤਮਾ ਵੀ ਦਿਨ ਆਵੇ ਗੋਬਿੰਦੇ ਬਾਈ ਹੁਣੀ ਸਾਡੇ ਕੋਲ ਅੱਜ ਸਾਡੀ ਏਕ ਜ਼ਰੀਆ ਫਾਊਂਡੇਸ਼ਨ ਸੇਵਾ ਕਰਕੇ ਗਏ ਨੇ ਇਹਨਾਂ ਨੇ ਮਨਾ ਕੀਤਾ ਸੀ ਕਿ ਵੀਰੇ ਨਾ ਦੱਸਿਓ ਨਾ ਵੀਡੀਓ ਪਾਇਓ ਪਰ ਕਿਉਂ ਨਾ ਦੱਸੋ ਨਾ ਇੱਕ ਇਹ ਵੀ ਫੇਸ ਹੈ ਨੌਜਵਾਨ ਕਮਾਉਣ ਲੱਗੇ ਨੇ ਅਤੇ ਆਪਣਾ ਫਰਜ਼ ਸਮਝਦੇ ਹੋਏ ਆਏ ਨੇ ਸੇਵਾ ਕਰਨ ਔਰ ਇਹ ਤੁਹਾਨੂੰ ਮਹੀਨੇ 2 ਮਹੀਨਿਆਂ ਬਾਅਦ ਇੱਥੇ ਨਜ਼ਰ ਆਇਆ ਕਰਨਗੇ ਤੁਹਾਡੇ ਕੋਲ ਜਿੰਨੇ ਮਰੀਜ਼ ਨੇ ਤੁਸੀਂ ਇਹਨਾਂ ਨੂੰ ਫੋਨ ਕਰਨਾ ਤੁਸੀਂ ਸਾਡੇ ਕੋਲ ਲਿਓ ਅਸੀਂ ਉਹਨਾਂ ਨੂੰ ਗੱਲ ਕਰਕੇ ਵੈਰੀਫਾਈ ਕਰਕੇ ਉਹਨਾਂ ਦੀ ਪ੍ਰੋਪਰ ਹੈਲਪ ਕਰਾਂਗੇ ਅਤੇ ਇਹ ਮਹੀਨੇ 'ਚ 2 ਮਹੀਨੇ 3 ਮਹੀਨੇ ਜਦੋਂ ਸ਼ੂਟ ਤੋਂ ਵਿਹਲੇ ਹੋਇਆ ਕਰਨਗੇ ਤੁਸੀਂ ਆਇਆ ਕਰੋਗੇ ਕਦੋਂ ਕਦੋਂ ਆਇਆ ਕਰੋਗੇ ਜਦੋਂ ਕਿਤੇ ਮੌਕਾ ਲੱਗੇ ਆਪਣੇ ਪਿੰਡਾਂ 'ਚ ਅਨਾਊਂਸਮੈਂਟ ਕਰ ਦਿਓ ਕਿਸੇ ਨੂੰ ਕੋਈ ਮੈਡੀਕਲੀ ਲੋੜ ਹੈ ਕਿਉਂਕਿ ਤੁਹਾਡੇ ਪਿੰਡਾਂ ਦੇ ਆਲੇ ਦੁਆਲੇ ਵੀ ਜਦੋਂ ਇੱਕ ਬੰਦਾ ਮਸ਼ਹੂਰ ਹੁੰਦਾ ਉਹਦੇ ਨਾਲਦਿਆਂ ਨੂੰ ਵੀ ਫਾਇਦਾ ਹੋਣਾ ਚਾਹੀਦਾ ਕਿ ਸਿੱਧੂ ਜਦੋਂ ਮਸ਼ਹੂਰ ਹੋਇਆ ਸੀ ਨਾ ਸਿੱਧੂ ਮੂਸੇਵਾਲਾ ਤਾਂ ਉਹਨੂੰ ਸੀਗਾ ਕਿ ਮੈਂ MLA ਲੜ ਕੇ ਆਪਣੇ ਪਿੰਡ ਦਾ ਨਕਸ਼ਾ ਬਦਲ ਦੂੰਗਾ ਤਾਂ ਉਵੇਂ ਤੁਹਾਡੇ ਪਿੰਡ ਨੇ ਤੁਹਾਡੇ ਸ਼ਹਿਰ ਨੇ ਤੁਹਾਡੀ ਗਲੀ 'ਚ ਕੋਈ ਇੱਦਾਂ ਦਾ ਲੋੜਵੰਦ ਨਾ ਹੋਵੇ ਜਿਹੜਾ ਕਹੇ ਯਾਰ ਗੋਬਿੰਦਾ ਸਾਡੀ ਗਲੀ 'ਚ ਰਹਿੰਦਾ ਅਤੇ ਇਹਨੂੰ ਲੋੜ ਹੈ ਸਾਡੇ ਤੱਕ ਜ਼ਰੂਰ ਪਹੁੰਚਾਓ ਮੈਡੀਕਲੀ ਬਾਕੀ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਖਾਸ ਕਰ ਕਿਉਂਕਿ ਤੁਸੀਂ ਬੋਲੇ ਹੀ ਨਹੀਂ ਫਿਰ ਮਿਲਾਂਗੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਕਿਵੇਂ ਲੱਗਿਆ ਜ਼ਰੂਰ ਦੱਸਿਓ ਸ਼ੁਕਰੀਆ